ਰਛਪਾਲ ਸਿੰਘ ਛੰਦੜਾਂ ਵੀ ਇਹ ਸੋਚ ਸਕਦੇ ਸੀ ਵੀ ਮੇਰਾ ਇੱਕ 9 ਮਹੀਨੇ ਦਾ ਬੱਚਾ ਤੇ ਮੈਂ ਹੁਣ ਪੰਥ ਕੌਮ ਤੋਂ ਚੱਲਣਾ। ਸਾਡੇ ਪਰਿਵਾਰ 'ਚ 4 ਸ਼ਹੀਦ ਹੋਏ ਆ। ਉਹ ਘਾਟ ਬੇਬੇ ਬਾਪੂ ਦੀ ਛੋਟੇ ਹੁੰਦੇ ਹੁੰਦਾ ਸੀਗਾ ਵੀ ਜਦੋਂ ਕੋਈ ਕੰਮ ਹੁੰਦਾ ਸੀ ਬਈ ਮਾਂ ਬਾਪ ਹੁੰਦੇ ਤੇ ਆਪਾਂ ਕੋਈ ਵਧੀਆ ਕਰਦੇ। ਥੁੱਕਿਆ ਉਹ ਜਿਹੜੀ ਗੱਲ ਬਾਹਰ ਆਈ ਉੱਥੇ ਪੁਲਿਸ ਚੋਂ ਹੀ ਆਈ। ਕੇ ਪੀ ਐਸ ਗਿੱਲ ਜੇ ਬੁੱਚੜ ਕਹੇ ਜਾਂਦਾ ਤੇ ਉਹਦੇ ਵਿੱਚ ਸਰਕਾਰ ਜਿਹੜੀ ਸੀ ਉਹ ਬਿਆਸੀ ਦੀ ਸਰਕਾਰ ਸੀ ਜਿਹੜੀ ਬੁੱਚੜਪਣੇ ਦੇ ਵਿੱਚ ਜਿਹੜੇ ਪਹਿਲੇ ਨੰਬਰ ਤੇ ਸੀ ਉਹ ਦਰਸ਼ਨ ਖੋਟੇ ਵਰਗੇ ਉਹਨਾਂ ਦੇ ਜਿਹੜੇ ਰਾਈਟ ਹੈਂਡ ਸੀਗੇ। ਅੱਜ ਜੇ ਉਹਨਾਂ ਦੀਆਂ ਔਲਾਦਾਂ ਅੱਜ ਕਹਿੰਦੇ ਨੇ ਜੀ ਅਸੀਂ ਕੌਮ ਦੇ ਜਿਹੜੇ ਰਖਵਾਲੇ ਹਾਂ, ਸੋ ਉੱਥੇ ਹੁਣ ਕੌਮ ਨੂੰ ਵੇਖਣਾ ਚਾਹੀਦਾ ਵੀ ਅਸਲ ਉਹਨਾਂ ਦਾ ਇਤਿਹਾਸ ਕੀ ਆ। ਦੂਜੇ ਮਖੋਟੇ ਵਾਲੇ ਚਿਹਰੇ ਵੀ ਆ ਰਹੇ ਆ, ਉਹਨੂੰ ਪਤਾ ਵੀ ਅੱਜ ਜਿਹੜੀ ਕੌਮ ਦਾ ਝੁਕਾਓ ਆ ਉਹ ਪੰਥ ਵੱਲ ਆ, ਕੌਮ ਵੱਲ ਆ। ਏਜੰਸੀਆਂ ਦਾ ਵੀ ਇਹ ਜ਼ੋਰ ਲੱਗਿਆ ਰਹਿੰਦਾ ਵੀ ਜਿਹੜੀ ਜਦੋਂ ਵੀ ਕੋਈ ਪੰਥ ਦੇ ਕੌਮ ਦੀ ਜਿਹੜੀ ਰਾਜਨੀਤੀ ਉੱਪਰ ਆਉਂਦੀ ਆ ਤੇ ਉਹਦੇ ਵਿੱਚ ਅਸੀਂ ਆਪਣੇ ਬੰਦੇ ਫਿੱਟ ਕਿਵੇਂ ਨਾ ਕਿਵੇਂ ਕਰਕੇ ਰੱਖੀਏ। ਤੁਹਾਨੂੰ ਵੀ ਲੱਗਦਾ ਵੀ ਕਮਲਜੀਤ ਬਰਾੜ ਦੇ ਪਿੱਛੇ ਕੋਈ ਨਾ ਕੋਈ ਏਜੰਸੀ ਹੋ ਸਕਦੀ ਆ? ਮੈਂ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਪਹਿਲਾਂ ਹੀ ਦੱਸਤਾ, ਜਿਹੜੇ ਕੋਸ ਲਈ ਮੇਰੇ ਫਾਦਰ ਸਾਹਿਬ ਲੜੇ ਆ, ਲੁਧਿਆਣਾ ਪੂਰਾ ਜਾਮ ਹੋਇਆ ਸੀ ਜਦ ਉਹਨਾਂ ਨੇ ਡੈਡ ਬੋਡੀ ਲੈਣੀ ਸੀ ਤੇ ਮੈਂ ਅੱਜ ਵੀ ਉਹ ਲੁਧਿਆਣੇ ਵਾਲਿਆਂ ਤੋਂ ਆਸ ਕਰਦਾ ਬਈ ਉਹ ਕੋਸ ਵੱਡਾ ਕਿ ਅੱਜ ਕੋਈ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਫੋਟੋ ਲਾ ਕੇ ਤੇ ਆਪਣੇ ਆਪ ਨੂੰ ਪੰਥ ਕਹਿੰਦਾ ਬਈ ਉਹ ਅੱਜ ਜਿੱਤਦੇ ਆ ਕਿ ਇੱਕ ਜਿਹੜੇ ਕੌਮ ਪ੍ਰਤੀ ਆਪਣੇ ਨੂੰ ਲੜਾਈ ਲੜਨਾ ਚਾਹੁੰਦੇ ਆ। ਰੋਹਿਤ ਬਿੱਟੂ ਕਹਿੰਦੇ ਨੇ ਕਿ ਕਾਂਗਰਸ ਉਹ ਆ ਜਿਹਨੇ ਟੈਂਕਾਂ ਤੋਪਾਂ ਜਿਹੜੀਆਂ ਸਾਡੇ ਦਰਬਾਰ ਸਾਹਿਬ ਵੱਲ ਅੰਮ੍ਰਿਤਸਰ ਸਾਹਿਬ ਵੱਲ ਕੀਤੀਆਂ ਸੀ, ਤੁਸੀਂ ਇਹਨਾਂ ਨੂੰ ਕਹਿੰਦੇ ਕਦੇ ਵੋਟ ਨਾ ਪਾਓ, ਮੈਨੂੰ ਵੋਟ ਪਾ ਦਿਓ? ਪਿੱਛੇ ਜੀ ਉਹ ਰੋਂਦਾ ਸੀਗਾ ਵੀ ਅੰਮ੍ਰਿਤਪਾਲ ਸਿੰਘ ਛੰਦੜਾਂ ਵੀ ਜਿਹੜਾ ਰਛਪਾਲ ਸਿੰਘ ਛੰਦੜਾਂ ਦਾ ਬੇਟਾ ਉਹ ਮੇਰੇ ਦਾਦੇ ਨੂੰ ਬੁੱਚੜ ਕਹਿੰਦਾ, ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੇ ਪੰਜਾਬ ਦੀ ਲੜਾਈ ਲੜਨੀ ਚਾਹੀ ਤੇ ਉਹਨਾਂ ਨੂੰ ਜਿਹੜੇ ਸ਼ਹੀਦ ਕਰਨ ਵਾਲੇ ਤੇ ਸਾਡੀਆਂ ਧੀਆਂ ਭੈਣਾਂ ਦੇ ਬੇਬਤ ਕਰਨ ਵਾਲੇ ਵੀ ਉਹਨਾਂ ਦੇ ਵਾਰਸ ਆ ਬੈਠੇ ਹਨ, ਉਹਨਾਂ ਨੇ ਇਹ ਵੀ ਦੱਸਣਾ ਚਾਹੀਦਾ ਸੀ ਨਾ। ਉਹਦਾ ਆਪਣੇ ਦਾਦੇ ਦੀ ਵੀ ਬੋਲੀ ਲਵਾ ਕੇ ਨਾਲ ਲੈ ਗਿਆ। ਕਹਿੰਦੇ ਮੈਨੂੰ ਜੇਕਰ ਬਿਆਨ ਸਿੰਘ ਹੋਰ ਕਿਸੇ ਦੇ ਵਿੱਚੋਂ ਦੇਖਿਆ ਤਾਂ ਨਰਿੰਦਰ ਮੋਦੀ ਦੇ ਵਿੱਚੋਂ ਦਿਸਿਆ। ਉਹਦੇ 'ਚ ਵੀ ਦੋ ਰਾਹ ਨਹੀਂ ਹੈਗੇ। ਮੋਦੀ ਦੇ ਅੱਜ ਜੋ ਕਾਨੂੰਨ ਨੇ ਜੋ ਕਹਿ ਰਹੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਜਾਂ ਜੋ ਬਾਬਰੀ ਮਸਜਿਦ 'ਚ ਉਹਨਾਂ ਨੇ ਕੀਤਾ ਗਿਆ, ਕੋਈ ਦੋ ਰਾਹ ਨਹੀਂ ਹੈਗੇ ਜੀ ਵੀ ਉਹਨੂੰ ਆਪਣਾ ਦਾਦਾ ਦਿਖਦਾ ਹੋਊਗਾ ਉਹਦੇ 'ਚ। ਮੈਨੂੰ ਜੇ ਵੋਟਾਂ ਪੈ ਗਈਆਂ, ਲੋਕ ਮੇਰੇ ਤੇ ਵਿਸ਼ਵਾਸ ਕਰਨ ਲੱਗ ਗਏ, ਬੜੀਆਂ ਪਾਰਟੀਆਂ ਆਉਣਗੀਆਂ ਮੇਰੇ ਪਿੱਛੇ ਚੱਲ ਕੇ, ਮੇਰੀ ਬੋਲੀ ਵੀ ਲਾਉਣਗੀਆਂ, ਹੁਣ ਉਹ ਮੇਰੀ ਜ਼ਮੀਰ ਮੰਨਦੀ ਹੈ ਵੀ ਮੈਂ ਉਹ ਜ਼ਮੀਰ ਤੇ ਖੜਨਾ, ਆਪਣੇ ਬਾਪੂ ਲਈ ਜ਼ਮੀਰ ਤੇ ਖੜਨਾ ਕਿ ਮੈਂ ਉਹ ਬੋਲੀ ਤੇ ਆਪਣੀ ਬੋਲੀ ਲਵਾ ਕੇ ਅੱਗੇ ਜਾਣਾ। ਜੋ ਵਾਅਦੇ ਵਾਲੀ ਗੱਲ ਨਹੀਂ ਕਰਦੇ, ਅਸੀਂ ਸਿਰਫ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਰਦੇ ਵੀ ਅਸੀਂ ਤੁਹਾਡੀ ਜਿਹੜੀ ਆਵਾਜ਼ ਆ ਅਸਲ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਉੱਥੇ ਜਾ ਕੇ ਬੁਲੰਦ ਕਰਾਂਗੇ ਜਿਹੜੀ ਕਰ ਸਕਦੇ। ਪਰ ਲੀਡਰ ਤਾਂ ਕਹਿੰਦੇ ਵਾਅਦੇ ਕਰਨੇ ਚਾਹੀਦੇ ਆ। ਲੀਡਰਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ ਇਹੀ ਫਰਕ ਆ ਜੀ। ਲੀਡਰਾਂ ਤੁਸੀਂ ਕਿ ਨਹੀਂ, ਗੁਰੂ ਸਾਹਿਬ ਨੇ ਸਾਨੂੰ ਜੋ ਦਿੱਤਾ ਮੀਰੀ ਪੀਰੀ ਦਾ ਕਨਸੈਪਟ ਦਿੱਤਾ ਸੀ ਉਹਦੇ ਤੇ ਪਹਿਰਾ ਦੇਣ ਵਾਲੇ ਬੰਦੇ ਆ। ਸਤਿ ਸ਼੍ਰੀ ਅਕਾਲ, ਆਰ ਐੱਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ, ਉਮੀਦ ਕਰਦਾ ਠੀਕ ਠਾਕ ਹੋਵੋਗੇ। 2024 ਦੀਆਂ ਵੋਟਾਂ 'ਤੇ ਹਰ ਇੱਕ ਦੀ ਨਜ਼ਰ ਹੈ ਕਿ 4 ਜੂਨ ਨੂੰ ਕੀ ਹੋਣ ਵਾਲਾ ਹੈ, ਕਿਉਂਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਅਤੇ 4 ਜੂਨ ਨੂੰ ਨਤੀਜੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਹੋਣਗੇ। ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਇਸ ਵਾਰੀ ਜੇ ਗੱਲ ਕਰਾਂ ਤਾਂ ਪੰਥਕ ਧਿਰਾਂ ਜਿਹੜੀਆਂ ਨੇ, ਪੰਥਕ ਵੋਟ ਜਿਹੜੀ ਆ ਉਹਨਾਂ ਨੇ ਜਿਹੜਾ ਹੈਗਾ ਆ ਉਹ ਵੱਖਰਾ ਰੁਝਾਨ ਇਸ ਵਾਰ ਦੇਖਣ ਨੂੰ ਮਿਲ ਰਿਹਾ ਆ। ਕਈ ਸੀਟਾਂ ਦੇ ਉੱਪਰ ਜਿਹੜਾ ਰੁਝਾਨ ਵੱਖਰਾ ਉਹ ਦੇਖਣ ਨੂੰ ਮਿਲ ਰਿਹਾ ਪੰਥਕ ਚਿਹਰਿਆਂ ਦਾ, ਅਤੇ ਵੋਟਰਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਰੁਝਾਨ ਆ ਕਿ ਇਸ ਵਾਰ ਪੰਥਕ ਜਿਹੜਾ ਹੈ ਲੋਕਾਂ ਨੂੰ ਉਹ ਵੋਟ ਪਾਈ ਜਾਵੇ ਜਾਂ ਸਾਡੇ ਆਗੂ ਇਸ ਵਾਰ ਇਸ ਤਰ੍ਹਾਂ ਦੇ ਹੋਣ। ਕਈ ਹਲਕਿਆਂ ਜਿਨ੍ਹਾਂ ਦੇ ਰੁਝਾਨ ਪਹਿਲਾਂ ਕੁਝ ਹੋਰ ਸੀ ਪਰ ਦਿਨ ਆਉਂਦੇ 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 ਬਦਲੇ ਆ। ਅੱਜ ਅਸੀਂ ਲੁਧਿਆਣਾ ਦੇ ਵਿੱਚ ਹਾਂ ਤਾਂ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅੰਮ੍ਰਿਤਪਾਲ ਸਿੰਘ ਛੰਦਰਾਂ ਹੋਰੀ ਜਿਹੜੇ ਆ ਉਹ ਚੋਣ ਲੜ ਰਹੇ ਨੇ, ਸ਼ਹੀਦ ਭਾਈ ਰਛਪਾਲ ਸਿੰਘ ਛੰਦਰਾਂ ਦੇ ਸਪੁੱਤਰ ਨੇ। ਭਾਈ ਸਾਹਿਬ ਸਾਡੇ ਨਾਲ ਹੋਣਗੇ, ਭਾਈ ਸਾਹਿਬ ਦਾ ਸਵਾਗਤ ਕਰਾਂਗੇ।
ਔਰ ਗੱਲ ਭਾਈ ਸਾਹਿਬ ਦੇ ਨਾਲ ਜਿਹੜੀ ਹੈਗੀ ਆ ਵਿਚਾਰ ਚਰਚਾ ਕਰਾਂਗੇ, ਖਾਸ ਕਰ ਲੁਧਿਆਣਾ ਤੇ। ਭਾਈ ਸਾਹਿਬ ਸਭ ਤੋਂ ਵੱਡਾ ਸਵਾਗਤ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਠਾਕ ਹੋ ਜੀ? ਹਾਂਜੀ, ਐਂ ਚੜ੍ਹਦੀ ਕਲਾ ਤੁਸੀਂ ਚੱਲ ਰਿਹਾ ਚੋਣ ਪ੍ਰਚਾਰ? ਵਧੀਆ ਚੱਲ ਰਿਹਾ ਜੀ, ਲੱਗੇ ਹੋਏ ਆ ਆਪਣੇ ਕੰਮ ਕਰਨ ਦੇ ਵਿੱਚ। ਜੇ ਮੈਂ ਗੱਲ ਕਰੀਏ ਭਾਈ ਸਾਹਿਬ ਕਿ ਇਸ ਵਾਰੀ ਜੇ ਦੇਖਿਆ ਜਾਵੇ 19 ਦੀਆਂ ਚੋਣਾਂ ਤੋਂ, 14 ਦੀਆਂ ਚੋਣਾਂ ਤੋਂ, ਇਹ ਚੋਣਾਂ ਵੱਖਰੀਆਂ ਨੇ ਕਿਉਂਕਿ ਇਸ ਵਾਰੀ ਲੋਕਾਂ ਦਾ ਰੁਝਾਨ ਜਿਹੜਾ ਉਹ ਪੰਥਕ ਧਿਰਾਂ ਕੰਨੀ, ਪੰਥਕ ਜਿਹੜੇ ਹੈਗੇ ਆਗੂ, ਉਹਨਾਂ ਕੰਨੀ ਹੋਇਆ, ਤੁਸੀਂ ਮੰਨਦੇ ਹੋ ਇਹ ਗੱਲ? ਹਾਂਜੀ, ਜਿਹੜਾ ਬਦਲਾਵ ਜਿਹੜਾ ਬਹੁਤ ਜ਼ਿਆਦਾ ਆਇਆ, ਕਿਉਂਕਿ ਹੁਣ 19 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਰਫ ਇੱਕ ਸੀਟ ਤੋਂ ਲੜੇ ਸੀ, ਉਹ ਸੀਗੀ ਸੰਗਰੂਰ ਦੀ ਸੀਟ। ਉਹ ਤੋਂ ਬਾਅਦ 22 ਦੀ ਜਿਹੜੀ ਆਈ ਅਤੇ ਬਾਈ ਦੀਪ ਸਿੱਧੂ ਦਾ ਜਿਹੜਾ ਇੱਕ ਪਹਿਲਾਂ ਦਿੱਲੀ ਦਾ ਜਿਹੜਾ ਸੰਘਰਸ਼ ਚੱਲਿਆ, ਉਹ ਤੋਂ ਬਾਅਦ ਬਾਈ ਦੀਪ ਸਿੱਧੂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇਣਾ, ਉਹਦੇ ਵਿੱਚ ਨੌਜਵਾਨੀ ਨੂੰ ਜਿਹੜਾ ਬਹੁਤ ਵੱਧ ਚੜ੍ਹ ਕੇ ਜਿਹੜਾ ਬਈ ਉਹਨਾਂ ਨੂੰ ਹੰਗਾਰਾ ਉਹਨਾਂ ਨੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, ਅਤੇ ਉਹਨਾਂ ਦੀ ਜਿਹੜੀ ਸ਼ਹਾਦਤ ਤੋਂ ਬਾਅਦ ਲੋਕ ਫਿਰ ਇੱਕੋ ਵਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਨੂੰ ਉਹ ਲੜੇ ਆ, ਪੰਥਕ ਬੋਰਡ ਵੱਲ ਨੂੰ ਉਹ ਲੜੇ ਆ, ਅਤੇ ਉਹ ਚੀਜ਼ ਦਾ ਹੁਣ ਕਈ ਜਿਹੜੇ ਲੋਕ ਆ ਉਹਨਾਂ ਨੂੰ ਵੀ ਪਤਾ ਵੀ ਅੱਜ ਜਿਹੜਾ ਪੰਜਾਬ ਦਾ ਜਿਹੜਾ ਨੌਜਵਾਨੀ ਦਾ ਜਿਹੜਾ ਹੈਗਾ ਉਹ ਵੀ ਅੱਜ ਪੰਥਕ ਜਿਹੜਾ ਹੈਗਾ ਵੀ ਰਾਜਨੀਤੀ ਵੱਲ ਨੂੰ ਝੁਕਾਅ ਹੋ ਰਿਹਾ। ਸੋ ਉਸ ਕਰਕੇ ਕੁਛ ਕੁ ਹੁਣ ਦੂਜੇ ਮਖੋਟੇ ਵਾਲੇ ਚਿਹਰੇ ਵੀ ਆ ਰਹੇ ਆ। ਮੈਂ ਉੱਥੇ ਆ ਰਿਹਾ, ਜੇ ਲੁਧਿਆਣੇ ਦੀ ਗੱਲ ਕਰੀਏ, ਪਿਛਲੇ ਦਿਨੀ ਮੇਰੀ ਕਮਲਜੀਤ ਸਿੰਘ ਬਰਾੜ ਹੋਰਾਂ ਦੇ ਨਾਲ ਵੀ ਗੱਲ ਹੁੰਦੀ ਆ, ਆਪਣੇ ਆਪ ਨੂੰ ਪੰਥਕ ਚਿਹਰੇ ਦੇ ਤੌਰ 'ਤੇ ਉਭਾਰਿਆ, ਉਹ ਕਹਿੰਦੇ ਨੇ ਕਿ ਮੈਂ ਸਿੱਖੀ ਦੀ ਗੱਲ ਕਰਾਂ, ਸਿੱਖ ਕੌਮ ਦੀ ਮੈਂ ਗੱਲ ਕਰਦਾ, ਮੇਰੇ ਸਿੱਖ ਨੇ ਉਹ ਮੈਨੂੰ ਵੋਟ ਪਾਉਣਗੇ। ਦੂਸਰੇ ਪਾਸੇ ਤੁਸੀਂ ਹੋ ਸ਼ਹੀਦ ਪਰਿਵਾਰ ਦੇ ਨਾਲ ਸੰਬੰਧਿਤ ਹੋ, ਤੁਸੀਂ ਵੀ ਮਤਲਬ ਵੋਟ ਮੰਗ ਰਹੇ ਹੋ। ਹੁਣ 605 ਦੇ ਵਿੱਚ ਆ ਜਿਹੜੀ ਸਿੱਖ ਕੌਮ ਦੀ ਗੱਲ ਕਰਾਂ ਤਾਂ ਲੁਧਿਆਣੇ ਦੇ ਵੋਟਾਂ ਦੀ ਗੱਲ ਕਰਾਂ, ਉਹ ਕਿਹਨੂੰ ਪੰਥਕ ਮੰਨਣ ਜਾਂ ਕਿਹਨੂੰ ਸਿੱਖ ਚਿਹਰਾ ਮੰਨਣ, ਕਿਹਨੂੰ ਵੋਟਾਂ ਪਾਉਣ? ਦੇਖੋ, ਮੈਂ ਜਿਹੜੀ ਗੱਲ ਆ, ਇੱਕ ਹੁੰਦੇ ਵੀ ਜਿਹੜੇ ਰਾਜਨੀਤਿਕ ਬੰਦੇ ਆ, ਰਾਜਨੀਤਿਕ ਬੰਦਿਆਂ ਨੂੰ ਆਪਣਾ ਗੱਲ ਜਿਹੜੀ ਪਲੋਸਣੀ ਬਹੁਤ ਵਧੀਆ ਆਉਂਦੀ ਆ, ਉਹ ਬਹੁਤ ਵਧੀਆ ਢੰਗ ਨਾਲ ਪਲੋਸ ਦਿੰਦੇ ਆ ਵੀ ਜਿਹੜਾ ਲੋਕਾਂ ਦੇ ਦਿਮਾਗ 'ਚ ਆ ਕੇ ਸਿੱਧੀ ਵੱਜਦੇ ਆ ਵੀ ਇਹ ਬੰਦਾ ਬਹੁਤ ਵਧੀਆ ਗੱਲ ਕਰ ਰਿਹਾ ਜਾਂ, ਹੈ ਨਾ, ਗੁਰੂ ਸਾਹਿਬ ਦੇ ਬਾਣੀ 'ਚੋਂ ਵੀ ਜਿਵੇਂ ਲੈ ਕੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਕੰਮ ਸੁਣਾਓ। ਹਾਂਜੀ, ਸੋ ਜਿਹੜੀ ਗੱਲ ਹੈ ਵੀ ਅਸਲ ਤੁਹਾਡਾ ਪਿਛੋਕੜ ਬਹੁਤ ਮਾਇਨੇ ਰਖਾਉਂਦਾ, ਬਈ ਤੁਹਾਡਾ ਇਤਿਹਾਸ ਕੀ ਆ, ਤੁਹਾਡੇ ਪਰਿਵਾਰਕ ਇਤਿਹਾਸ ਕੀ ਹੈ, ਵੀ ਤੁਸੀਂ ਕਰਦੇ ਕੀ ਰਹੇ ਹੋ ਹੁਣ ਤੱਕ, ਤੁਹਾਡਾ ਪਰਿਵਾਰਕ ਤੌਰ 'ਤੇ ਸਿਸਟਮ ਕੀ ਆ। ਹੁਣ ਤੁਸੀਂ ਖਾਸ ਤੌਰ 'ਤੇ ਜੇ ਕਮਲਜੀਤ ਬਰਾੜ ਦੀ ਜਿਵੇਂ ਤੁਸੀਂ ਗੱਲ ਤੋਰੀ ਆ, ਉਹਨਾਂ ਦੇ ਪਿਤਾ ਦਰਸ਼ਨ ਸਿੰਘ ਬਰਾੜ ਜਿਹੜੇ ਦਰਸ਼ਨ ਖੋਟੇ ਦੇ ਨਾਂ 'ਤੇ ਵੀ ਜਾਣੇ ਜਾਂਦੇ ਆ, ਉਹ 1992 ਦੇ ਵਿੱਚ ਜੇ ਆਪਾਂ ਬਿਆਨਸਿਓ ਦੀ ਸਰਕਾਰ ਦੀ ਗੱਲ ਕਰਦੇ ਹਾਂ ਅਤੇ ਉਹ ਬੁੱਚੜਪਣੇ ਦੇ ਵਿੱਚ ਜਿਹੜੀ ਪਹਿਲੇ ਨੰਬਰ 'ਤੇ ਸਰਕਾਰ ਸੀਗੀ ਜਿਹਨੇ ਪੰਜਾਬ ਦੇ ਵਿੱਚ ਸਾਡੇ ਨੌਜਵਾਨੀ ਦਾ ਘਾਣ ਕੀਤਾ, ਸਾਡੇ ਧੀਆਂ ਭੈਣਾਂ ਦਾ ਜਿਹੜਾ ਉਹਨਾਂ ਨੇ ਉੱਥੇ ਬੇਪਤ ਕਰੀ ਆ, ਉਹਦੇ ਵਿੱਚ ਕੋਈ ਦੋ ਰਾਹ ਨਹੀਂ ਹੈਗੇ ਵੀ KPS ਗਿੱਲ ਜੇ ਬੁੱਚੜ ਕਿਹਾ ਜਾਂਦਾ ਅਤੇ ਉਹਦੇ ਵਿੱਚ ਸਰਕਾਰ ਜਿਹੜੀ ਸੀ ਉਹ ਬਿਆਨਸਿਓ ਦੀ ਸਰਕਾਰ ਸੀ ਜਿਹੜੀ ਬੁੱਚੜਪਣੇ ਦੇ ਵਿੱਚ ਜਿਹੜੇ ਪਹਿਲੇ ਨੰਬਰ 'ਤੇ ਸੀ, ਅਤੇ ਉਹਨਾਂ ਦਾ ਜਿਹੜਾ ਸਾਥ ਦੇਣ ਵਾਲੇ ਬੰਦੇ ਸੀ ਉਹ ਦਰਸ਼ਨ ਖੋਟੇ ਵਰਗੇ, ਉਹਨਾਂ ਦੇ ਜਿਹੜੇ ਰਾਈਟ ਹੈਂਡ ਸੀਗੇ ਉਹ ਸੀਗੇ ਜਿਹੜੇ ਜਗਰਾਉਂ 'ਤੇ ਇੱਥੇ MLA ਸੀਗਾ ਅਤੇ ਜਿਹਨੇ ਸਾਰਾ ਕੁਛ ਉੱਥੇ ਨਾਲ ਉਹਨਾਂ ਦਾ ਸਾਥ ਦਿੱਤਾ ਇਹ ਚੀਜ਼ਾਂ ਦੇ ਵਿੱਚ। ਸੋ ਹੁਣ ਪਿੱਛੇ ਜੇ ਓਪਨ ਡਿਬੇਟ ਵੀ ਹੋਈ ਆ ਸਾਡੀ, ਉੱਥੇ ਇਹਨਾਂ ਦਾ ਕੋਈ ਬੁਲਾਰਾ ਆਇਆ ਸੀਗਾ ਅਤੇ ਬੁਲਾਰਾ ਕਹਿੰਦਾ ਜੀ ਵੀ ਨਹੀਂ ਤੁਸੀਂ ਸ਼ਹੀਦ ਪਰਿਵਾਰਾਂ ਕੋਲ ਜਾਓ, ਅਤੇ ਉਹਨਾਂ ਨੂੰ ਪੁੱਛਿਓ ਵੀ ਸਾਡੇ ਦਰਸ਼ਨ ਸਿੰਘ ਬਰਾੜ ਨੇ ਕਿਹਦਾ ਕਿਹਦਾ ਸਾਥ ਦਿੱਤਾ। ਹੁਣ ਕੁਦਰਤੀ ਗੱਲ ਇਹ ਆ ਵੀ ਮੈਂ ਆਪ ਸ਼ਹੀਦ ਪਰਿਵਾਰ 'ਚੋਂ ਹਾਂ, ਅਤੇ 1992 ਦੇ ਵਿੱਚ ਮੇਰੇ ਪਿਤਾ ਜੀ ਜਿਹੜੇ BTF ਭਿੰਡਰਾਂਵਾਲਾ ਟਾਈਗਰ ਫੋਰਸ ਦੇ ਚੀਫ ਸੀਗੇ, ਅਤੇ ਉਹ ਇੱਥੇ ਲੁਧਿਆਣੇ ਦੇ ਵਿੱਚ ਆ, ਨਾਲੇ ਕਿਲੋਮੀਟਰ ਦੇ ਗਿੱਲ ਨਹਿਰ ਆ, ਅਤੇ ਇੱਥੇ ਹੀ ਫੜੇ ਗਏ ਸੀਗੇ ਅਤੇ ਇੱਥੇ ਹੀ ਨਾਲ ਅੱਗੇ ਜਾ ਕੇ ਜਿਹੜਾ CA ਸਟਾਫ ਆ ਉੱਥੇ ਇੰਟੈਰੋਗੇਟ ਕੀਤਾ ਗਿਆ, ਅਤੇ ਜਿੱਥੇ ਅੰਤਾਂ ਦਾ ਉਹਨਾਂ ਨਾਲ ਜਿਹੜਾ ਇੰਟੈਰੋਗੇਟ ਕੀਤਾ ਗਿਆ, ਤਸ਼ੱਦਦ ਕੀਤਾ ਗਿਆ, ਉਹਨੇ ਲੱਤ ਵੱਢ ਦਿੱਤੀ ਸੀ, ਆਹ ਸਾਰੇ ਸਰੀਏ ਪਾਏ ਹੋਏ ਸੀਗੇ, ਜੀਭ ਵੱਢਤੀ ਸੀ, ਅੱਖਾਂ ਕੱਢਤੀਆਂ ਸੀਗੀਆਂ,
ਹੋਰ ਇਹਦੇ ਤੋਂ ਉੱਤੇ ਕਿ ਜਵਾੜੇ 'ਚ ਗੋਲੀ ਮਾਰੀ ਹੋਈ ਸੀ ਉਹਨਾਂ ਦੇ ਲਾਸਟ ਜਿਹੜਾ ਸੀਗਾ, ਜਿਹੜੇ ਬਾਕੀ ਦੇ ਹੱਥ ਪੈਰ ਤੋੜੇ ਸੀ ਉਹ ਤਾਂ ਗੱਲ ਬਹੁਤ ਦੂਰ ਦੀ ਸੀ, ਅਤੇ ਫਿਰ ਵੀ ਉਹਨਾਂ ਨੇ ਉਹ ਤਸ਼ੱਦਰ ਸਹਿ ਕੇ ਵੀ ਉਹਨਾਂ ਨੇ ਕੋਈ ਆਪਣਾ ਜਿਹੜਾ ਕਿਸੇ ਨੂੰ ਦੱਸਿਆ ਨਹੀਂ, ਕੇ ਪੀ ਐੱਸ ਗਿੱਲ ਦਾ ਜਿਹੜੇ ਮੂੰਹ 'ਤੇ ਜਿਹੜਾ ਥੁੱਕਿਆ ਉਹ ਜਿਹੜੀ ਗੱਲ ਬਾਹਰ ਆਈ ਉੱਥੇ ਪੁਲਿਸ 'ਚੋਂ ਹੀ ਆਈ ਬਈ ਉਹਨਾਂ ਨੇ ਕਿਹਾ ਵੀ ਮੈਨੂੰ ਪਾਣੀ ਦਿਉ ਅਤੇ ਉਹਨਾਂ ਨੇ ਕੁਰਲੀ ਜਿਹੜੀ ਉਹਦੇ ਮੂੰਹ 'ਤੇ ਕਰੀ ਅਤੇ ਉਹਨਾਂ ਨੇ ਕਿਹਾ ਵੀ 75 ਸਾਲਟਾਂ ਜਿਹੜੀਆਂ ਨੇ ਬਈ ਉਹ ਬਈ ਇੱਥੇ ਹੀ ਨੇ ਪਟਿਆਲਾ ਲੁਧਿਆਣੇ ਦੇ ਵਿੱਚ, ਅਤੇ ਜੇ ਤੇਰੇ 'ਚ ਹਿੰਮਤ ਆ ਤੂੰ ਆਹੀ ਕਹਾ ਦੇ ਵੀ ਮੈਂ ਤੇਰੇ ਮੂੰਹ 'ਤੇ ਕੁਰਲੀ ਕੀਤੀ ਆ। ਪਰ ਦੂਜੇ ਪਾਸੇ ਇਹਨਾਂ ਦਾ ਜਿਹੜਾ ਫਿਰ ਨਾਲ ਕੇ ਆਪਣੇ ਕੇ ਐੱਲ ਐੱਫ ਦੇ ਜਿਹੜੇ ਪ੍ਰਧਾਨ ਸੀਗੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ, ਉਹ ਸ਼ਹੀਦ ਹੋਇਆ, ਉਹ ਵੀ 1992 ਦੇ ਵਿੱਚ ਹੋਏ ਆ, ਉਹ ਵੀ ਲੁਧਿਆਣੇ ਦੇ ਵਿੱਚ ਹੋਏ ਆ। ਫਿਰ ਤੀਜੇ ਭਾਈ ਸੁਖਦੇਵ ਸਿੰਘ ਬੱਬਰ ਜਿਹੜੇ ਆਪਣੇ ਬੱਬਰ ਖਾਲਸਾ ਦੇ ਚੀਫ ਸੀਗੇ, ਉਹ ਪਟਿਆਲੇ ਤੋਂ ਫੜੇ ਗਏ ਆ, ਉਹ ਵੀ 1992 ਦੇ ਵਿੱਚ ਹੋਏ ਆ। ਤਿੰਨ ਥੰਮ ਜਿਹੜੇ ਵੱਡੇ ਜਿਹੜੇ ਜਥੇਬੰਦੀਆਂ ਚੱਲ ਰਹੀਆਂ ਸੀਗੀਆਂ ਖਾਲਿਸਤਾਨ ਦੀਆਂ, ਉਹ ਜਿਹੜੀਆਂ 1992 ਦੇ ਵਿੱਚ ਸ਼ਹੀਦ ਹੋਈਆਂ। ਜੂਨ ਦੇ ਵਿੱਚ ਫਤਿਹ ਸਾਹਿਬ ਹੋਏ ਆ, 2 ਮਹੀਨੇ ਬਾਅਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੋਏ ਆ, ਅਤੇ ਅਖੀਰ ਦੇ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਹੋਏ ਆ। ਉਹ ਤੋਂ ਬਾਅਦ ਜਿਹੜਾ ਮੇਨ ਹੈਗਾ ਉਸ ਵਕਤ ਦੇ ਜਿਹੜੇ ਮੇਨ ਜਥੇਦਾਰ ਸੀਗੇ ਭਾਈ ਗੁਰਦੇਵ ਸਿੰਘ ਕੌਂਕੇ, ਜਿਹੜੇ ਜਗਰਾਓਂ ਦੇ ਰਹਿਣ ਵਾਲੇ ਸੀਗੇ ਕੌਂਕੇ ਪਿੰਡ ਤੋਂ, ਉਹਨਾਂ ਨੂੰ ਦਸੰਬਰ ਦੇ ਵਿੱਚ ਚੱਕਿਆ ਗਿਆ ਪਿੰਡ ਦੀ ਪੰਚਾਇਤ ਉਹਨਾਂ ਦੇ ਪੰਜ ਮੇਰੀ ਕੁਦਰਤੀ ਉਹ ਓਪਨ ਡਿਬੇਟ ਤੋਂ ਪਹਿਲਾਂ 5 ਮਿੰਟ ਪਹਿਲਾਂ ਮੇਰੀ ਉਹਨਾਂ ਦੇ ਬੇਟੇ ਹਰੀ ਨਾਲ ਗੱਲ ਹੋਈ। ਮੈਂ ਹਰੀਵੀਰ ਨੂੰ ਪੁੱਛਿਆ, ਮੈਂ ਕਿਹਾ ਵੀਰੇ ਵੀ ਆਪਾਂ ਸ਼ਹੀਦ ਪਰਿਵਾਰਾਂ 'ਤੇ ਮੈਨੂੰ ਕੁਛ ਵੀ ਦੱਸੋ ਵੀ ਇਹਨਾਂ ਦਾ ਕੀ ਰੋਲ ਸੀਗਾ ਉਸ ਵਿੱਚ, ਵੀ ਇਹ MLA ਸੀ। ਅਤੇ ਉਹ ਮੇਰੇ ਭਰਾ ਨੇ ਮੈਨੂੰ ਇਹ ਗੱਲ ਦੱਸੀ, ਕਹਿੰਦੇ ਵੀ 2 ਵਾਰ ਸਾਡੇ ਪਿੰਡ ਦੀ ਪੰਚਾਇਤ ਦਰਸ਼ਨ ਸਿੰਘ ਖੋਟੇ ਕੋਲ ਗਈ, ਅਤੇ ਦਰਸ਼ਨ ਸਿੰਘ ਖੋਟੇ ਦਾ ਅੱਗਿਓਂ ਇਹ ਕਹਿਣਾ ਸੀਗਾ ਵੀ ਮੈਂ ਇੰਨਾ ਦੱਸ ਸਕਦਾ ਵੀ ਉਹ ਜਿਉਂਦੇ ਨੇ ਕਿ ਸ਼ਹੀਦ ਹੋ ਗਏ, ਹੋਰ ਇਹਦੇ ਵਿੱਚ ਮੈਂ ਕੁਛ ਨਹੀਂ ਕਰ ਸਕਦਾ। ਹੁਣ ਇੱਕ ਮੌਕੇ ਦੇ ਜਥੇਦਾਰ ਹੁਣ ਜਿਹੜੇ ਕੌਮ ਦੇ ਉਹਨਾਂ ਨੂੰ ਪੁਲਿਸ ਚੱਕਣਾ ਹੀ ਹੋਵੇ, ਅਤੇ ਉੱਥੇ ਦਾ ਜਿਹੜਾ MLA ਹੋਊਗਾ ਉਹਨੂੰ ਪਤਾ ਨਹੀਂ ਹੋਊਗਾ ਵੀ ਮੇਰੇ ਇਲਾਕੇ ਦੇ ਵਿੱਚ ਪੁਲਿਸ ਆ ਰਹੀ ਆ ਅਤੇ ਵੀ ਉਹ ਜਥੇਦਾਰ ਸਾਹਿਬ ਨੂੰ ਚੱਕਣ ਆ ਰਹੀ ਆ, ਅਤੇ ਉਹ ਤੋਂ ਬਾਅਦ ਉੱਥੇ ਹੀ ਕਿਤੇ ਇੰਟੈਰੋਗੇਸ਼ਨ ਹੋ ਰਹੀ ਹੋਊਗੀ ਉਹਨਾਂ ਦੀ, ਅਤੇ ਉਹ ਉੱਥੇ ਜਾ ਕੇ ਜੇ ਉਹ ਕੌਮ ਦੇ ਜਥੇਦਾਰ ਨੂੰ ਨਹੀਂ ਛਡਾ ਸਕਿਆ ਜੇ ਕਹੋ, ਅਤੇ ਹੋਰ ਇਹਦੇ ਉੱਪਰ ਕੀ ਬੁੱਛੜਪਣਾ ਹੋਊਗਾ। ਸੋ ਅੱਜ ਜੇ ਉਹਨਾਂ ਦੀਆਂ ਔਲਾਦਾਂ ਜਿਹੜੇ ਹੁਣ ਕਹੀਏ ਵੀ ਜੇ ਅੱਜ ਕਹਿੰਦੇ ਨੇ ਜੀ ਅਸੀਂ ਕੌਮ ਦੇ ਵੀ ਜਿਹੜੇ ਵੀ ਹੈਨਾ ਬਈ ਬਈ ਨੁਮਾਇੰਦਗੀ ਕਰਾਂਗੇ ਅਸੀਂ ਕੌਮ ਦੇ ਜਿਹੜੇ ਰਖਵਾਲੇ ਹਾਂ, ਸੋ ਉੱਥੇ ਹੁਣ ਕੌਮ ਨੂੰ ਵੇਖਣਾ ਚਾਹੀਦਾ ਵੀ ਅਸਲ ਉਹਨਾਂ ਦਾ ਇਤਿਹਾਸ ਕੀ ਆ, ਉਹਨਾਂ ਨੇ ਹੁਣ ਤੱਕ ਕੌਮ ਨਾਲ ਕੀਤਾ ਕੀ ਆ, ਕਿਉਂਕਿ ਉਹਨਾਂ ਲੋਕਾਂ ਨੂੰ ਭਲੀ ਭਾਂਤ ਪਤਾ ਜਿਹੜੇ ਇਹ ਰਾਜਨੀਤਿਕ ਲੋਕ ਨੇ ਉਹਨਾਂ ਦੇ ਇੰਟਰਵਿਊ ਸੁਣਦੇ ਆ, ਉਹਦੇ ਵਿੱਚ ਮੈਂ ਆਮ ਦੇਖਦਾ ਉਹ ਕਹਿੰਦਾ ਵੀ ਕਾਂਗਰਸ ਮਾੜੀ ਨਹੀਂ ਉਹਦੇ ਵਿੱਚ ਕੁਛ ਲੋਕ ਮਾੜੇ ਆ। ਅਤੇ ਉਹਦੇ ਨਾਲ ਨਾਲ ਜੇ ਹੁਣ ਹੋਰ ਅਗਲੀ ਗੱਲ ਕਰਦੇ ਹਾਂ ਉਹ ਸ਼ਰੇਆਮ ਉਹਨੂੰ ਪਤਾ ਵੀ ਅੱਜ ਜਿਹੜੀ ਕੌਮ ਦਾ ਝੁਕਾਓ ਆ ਉਹ ਪੰਥ ਵੱਲ ਆ, ਕੌਮ ਵੱਲ ਆ, ਅਤੇ ਜਿਹੜੇ ਰਾਜਨੀਤਿਕ ਬੰਦੇ ਉਹਨਾਂ ਨੂੰ ਪਤਾ ਵੀ ਅੱਜ ਮਖੋਟਾ ਲੈ ਕੇ ਅਸੀਂ ਜੇ ਪੰਥ ਕੌਮ ਦੀਆਂ ਵੋਟਾਂ ਪਲੋ ਸਕਦੇ ਤਾਂ ਲੈ ਲਈਏ, ਕਿਉਂਕਿ ਏਜੰਸੀਆਂ ਦਾ ਵੀ ਇਹ ਜ਼ੋਰ ਲੱਗਿਆ ਰਹਿੰਦਾ ਵੀ ਜਿਹੜੀ ਜਦੋਂ ਵੀ ਕੋਈ ਪੰਥ ਦੇ ਕੌਮ ਦੀ ਜਿਹੜੀ ਰਾਜਨੀਤੀ ਉੱਪਰ ਆਉਂਦੀ ਆ ਅਤੇ ਉਹਦੇ ਵਿੱਚ ਅਸੀਂ ਆਪਣੇ ਬੰਦੇ ਫਿੱਟ ਕਿਵੇਂ ਨਾ ਕਿਵੇਂ ਕਰਕੇ ਰੱਖੀਏ ਤਾਂ ਜੋ ਜਿਹੜੀ ਵੀ ਇਹ ਲੜਾਈ ਆ ਇਹ ਲੜਾਈ ਬਿਖਰ ਕੇ ਰਹਿ ਜੇ। ਹੁਣ ਤੱਕ ਅਸੀਂ ਸਾਡੀ ਲੜਾਈ ਜਿਹੜੀ ਆ ਉਹ ਬਿਖਰੀ ਉਹ ਤਾਂ ਵਾ ਜਦੋਂ ਵੀ ਕੋਈ ਪੰਥ ਜਾਂ ਕੌਮ ਦੀ ਗੱਲ ਆਉਂਦੀ ਆ ਅਤੇ ਉੱਥੇ ਵਿੱਚ ਬੰਦੇ ਜਿਹੜੇ ਆ ਵਿਕ ਜਾਂਦੇ ਆ। ਤੁਹਾਨੂੰ ਵੀ ਲੱਗਦਾ ਵੀ ਕਮਲਜੀਤ ਬਰਾੜ ਦੇ ਪਿੱਛੇ ਕੋਈ ਨਾ ਕੋਈ ਏਜੰਸੀ ਹੋ ਸਕਦੀ ਆ? ਮੈਂ ਉਹਨਾਂ ਦਾ ਬੈਕਗ੍ਰਾਊਂਡ ਜਿਹੜਾ ਪਹਿਲਾਂ ਹੀ ਦੱਸਤਾ, ਜਿਨ੍ਹਾਂ ਨੇ ਪਹਿਲਾਂ ਹੀ ਸਰਕਾਰਾਂ ਦੇ ਵਿੱਚ ਕੰਮ ਕਰ ਚੁੱਕੇ ਆ, ਜਿਨ੍ਹਾਂ ਨੇ ਸਾਡੇ ਨੌਜਵਾਨੀਆਂ ਦਾ ਘਾਣ ਕੀਤਾ, ਜਿਨ੍ਹਾਂ ਨੇ ਮੇਨ ਜਿਹੜੇ ਉਸ ਵੇਲੇ ਦੇ ਪਰਿਵਾਰ ਸੀਗੇ ਜਿਨ੍ਹਾਂ ਨੇ ਮੇਨ ਉਹ ਲੜਾਈ ਸਟ੍ਰੀਮ ਦੇ ਵਿੱਚ ਲੜਨੀ ਦੀ ਕੀਤੀ, ਸਾਡੇ ਪਰਿਵਾਰ 'ਚ 4 ਸ਼ਹੀਦ ਹੋਏ ਆ। ਮੈਂ ਜਦੋਂ 13 ਦਿਨ ਦਾ ਸੀ ਮੇਰੇ ਦਾਦਾ ਜੀ ਸ਼ਹੀਦ ਹੋਏ ਆ, ਮੇਰੇ ਫਾਦਰ ਸਾਹਿਬ ਮੈਂ 9 ਮਹੀਨੇ ਦਾ ਸੀ ਜਦ ਸ਼ਹੀਦ ਹੋਏ ਆ, 3 ਦਿਨ ਬਾਅਦ ਮੇਰੇ ਮਾਤਾ ਦੇ ਨਾਨੀ ਜੀ ਸ਼ਹੀਦ ਹੋਏ ਆ, ਅਤੇ ਉਹ ਤੋਂ ਬਾਅਦ ਮੇਰੇ ਦਾਦੀ ਜੀ ਨੇ ਮੈਨੂੰ ਪਾਲਿਆ। ਜੇ ਉਦੋਂ ਇਹ ਜੇ ਲੋਕਾਂ ਦੇ ਵਿੱਚ ਕੋਈ ਸ਼ਰਮ ਆਉਂਦੀ ਜਾਂ ਹੁੰਦੀ ਕੌਮ ਪ੍ਰਤੀ ਤਾਂ ਇਹ ਉਦੋਂ ਖੜ੍ਹਦੇ,
ਉਦੋਂ ਇਹ ਕਿਉਂ ਨਹੀਂ ਖੜੇ? ਉਦੋਂ ਤਾਂ ਇਹ ਕੌਮ ਦੇ ਜਿਹੜੇ ਉਲਟ ਭੁਗਤਦੇ ਰਹੇ ਆ, ਅੱਜ ਇਹਨਾਂ ਦੀ ਕੌਮੀਅਤ ਕਿਵੇਂ ਜਾਗੀ? ਇਹ ਤਾਂ ਹੁਣ ਕੌਮ ਨੂੰ ਦੇਖਣਾ ਪੈਣਾ ਨਾ। ਅੱਛਾ, ਮੈਂ ਇੱਕ ਸਵਾਲ ਜ਼ਰੂਰ ਲੈਣਾ ਚਾਹੂੰਗਾ, ਜਿਵੇਂ ਤੁਸੀਂ ਗੱਲ ਕਰੇ ਕਿ 13 ਦਿਨਾਂ ਦੇ ਜਦੋਂ ਤੁਹਾਡੇ ਦਾਦਾ ਸ਼ਹੀਦ ਸੀ, ਮਤਲਬ ਸ਼ਾਇਦ ਉਦੋਂ ਤੁਹਾਨੂੰ ਮਿਲਣਾ ਰਹੀ ਸੀ ਜਿਸ ਵੇਲੇ ਉਹਨੂੰ, ਹਾਂਜੀ, ਇਲਾਕੇ ਤੋਂ ਚੁੱਕਿਆ ਗਿਆ ਹੈ ਨਾ। ਜਦੋਂ ਮੈਂ ਹੋਇਆ ਜੀ, ਕੁਦਰਤੀ ਫਾਦਰ ਸਾਹਿਬ ਉਹਨੀ ਦਰਾਹੇ ਜਿਹੜਾ ਸਾਥੀ ਹੋਰ ਵੀ ਸੀ ਤੁਹਾਡੇ ਫਾਦਰ ਸਾਹਿਬ, ਹਾਂਜੀ, ਉਹਨਾਂ ਨਾਲ ਇੱਕ ਬਲਦੇਵ ਸਿੰਘ ਸੀਗੇ ਅਤੇ ਫਾਦਰ ਸਾਹਿਬ ਅਤੇ ਬਲਦੇਵ ਸਿੰਘ ਸੀਗੇ ਅਤੇ ਉਹ ਦਰਾਹੇ ਘੁੰਮ ਰਹੇ ਸੀਗੇ ਅਤੇ ਦਾਦਾ ਜੀ ਉੱਥੇ ਜਪਣ ਸਟੋਰ ਆ ਅਤੇ ਉਹਨਾਂ ਦੇ ਉੱਥੇ ਆਪਣੇ ਕੁੜਤੇ ਪਜਾਮੇ ਸਮਾਉਣ ਆਉਂਦੇ ਹੁੰਦੇ ਸੀਗੇ ਅਤੇ ਜਦੋਂ ਫਾਦਰ ਸਾਹਿਬ ਉਹਨੇ ਮਿਲੇ ਤਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਉਹਨਾਂ ਦੇ ਪੋਤਾ ਹੋਇਆ ਅਤੇ ਫਾਦਰ ਸਾਹਿਬ ਨੇ ਉਦੋਂ ਕਿਹੜਾ ਨਾ ਕੋਈ ਫੋਨ ਹੁੰਦਾ ਸੀ ਨਾ ਕੁਛ ਅਤੇ ਫਾਦਰ ਸਾਹਿਬ ਕਹਿੰਦੇ ਵੀ ਆਜੋ ਤੁਹਾਨੂੰ ਵੀ ਮੈਂ ਤੁਹਾਡਾ ਪੋਤਾ ਮਿਲਾ ਕੇ ਲੈ ਕੇ ਆਉਂਦਾ। ਉਹ ਬੜੇ ਚਾਵਾਂ ਨਾਲ ਵੀ ਗੱਡੀ 'ਚ ਬਹਿ ਕੇ ਉੱਥੋਂ ਨਿਕਲੇ ਸੀ, ਸਾਈਕਲ ਉੱਥੇ ਜੱਪਣ ਵਾਲਿਆਂ ਦੇ ਖੜਾ ਕੇ ਗਏ ਆ ਵੀ ਮੈਂ ਆਉਂਦਾ, ਮੈਂ ਆ ਕੇ ਸਾਈਕਲ ਚੱਕਦਾ। ਪਰ ਰਾਸਤੇ 'ਚ ਅੱਗੇ ਜਾ ਕੇ ਜਿਹੜਾ ਇੱਕ ਲੱਗਿਆ ਹੋਇਆ ਸੀਗਾ, ਨਾਕਾ ਲੱਗਿਆ ਹੋਇਆ ਸੀ, ਨਾਕੇ ਦੇ ਵਿੱਚ ਜੇ ਹੁਣ ਹਥਿਆਰ ਸੀਗੇ ਵੀ ਉਹ ਜੇ ਫੜੇ ਜਾਂਦੇ ਤਾਂ ਫਿਰ ਗਲਤ ਹੋ ਜਾਣਾ ਸੀ ਕੰਮ। ਅਤੇ ਫਾਦਰ ਸਾਹਿਬ ਨੇ ਬਲਦੇਵ ਸਿੰਘ ਨੂੰ ਕਿਹਾ ਵੀ ਤੁਸੀਂ ਹਥਿਆਰ ਲੈ ਕੇ ਨਿਕਲ ਜਾਓ, ਕੋਈ ਗੱਲ ਨਹੀਂ ਵੀ ਅਸੀਂ ਵਿੱਚ ਦੀ ਨਿਕਲਦੇ ਹਾਂ। ਜੇ ਹੁਣ ਜੀਪ ਮੋੜਦੇ ਤਾਂ ਫਿਰ ਸ਼ੱਕ ਹੋਣਾ ਸੀ। ਅਤੇ ਜਦੋਂ ਜੀਪ ਤੋਂ ਅੱਗੇ ਉੱਥੇ ਨਾਕੇ 'ਤੇ ਪਹੁੰਚੇ ਅਤੇ ਉਹ ਕਹਿੰਦੇ ਤੁਸੀਂ ਪਿੱਛੇ ਕਿਉਂ ਰੁਕੇ ਸੀਗੇ? ਉਹ ਕਹਿੰਦੇ ਜੀ ਵੀ ਸਾਡੇ ਇੱਕ ਰਿਸ਼ਤੇਦਾਰ ਇੱਥੇ ਰਹਿੰਦੇ ਆ ਅਤੇ ਵੀ ਮੈਂ ਉਹਨਾਂ ਦਾ ਪਤਾ ਕਰਨ ਨੂੰ ਵੀ ਰੁਕਿਆ ਸੀਗਾ ਵੀ ਕਿੱਥੇ ਕੁ ਰਹਿੰਦੇ ਆ। ਅਤੇ ਉਹਨਾਂ ਨੇ ਉੱਥੇ ਫਾਦਰ ਸਾਹਿਬ ਨੂੰ ਬਿਠਾ ਲਿਆ ਅਤੇ ਦਾਦਾ ਜੀ ਨੂੰ ਕਿਹਾ ਵੀ ਤੁਸੀਂ ਪਤਾ ਕਰਕੇ ਆਓ ਬਈ ਉਹਨਾਂ ਨੂੰ, ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਆਓ ਅਤੇ ਵੀ ਜੇ ਉਹ ਆ ਕੇ ਸ਼ਨਾਖਤ ਕਰਦੇ ਤਾਂ ਫਿਰ ਅਸੀਂ ਛੱਡ ਦਾਂਗੇ। ਹੁਣ ਜੇ ਤਾਂ ਕੋਈ ਰਿਸ਼ਤੇਦਾਰ ਹੁੰਦੇ ਫਿਰ ਤਾਂ ਉਹਨਾਂ ਲੈ ਕੇ ਆਉਂਦੇ, ਪਰ ਰਿਸ਼ਤੇਦਾਰ ਕੋਈ ਹੈ ਨਹੀਂ ਸੀ। ਪਰ ਦਾਦਾ ਜੀ ਥੋੜ੍ਹੀ ਦੇਰ ਘੁੰਮ ਫਿਰ ਕੇ ਆ ਗਏ, ਕਹਿੰਦੇ ਜੀ ਵੀ ਸਾਨੂੰ ਲੱਭੇ ਨਹੀਂ। ਉਹਨਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਗੱਡੀ ਦੇ ਕਾਗਜ਼ ਮੰਗੇ ਅਤੇ ਗੱਡੀ ਦੇ ਕਾਗਜ਼ ਹੈ ਨਹੀਂ ਸੀ ਕਿਉਂਕਿ ਉਹ ਕਿਸੇ ਦੀ ਉਦੋਂ ਗੱਡੀ ਵਗੈਰਾ ਲੈ ਕੇ ਆਉਂਦੇ ਸੀ, ਕਾਗਜ਼ ਉੱਥੇ ਰਖਾ ਦਿੰਦੇ ਸੀ ਵੀ ਤੁਸੀਂ ਰੱਖ ਲਓ ਵੀ ਬਾਅਦ 'ਚੋਂ ਤੁਸੀਂ ਚੋਰੀ ਦਾ ਜਾਂ ਕੁਛ ਕਰਾ ਦਿਓ ਗੱਡੀ ਦਾ ਜੇ ਕੋਈ ਗੱਲਬਾਤ ਹੁੰਦੀ ਆ। ਸੋ ਜਦੋਂ ਮੁੱਲਾਪੁਰ ਥਾਣੇ ਉਹ ਉੱਥੇ ਲੈ ਗਏ ਅਤੇ ਉੱਥੇ ਉਦੋਂ ਤੱਕ ਫਾਦਰ ਸਾਹਿਬ ਨੂੰ ਕਿਸੇ ਨੇ ਨਹੀਂ ਪਛਾਣਿਆ ਸੀ ਵੀ ਰਛਪਾਲ ਸਿੰਘ ਛੰਡਾ, ਵੀ ਇਹ ਰਛਪਾਲ ਸਿੰਘ ਛੰਡਾ ਸੀ ਫੜਿਆ ਹੋਇਆ। ਅਤੇ ਉਹਨਾਂ ਨੇ ਜਦੋਂ ਉੱਥੇ ਪੁੱਛਗਿੱਛ ਜਾਂ ਉਹਨਾਂ ਨੇ ਕਰੇ, ਉਹਨੇ ਆਮ ਸੈੱਲ ਵਾਂਗੂ ਉਹਨਾਂ ਨੂੰ ਬੰਦ ਕੀਤਾ ਅਤੇ ਵੀ ਇਹਨਾਂ ਦੇ ਕਾਗਜ਼ ਹੈ ਨਹੀਂ ਤਾਂ ਰੱਖੇ ਆ। ਅਤੇ ਇਹਨਾਂ ਨੂੰ ਫਿਰ ਫਾਦਰ ਸਾਹਿਬ ਨੂੰ ਇਹ ਸੀਗਾ ਵੀ ਕੋਈ ਵੱਡਾ ਅਫਸਰ ਆ ਕੇ ਤਾਂ ਮੈਨੂੰ ਪਛਾਣ ਸਕਦੇ ਆ। ਅਤੇ ਉਹਦੇ ਜਿਹੜੇ ਬਾਥਰੂਮ ਸੀਗੇ ਉਹ ਉੱਪਰ ਕੋਠੇ ਛੱਤ ਦੇ ਸੀਗੇ ਅਤੇ ਫਾਦਰ ਸਾਹਿਬ ਨੇ ਕਿਹਾ ਵੀ ਮੈਨੂੰ ਵੀ ਲੂਜ ਮੋਸ਼ਨ ਲੱਗੇ ਹੋਏ, ਮੈਂ ਵੀ ਟੋਇਲਟ ਜਾਣਾ ਚਾਹੁੰਦਾ, ਮੈਨੂੰ ਉੱਪਰ ਜੇ ਲੈ ਕੇ ਜਾਓ। ਉਹ ਜਦੋਂ ਉੱਪਰ ਲੈ ਕੇ ਗਏ ਆ ਤਾਂ ਫਾਦਰ ਸਾਹਿਬ ਉੱਪਰੋਂ ਛਾਲ ਮਾਰ ਕੇ ਕੋਠੇ ਤੋਂ ਭੱਜ ਗਏ ਅਤੇ ਉਹਨਾਂ ਨੇ ਨਹੀਂ ਧਿਆਨ ਦਿੱਤਾ ਵੀ ਕਿਉਂਕਿ ਉਦੋਂ ਤੱਕ ਉਹ ਆਮ ਬੰਦੇ ਵਾਂਗੂ ਟ੍ਰੀਟ ਕਰ ਰਹੇ ਸੀ। ਜਦ ਉਹਨਾਂ ਨੇ ਪਿੱਛੋਂ ਮੰਦਰ ਸੀਗਾ ਅਤੇ ਉੱਥੇ ਕੋਈ ਆ ਕੇ ਕਿਸੇ ਨੇ ਦੱਸਿਆ ਵੀ ਥੋੜ੍ਹਾ ਇੱਥੋਂ ਬੰਦਾ ਕੋਈ ਉੱਪਰ ਭੱਜ ਗਿਆ ਅਤੇ ਉਹਨਾਂ ਨੇ ਜਦ ਦਾਦਾ ਜੀ ਨੂੰ ਪੁੱਛਣਾ ਚਾਹਿਆ, ਦਾਦਾ ਜੀ ਪਹਿਲਾਂ ਨਹੀਂ ਦੱਸਿਆ ਵੀ ਉਹਨਾਂ ਨੂੰ ਸੀਗਾ ਵੀ ਟਾਈਮ ਦੇ ਦਈਏ ਵੀ ਜਿੰਨਾ ਨਿਕਲ ਸਕਦੇ ਆ। ਉਹ ਤੋਂ ਬਾਅਦ ਕੋਈ ਵੱਡਾ ਅਫਸਰ ਆਇਆ, ਉਹਨਾਂ ਨੇ ਦਾਦਾ ਜੀ ਨੂੰ ਪਛਾਣ ਲਿਆ ਵੀ ਇਹ ਕਹਿੰਦੇ ਇਹ ਤਾਂ ਰਛਪਾਲ ਸਿੰਘ ਛੰਡੜਾਂ ਦੇ ਵੀ ਫਾਦਰ ਨੇ। ਜਦ ਉਹਨਾਂ ਨੂੰ ਸਖਤੀ ਨਾਲ ਪੁੱਛਣਾ ਚਾਹਿਆ ਅਤੇ ਉਹਨਾਂ ਨੇ ਫਿਰ ਉੱਥੇ ਕਿਹਾ ਵੀ ਉਹ ਤੁਹਾਡਾ ਪਿਓ ਰਛਪਾਲ ਸੀਗਾ ਅਤੇ ਮੈਂ ਉਹਦਾ ਪਿਓ ਹਾਂ। ਅਤੇ ਉਹਨਾਂ ਨੇ ਫਿਰ ਉਹਨਾਂ ਨੂੰ ਇਹੀ ਬਖਲਾੜ ਦੇ ਵਿੱਚ ਵੀ ਰਛਪਾਲ ਸਿੰਘ ਛੰਡੜਾ ਸਾਡੇ ਹੱਥ 'ਚ ਆ ਕੇ ਵੀ ਭੱਜ ਗਿਆ ਅਤੇ ਉਹਨਾਂ ਨੇ ਉਹੀ ਬਖਲਾੜ ਦੇ ਵਿੱਚ ਦਾਦਾ ਜੀ ਨੂੰ ਜਿਹੜਾ ਇੰਟੈਰੋਗੇਟ ਕਰਕੇ ਫਿਰ ਅਣਪਛਾਤੀ ਜਿਹੜੀ ਡੈੱਡ ਬੋਡੀ ਕਹਿ ਕੇ ਉਹਨਾਂ ਨੇ ਸਾਡੇ ਉੱਥੇ ਪਿੰਡ ਦੇ ਲੀਹ 'ਤੇ ਪਾਏ ਸੀਗੇ। ਅਤੇ ਉਹ ਤੋਂ ਬਾਅਦ 9 ਮਹੀਨੇ ਬਾਅਦ ਜਿਹੜਾ ਫਾਦਰ ਸਾਹਿਬ ਇੱਥੇ ਆਪਣੇ ਨਾਲ ਗਿੱਲਾਂ ਹੈਗਾ, ਆਪਾਂ ਹੁਣ ਗਿੱਲ ਪਿੰਡ ਬੈਠੇ ਹਾਂ, ਨਾਲ ਨਹਿਰ 'ਤੇ 1 ਕਿਲੋਮੀਟਰ ਹੈਗਾ ਉਰਿਓਂ, ਉੱਥੇ ਇਹਨਾਂ ਦੀ ਪਛਾਣ ਕਰਤੀ ਸੀ। ਸਾਈਕਲ 'ਤੇ ਜਾ ਰਹੇ ਸੀਗੇ ਭਾਈ ਜਗਦੀਸ਼ ਸਿੰਘ ਦੀਸ਼ਾ ਅਤੇ ਭਾਈ ਰਛਪਾਲ ਸਿੰਘ ਛੰਡਣਾ, ਅਤੇ ਜਦ ਇਹ ਜਾ ਰਹੇ ਸੀਗੇ ਅਤੇ ਇਹਨਾਂ ਦੇ ਲਿਆ ਕੇ ਜਿਪਸੀ ਵਿੱਚ ਮਾਰੀ ਗਈ ਸੀ, ਜਿੱਥੇ ਫਾਦਰ ਸਾਹਿਬ ਦੀ ਜਿਹੜੀ ਲੱਤ ਸੀਗੀ ਉਹ ਮੌਕੇ 'ਤੇ ਟੁੱਟ ਗਈ। ਅਤੇ ਜਦ ਚਾਚਾ ਜੀ ਅੱਗੇ ਭੱਜੇ ਵੀ ਮੈਨੂੰ ਫੜ ਲੈਣਗੇ ਵੀ ਡੈਡੀ ਭੱਜਣਗੇ,
ਤੇ ਉਹਨਾਂ ਨੇ ਪਤਾ ਸੀ ਕਿ ਰਸ਼ਪਾਲ ਸਿੰਘ ਸੰਦੜਾ ਕੌਣ ਆ ਤੇ ਜਗਦੀਸ਼ ਸਿੰਘ ਦਿਸ਼ਾ ਕੌਣ ਆ। ਉਹਨਾਂ ਨੇ ਪਹਿਲਾਂ ਫਾਦਰ ਸਾਹਿਬ ਨੂੰ ਫੜ ਕੇ ਗੱਡੀ ਦੇ ਵਿੱਚ ਸੁੱਟਿਆ ਤੇ ਫਿਰ ਜਦ ਭਾਈ ਜਗਦੀਸ਼ ਸਿੰਘ ਦਿਸ਼ਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੌਕੇ 'ਤੇ ਸੈਕਿੰਡ ਟਿਕਾ ਲਿਆ ਜੀ ਤੇ ਫਿਰ ਉਹਨਾਂ ਨੂੰ ਜਿਹੜਾ ਬੁੱਛੜਪਣਾ ਕੀਤਾ। ਨਹੀਂ ਉਹ ਸੈਕਿੰਡ ਨਹੀਂ ਰੱਖਦੇ ਸੀਗੇ ਕੋਲੇ ਜੀ। ਅੱਛਾ। ਕਿਉਂਕਿ ਫਾਦਰ ਸਾਹਿਬ ਹਮੇਸ਼ਾ ਇਹ ਕਹਿੰਦੇ ਸੀਗੇ ਜੇ ਮੇਰਾ ਮੁਕਾਬਲਾ ਹੋਇਆ ਫਿਰ ਵੀ ਰਹਿੰਦੀ ਦੁਨੀਆ ਤੱਕ ਵੀ ਯਾਦ ਰਹੂਗਾ, ਜੇ ਮੈਨੂੰ ਇਹ ਇੰਟੈਰੋਗੇਸ਼ਨ ਵੀ ਕਰਨਗੇ ਤੇ ਫਿਰ ਵੀ ਉਹ ਰਹਿੰਦੀ ਦੁਨੀਆ ਤੱਕ ਯਾਦ ਰੱਖਣੇ ਵੀ ਕਿਸੇ ਬੱਬਰ ਸ਼ੇਰ ਨਾਲ ਵਾਲਾ ਪਿਆ ਸੀਗਾ। ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਫੜਿਆ ਵੀ ਗਿਆ ਉਹਨਾਂ ਨੇ ਇਹੀ ਗੱਲ ਜਦੋਂ ਉਹਨਾਂ ਨੂੰ ਇੰਟੈਰੋਗੇਟ ਕੀਤਾ ਗਿਆ ਪੁੱਛਗਿੱਛ ਲਈ ਤੇ ਉਹਨਾਂ ਨੇ ਇਹੀ ਗੱਲ ਕਹੀ ਵੀ ਮੈਂ ਇੱਕ ਜਥੇਬੰਦੀ ਦਾ ਚੀਫ ਹਾਂ, ਬਈ ਤੁਹਾਡਾ ਜੇ ਕੋਈ ਚੀਫ ਹੈਗਾ ਤੇ ਫਿਰ ਉਹਨੂੰ ਬੁਲਾਓ ਤੇ ਮੈਂ ਉਹਦੇ ਨਾਲ ਗੱਲ ਕਰੂੰਗਾ, ਮੈਂ ਕਿਸੇ ਛੋਟੇ ਮੋਟੇ ਅਫਸਰ ਨਾਲ ਗੱਲ ਨਹੀਂ ਕਰੂੰਗਾ। ਫਿਰ ਉਦੋਂ ਉਹਨਾਂ ਨੇ ਕੇਪੀਐਸ ਗਿੱਲ ਨੂੰ ਬੁਲਾਇਆ ਸੀ ਤੇ ਉਹ ਤੋਂ ਜਿਹੜਾ ਅਗਲਾ ਮੰਜਰ ਆ ਉਹ ਤੁਹਾਨੂੰ ਮੈਂ ਦੱਸਿਆ ਜੀ। ਅੱਛਾ, ਫਿਰ ਬਚਪਨ ਸਾਰਾ, ਕਿਉਂਕਿ ਇਹ ਚੀਜ਼ਾਂ ਬਚਪਨ ਤੋਂ ਸ਼ੁਰੂ ਹੋਈਆਂ, ਮਤਲਬ ਸ਼ਾਇਦ ਜਦੋਂ ਭਾਈ ਸਾਹਿਬ ਨੇ ਘਰ ਛੱਡਿਆ ਸੀ ਉਦੋਂ ਬਾਅਦ ਵੀ ਕਹਿੰਦੇ ਘਰ ਦੇ ਵਿੱਚ ਤਾਂ ਪੁਲਿਸ ਆਉਣੀ ਉਦੋਂ ਹੀ ਸ਼ੁਰੂ ਹੋ ਗਈ ਸੀ। ਹਾਂਜੀ, ਪੁਲਿਸ ਤਾਂ ਜਦੋਂ ਫਾਦਰ ਸਾਹਿਬ ਘਰ ਛੱਡ ਕੇ ਚਲੇ ਗਏ ਆ ਜੀ ਉਹ ਉਦੋਂ ਸਟਾਰਟਿੰਗ ਜਿਹੜਾ ਵੀ ਉੱਧਰ ਆਪਣੇ ਮੱਝ ਸਾਈਡ ਰਹੇ ਆ ਜਦੇ ਤੇ ਵਿਆਹ ਤੋਂ ਬਾਅਦ ਜਦ 90 ਦੇ ਵਿੱਚ ਉਹਨਾਂ ਨੂੰ ਜਦ ਇੰਚਾਰਜ ਦਿੱਤਾ ਗਿਆ BTF ਦਾ ਭਾਈ ਸੁਖਵਿੰਦਰ ਸਿੰਘ ਸੰਘਾ ਦੀ ਸ਼ਹਾਦਤ ਤੋਂ ਬਾਅਦ ਉਹ ਤੋਂ ਬਾਅਦ ਉਹਨਾਂ ਨੂੰ ਜਦ ਇੰਚਾਰਜ ਦਿੱਤਾ ਗਿਆ ਫਿਰ ਉਹ ਲੁਧਿਆਣੇ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਵਿਚਰਨਾ ਸ਼ੁਰੂ ਕੀਤਾ। ਉਹ ਤੋਂ ਪਹਿਲਾਂ ਉਹ ਰਹੇ ਉੱਧਰ ਮਾਝੇ ਦੀ ਬੈਲਟ ਦੇ ਵਿੱਚ ਨੇ ਤੇ ਉੱਥੇ ਸਾਰੇ ਘਰ ਘਰ ਜਾਣਦਾ ਜੀ ਉਹਨਾਂ ਨੂੰ ਤੇ ਉਦੋਂ ਜਿਹੜੀ ਪੁਲਿਸ ਸੀਗੀ ਹਮੇਸ਼ਾ ਘਰ ਆਉਂਦੀ ਸੀ ਤੇ ਤਾਇਆ ਜੀ ਨੂੰ ਕੁਦਰਤੀ ਅਸੀਂ ਉਦੋਂ ਪੈਸਪੂ ਆਪਣੇ ਪੈਪਸੂ 'ਚ ਲਵਾਤਾ ਸੀਗਾ ਤੇ ਉਹ ਬਠਿੰਡੇ ਰਹਿਣਾ ਸ਼ੁਰੂ ਕਰਤਾ ਸੀਗਾ ਤੇ ਜਿਹੜੇ ਦਾਦਾ ਜੀ ਅਤੇ ਦਾਦੀ ਜੀ ਸੀਗੇ ਉਹੀ ਘਰ ਰਹਿੰਦੇ ਸੀ ਪਰ ਪੁਲਿਸ ਵੀ ਮੱਝਾਂ ਕਹਿੰਦੇ ਖੁੱਲ੍ਹੀਆਂ ਰਹਿੰਦੀਆਂ ਸੀਗੀਆਂ, ਕਦੇ ਆਪ ਭੱਜਣਾ ਪੈ ਜਾਂਦਾ ਸੀਗਾ ਰਾਤ ਬਨੇਰੇ ਤੇ ਰਾਤ ਨੂੰ ਕੰਨਾਂ ਟੱਪ ਕੇ ਆ ਜਾਂਦੇ ਸੀ ਫਿਰ ਕਿਤੇ ਨਿਕਲਣਾ ਪੈ ਜਾਂਦਾ ਸੀ। ਇਹੀ ਚੱਲਦਾ ਰਿਹਾ ਜੀ ਮੰਜਰ ਉਦੋਂ। ਇਹਨਾਂ ਚੀਜ਼ਾਂ 'ਚ ਪਲੇ ਹੋ ਫਿਰ ਤੁਸੀਂ? ਹਾਂਜੀ, ਇਹੀ ਚੀਜ਼ਾਂ 'ਚ ਪਲਿਆ ਜੀ। ਜਦ 9 ਮਹੀਨੇ ਤੋਂ ਬਾਅਦ ਦਾਦੀ ਜੀ ਨੇ ਲੁਕੋ ਕੇ ਬਹੁਤ ਪਲਿਆ ਤੇ ਦਾਦੀ ਜੀ ਨੇ ਹਮੇਸ਼ਾ ਰਹਿੰਦੇ ਅਸੀਂ ਕਿਤੇ ਹੁੰਦੇ ਸੀਗੇ ਵੀ ਕਿਉਂਕਿ ਘਰ ਤਾਂ ਦੇਖਿਆ ਨਹੀਂ, ਸ਼ੁਰੂ ਤੋਂ ਕਿਰਾਏ 'ਤੇ ਰਹੇ ਹਾਂ ਜਾਂ ਉਹਨਾਂ ਟਰੱਸਟਾਂ 'ਚ ਰਹੇ ਹਾਂ ਜਿਹੜੇ ਸ਼ਹੀਦ ਪਰਿਵਾਰਾਂ ਦੇ ਨਾਂ 'ਤੇ ਬਣੇ ਸੀਗੇ, ਗੁਰੂ ਆਸਰਾ ਟਰੱਸਟ ਸੀਗਾ ਚੰਡੀਗੜ੍ਹ, ਮਾਤਾ ਗੋਦੀ ਸਹਾਰਾ ਟਰੱਸਟ ਸੀਗਾ, ਉਹਨਾਂ ਟਰੱਸਟਾਂ 'ਚ ਰਹੇ ਹਾਂ ਤੇ ਜਦ ਵਾਪਸ ਪਿੰਡ ਆਉਣਾ ਤੇ ਦਾਦੀ ਜੀ ਨੇ ਕਹਿਣਾ ਬਈ ਜੇ ਕਿਸੇ ਨੇ ਪੁੱਛਣਾ ਵੀ ਇਹ ਕਿੱਥੇ ਪੜ੍ਹਦਾ ਤੇ ਦਾਦੀ ਜੀ ਨੇ ਕਹਿਣਾ ਬੜੂ ਸਾਹਿਬ ਪੜ੍ਹਦਾ ਤੇ ਇੱਕ ਵਾਰ ਹੁੰਦਾ ਸੀ ਯਾਰ ਵੀ ਦਾਦੀ ਜੀ ਝੂਠ ਮਾਰੀ ਜਾਂਦੇ ਨੇ ਬਈ ਮੈਂ ਤਾਂ ਪੜ੍ਹਦਾ ਤਾਂ ਇੱਥੇ ਵੀ ਆਹ ਟਰੱਸਟ 'ਚ ਹਾਂ ਤੇ ਜਦ ਜਿਉਂ ਜਿਉਂ ਵੱਡੇ ਹੋਏ ਤੇ ਫਿਰ ਪਤਾ ਲੱਗਿਆ ਵੀ ਉਹ ਝੂਠ ਮਾਰਨ ਦੀ ਜਿਹੜੀ ਅਸਲ ਵਜ੍ਹਾ ਕੀ ਸੀ, ਕਿਉਂਕਿ ਸਰਕਾਰ ਟਾਈਮ ਟੂ ਟਾਈਮ ਜਿਹੜਾ ਪਤਾ ਕਰਦੀ ਰਹਿੰਦੀ ਸੀ ਵੀ ਕਿੱਥੇ ਰਹਿ ਰਹੇ ਨੇ ਕੀ ਹੈ, ਪਰ ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ ਪ੍ਰੋਪਰ, ਕਿਉਂਕਿ ਪ੍ਰੋਪਰ ਦੱਸ ਪਤਾ ਹੀ ਨਹੀਂ ਦੱਸਦੇ ਸੀ ਵੀ ਅਸੀਂ ਹੈਗੇ ਕਿੱਥੇ ਹਾਂ। ਅਤੇ ਫਿਰ ਜਦੋਂ ਵੱਡੇ ਹੋਏ ਅਤੇ ਜਦੋਂ ਹੁਣ ਮੈਂ ਵਿਚਰਨਾ ਸ਼ੁਰੂ ਕਰਿਆ ਸੀ 17-18 ਦੇ ਵਿੱਚ ਦੁਬਾਰਾ ਆਪਣੇ ਪੰਥਕ ਜਥੇਬੰਦੀਆਂ ਦੇ ਵਿੱਚ, ਅਤੇ ਮੋਸਟਲੀ ਇੰਟੈਲੀਜੈਂਸੀ ਜਾਂ ਪੁਲਿਸ ਦਾ ਇਹੀ ਸਵਾਲ ਹੁੰਦਾ ਸੀ ਵੀ ਤੁਸੀਂ ਪਹਿਲਾਂ ਕਿਤੇ ਬਾਹਰ ਚਲੇ ਗਏ ਸੀਗੇ ਜੀ, ਓਕੇ, ਕਿਉਂਕਿ ਪਹਿਲਾਂ ਉਦੋਂ ਤੱਕ ਮੇਰਾ ਰਿਕਾਰਡ ਹੀ ਨਹੀਂ ਉਹਨਾਂ ਕੋਲ, ਕਿਸੇ ਕੋਲ ਨਹੀਂ ਸੀਗਾ ਵੀ ਇਹ ਰਹਿੰਦਾ ਕਿੱਥੇ, ਰਿਕਾਰਡ ਨਹੀਂ ਸੀਗਾ? ਨਹੀਂ ਸੀਗਾ ਜੀ। ਅੱਛਾ, ਫਿਰ ਕੀ ਸਮਝਾਉਂਦੇ ਹੁੰਦੇ ਸੀ ਦਾਦੀ ਜੀ, ਕੀ ਕਹਿ ਕੇ ਉਹਨਾਂ ਦੱਸਾਂ ਮੈਂ, ਕਿਉਂਕਿ ਜਦੋਂ ਬਚਪਨ ਤੋਂ ਤਾਂ ਪੁੱਛਦੇ ਹੋਵੋਗੇ ਮਾਤਾ ਜੀ ਪਿਤਾ ਜੀ ਬਾਰੇ, ਫਿਰ ਕੀ ਕਹਿੰਦੇ ਹੁੰਦੇ ਸੀ? ਨਹੀਂ, ਦਾਦੀ ਜੀ ਨੇ ਮੈਨੂੰ ਸ਼ੁਰੂ ਤੋਂ ਦੱਸਿਆ ਜੀ ਵੀ ਆਪਾਂ ਕੋਈ ਖਾਸ ਪਰਿਵਾਰ 'ਚੋਂ ਹੈਗੇ ਹਾਂ ਅਤੇ ਕਿਉਂਕਿ ਡੈਡੀ ਦੀ ਜਿਹੜੀ ਬਰਸੀ ਸੀ, ਜੇ ਅੱਜ ਮੈਂ ਕਹਾਂ ਵੀ ਜੇ ਅੱਜ ਅੰਮ੍ਰਿਤਪਾਲ ਸਿੰਘ ਛੰਨੜਾ, ਜੇ ਅੰਮ੍ਰਿਤਪਾਲ ਸਿੰਘ ਛੰਨੜਾ ਵਾ ਉਹ ਮੇਰੀ ਦਾਦੀ ਜੀ ਦੇ ਜਿਹੜੇ ਉਹਨਾਂ ਨੇ ਮੈਨੂੰ ਰਹਿਣ ਸਹਿਣ ਦਿੱਤਾ ਉਹਦੇ ਕਰਕੇ ਹੀ ਆ, ਕਿਉਂਕਿ ਡੈਡੀ ਦੀ ਬਰਸੀ ਅਸੀਂ ਕਦੇ ਵੀ ਟਾਈਮ ਨਹੀਂ ਪੈਣ ਦਿੱਤਾ, ਡੈਡੀ ਦੀ ਬਰਸੀ ਅਸੀਂ ਲਗਾਤਾਰ ਜਿਹੜੀ ਸੀ ਉਹ ਮਨਾਉਂਦੇ ਰਹੇ ਹਾਂ ਅਤੇ ਜਦੋਂ ਅਸੀਂ ਮਨਾਉਂਦੇ ਸੀ ਪਿੰਡ ਦੇ ਵੀ ਜਿਹੜੇ ਲੋਕ ਸੀਗੇ ਉਹ ਆਉਂਦੇ ਸੀਗੇ ਉੱਥੇ ਅਤੇ ਉਹਦੇ ਨਾਲ ਲੋਕਾਂ ਨੂੰ ਪਤਾ ਲੱਗਦਾ ਸੀਗਾ ਵੀ ਉੱਥੇ ਪਹੁੰਚਦੇ ਸੀ ਔਰ ਮਿਲਦੇ ਸੀਗੇ, ਉਹ ਬਹੁਤ ਸਤਿਕਾਰ ਨਾਲ ਮਿਲਦੇ ਸੀ ਅਤੇ ਜ਼ਰੂਰ ਇੱਕ ਫੀਲ ਹੁੰਦਾ ਸੀਗਾ ਵੀ ਕੋਈ ਮੈਂ ਖਾਸ ਹਾਂ ਬੰਦੇ 'ਚੋਂ ਹੈਗਾ, ਕਿਉਂਕਿ ਜਦੋਂ ਤੁਹਾਨੂੰ ਕੋਈ ਸਤਿਕਾਰ ਮਿਲਦਾ ਬਿਲਕੁਲ ਜਦੋਂ ਤੁਸੀਂ ਉਹ ਸਤਿਕਾਰ ਵਾਪਸ ਦੇਣਾ ਹੁੰਦਾ ਤਾਂ ਉਹ ਤੁਹਾਡੀ ਡਿਊਟੀਆਂ ਬਹੁਤ ਵੱਧ ਜਾਂਦੀਆਂ ਨੇ, ਜਦੋਂ ਤੁਸੀਂ ਕਿਸੇ
ਖਾਸ ਪਰਿਵਾਰ 'ਚ ਆਉਂਦੇ ਹੋ, ਤੁਹਾਡੀਆਂ ਡਿਊਟੀ ਕੁਛ ਵੀ ਕਰਨ ਤੋਂ ਪਹਿਲਾਂ ਜਾਂ ਤੁਸੀਂ 10 ਵਾਰ ਆਪਣੇ ਪਿਤਾ ਜੀ ਦਾ ਨਾਮ ਸੋਚਣਾ ਪੈਂਦਾ ਵੀ ਉਹਨਾਂ ਦੇ ਨਾਮ 'ਤੇ ਕੀ ਪਊਗਾ ਸਰ, ਅਤੇ ਉਹ ਡਿਊਟੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ, ਤੁਹਾਡੀ ਮਾਣ ਹੁੰਦਾ ਬਹੁਤ ਵੱਡਾ ਜੀ, ਬਹੁਤ ਵੱਡਾ ਮਾਣ ਹੁੰਦਾ। ਅੱਜ ਵੀ ਧੰਨਵਾਦ ਕਰੀਦਾ ਗੁਰੂ ਸਾਹਿਬ ਦਾ ਵੀ ਤੁਸੀਂ ਇਹੋ ਜਿਹੇ ਪਰਿਵਾਰ 'ਚ ਮੈਨੂੰ ਜਨਮ ਦਿੱਤਾ, ਬਹੁਤ ਮਹਿਸੂਸ ਹੁੰਦਾ। ਪਰ ਉਹ ਘਾਟ ਬੇਬੇ ਬਾਪੂ ਦੀ ਨਹੀਂ, ਚਲੋ ਇਹ ਹੈ ਜੀ ਵੀ ਛੋਟੇ ਹੁੰਦੇ ਹੁੰਦਾ ਸੀਗਾ ਵੀ ਜਦੋਂ ਕੋਈ ਕੰਮ ਹੁੰਦਾ ਸੀ ਬਈ ਮਾਂ ਬਾਪ ਹੁੰਦੇ ਤਾਂ ਆਪਾਂ ਕੋਈ ਵਧੀਆ ਕਰਦੇ, ਪਰ ਜਿਉਂ ਜਿਉਂ ਵੱਡੇ ਹੋਏ ਫਿਰ ਨਹੀਂ ਥੈਂਕ ਯੂ, ਫਿਰ ਜਿਉਂ ਜਿਉਂ ਵੱਡੇ ਹੋਏ ਅਤੇ ਫਾਦਰ ਸਾਹਿਬ ਦਾ ਇੱਕ ਕੋਰਸ ਦੇਖੀਦਾ ਸੀ ਬਈ ਫਾਦਰ ਸਾਹਿਬ ਦੀ ਉਹ ਲੈਵਲ ਦੇਖੀਦਾ ਸੀ ਵੀ ਉਹ ਲੈਵਲ ਕੀ ਸੀਗਾ ਫਾਦਰ ਸਾਹਿਬ ਦਾ। ਓਕੇ, ਅਤੇ ਉੱਥੇ ਇੱਕ ਚੀਜ਼ ਫੀਲ ਹੁੰਦੀ ਸੀ ਵੀ ਉਹਨਾਂ ਬਈ ਰਿਸ਼ਪਾਲ ਸਿੰਘ ਛੰਡੜਾ ਵੀ ਇਹ ਸੋਚ ਸਕਦੇ ਸੀ ਵੀ ਮੇਰਾ ਇੱਕ 9 ਮਹੀਨੇ ਦਾ ਬੱਚਾ ਅਤੇ ਮੈਂ ਹੁਣ ਪੰਥ ਕੌਮ ਤੱਕ ਹੀ ਲੈਣਾ ਦੇ ਦਿਓ। ਮੈਂ ਉਦੋਂ ਇਹ ਚੀਜ਼ਾਂ ਨਾਲ ਨਾਲ ਚੱਲਦੀਆਂ ਹੀ ਆ ਸਾਰੀਆਂ, ਅਤੇ ਉਹ ਵੀ ਸੋਚਦੇ ਹੋਣਗੇ ਵੀ ਮੇਰਾ ਹੁਣ ਵੀ ਮੈਂ ਕੀ ਲੈਣਾ ਵੀ ਹੁਣ ਪੰਥ ਕੌਮ ਤੋਂ। ਬਿਲਕੁਲ, ਪਰ ਇੱਕ ਗੱਲ ਫਿਰ ਆਉਂਦੀ ਸੀ ਵੀ ਉਹਨਾਂ ਲਈ ਵੀ ਆਪਣੇ ਪਰਿਵਾਰ ਨਾਲੋਂ ਜਿਹੜਾ ਕੌਮ ਦਾ ਜਿਹੜਾ ਜੀ ਲੜਾਈ ਸੀ ਉਹ ਵੱਡੀ ਸੀ, ਸੋ ਉਸ ਕਰਕੇ ਉਹਨਾਂ ਨੇ ਜਿਹੜੀ ਉਹ ਲੜਾਈ ਨੂੰ ਪਹਿਲਾਂ ਚੁਣਿਆ ਅਤੇ ਪਰਿਵਾਰ ਬਾਅਦ 'ਚੋਂ ਰੱਖਿਆ। ਅੱਜ ਹੁਣ ਕਈ ਗੱਲਾਂ ਕਰਦੇ ਆ ਵੀ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਜਾਂ ਵੀ ਮੇਰੀ ਵੀ ਕਿਸੇ ਨੇ ਸਾਰਨੇ ਲਈ ਕੋਈ ਮੈਨੂੰ ਵਰਤ ਗਿਆ। ਮੈਂ ਇੱਕੋ ਚੀਜ਼ ਸੋਚਦਾ ਵੀ ਜੇ ਸਾਡੇ ਪਿਤਾ ਜੀ ਹੋਣੀ ਇਹ ਚੀਜ਼ ਸੋਚਦੇ ਵੀ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਨੂੰ ਕੋਈ ਪੁੱਛੂਗਾ, ਮੇਰੇ ਪਰਿਵਾਰ ਨੂੰ ਕੋਈ ਸਾਂਭੂਗਾ, ਅਤੇ ਉਹਨਾਂ ਤੋਂ ਕੁਰਬਾਨੀਆਂ ਨਹੀਂ ਹੋਣੀਆਂ ਸੀ। ਜਿਹੜੇ ਕੋਰਸ ਲਈ ਉਹ ਲੜ ਰਹੇ ਸੀਗੇ ਉਹਨਾਂ ਤੋਂ ਕੋਰਸ ਪੂਰੇ ਨਹੀਂ ਹੋਣੇ ਸੀ, ਉਹਨਾਂ ਸ਼ਹਾਦਤਾਂ ਨਹੀਂ ਹੋਣੀਆਂ ਸੀ, ਉਹਨਾਂ ਲਈ ਹਮੇਸ਼ਾ ਉਹਨਾਂ ਦੀ ਕੌਮ ਅਤੇ ਉਹਨਾਂ ਲਈ ਹਮੇਸ਼ਾ ਉਹਨਾਂ ਦਾ ਪੰਥ ਪਹਿਲਾਂ ਸੀਗਾ, ਪਰਿਵਾਰ ਅਤੇ ਬਾਕੀ ਚੀਜ਼ਾਂ ਉਹਨਾਂ ਲਈ ਬਾਅਦ 'ਚੋਂ ਸੀਗੀਆਂ ਵੀ ਮੇਰੇ ਪਰਿਵਾਰ ਨੂੰ ਕੋਈ ਬਾਅਦ 'ਚੋਂ ਪੁੱਛੂਗਾ ਕਿ ਨਹੀਂ। ਸੋ ਉਹੀ ਚੀਜ਼ ਜਦ ਅੰਦਰ ਜਦ ਬਾਅਦ 'ਚੋਂ ਵੱਡੇ ਹੋ ਕੇ ਉਹ ਚੀਜ਼ ਸਮਝੀ ਗੱਲ, ਉਹੀ ਚੀਜ਼ ਅਸੀਂ ਲੈ ਕੇ ਚੱਲਦੇ ਹਾਂ ਹਮੇਸ਼ਾ, ਅਤੇ ਉਹੀ ਲੜਾਈ ਨੂੰ ਹਮੇਸ਼ਾ ਵੱਡੇ ਕਰੀਦਾ ਵੀ ਜਿੱਥੇ ਮੇਰੇ ਫਾਦਰ ਸਾਹਿਬ ਹੁਣ ਲੜਾਈ ਛੱਡ ਕੇ ਗਏ ਨੇ ਉਹ ਲੜਾਈ ਨੂੰ ਅਸੀਂ ਅੱਗੇ ਲੈ ਕੇ ਜਾਣਾ ਅਤੇ ਉਹ ਕੋਰਸ ਨੂੰ ਅੱਗੇ ਵਧਾਉਣਾ। ਜਿਵੇਂ ਤੁਸੀਂ ਗੱਲ ਕਰੀ ਆ ਕਿ ਉਹ ਕੁਛ ਕਹਿੰਦੇ ਨੇ, ਇਹੀ ਪਿਛਲੇ ਦਿਨਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਉੱਪਰ ਇੱਕ ਇਲਜ਼ਾਮ ਦੇ ਲੱਗੇ ਸੀ, ਮੇਰੀ ਇੰਟਰਵਿਊ ਸੀਗੀ। ਹਾਂਜੀ, ਤੋ ਤੁਹਾਨੂੰ ਲੱਗਦਾ ਕਿ ਸਿਮਰਨ, ਕਿਉਂਕਿ ਤੁਸੀਂ ਵੀ ਉਹਨਾਂ ਦੀ ਪਾਰਟੀ ਵੱਲੋਂ, ਤੁਹਾਨੂੰ ਲੱਗਦਾ ਸਿਮਰਨਜੀਤ ਸਿੰਘ ਮਾਨ ਕਿਸੇ ਨੂੰ ਇਸ ਤਰ੍ਹਾਂ ਦੇ ਨੂੰ ਵਰਤ ਕੇ ਛੱਡ ਸਕਦੇ ਆ? ਦੇਖੋ ਵੀਰ ਜੀ, ਗੱਲ ਇਹ ਆ ਜਿਵੇਂ ਹੁਣ ਮੈਂ ਉਹ ਤੁਹਾਡੇ ਉਹ ਮੈਂ ਬਿਆਨ ਬਹੁਤ ਚੱਲ ਰਿਹਾ ਅਤੇ ਮੈਂ ਸੁਣਿਆ ਵੀ ਆ ਜਿਹੜਾ ਭਾਈ ਸਰਬਜੀਤ ਸਿੰਘ ਦਾ, ਜੀ ਮੈਂ ਉਹਦੇ ਵਿੱਚ ਇੱਕੋ ਗੱਲ ਸਮਝਦਾ ਵੀ ਜਿਵੇਂ ਹੁਣ ਤੁਹਾਨੂੰ ਮੈਂ ਕਿਹਾ ਵੀ ਸਾਡੇ ਫਾਦਰ ਸਾਹਿਬ ਹੁਣ ਜੇ ਸੋਚ ਲੈਂਦੇ ਵੀ ਮੈਨੂੰ ਕੋਈ ਪੁੱਛੂਗਾ ਮੇਰੇ ਬੱਚਿਆਂ ਨੂੰ ਅਤੇ ਮੇਰੇ ਪਰਿਵਾਰ ਨੂੰ ਕੋਈ ਸਾਂਭੂਗਾ ਅਤੇ ਮੈਂ ਵੀ ਫਿਰ ਮੈਂ ਸ਼ਹਾਦਤ ਕਰੂੰਗਾ, ਅਤੇ ਉਹਨਾਂ ਤੋਂ ਸ਼ਹਾਦਤਾਂ ਹੋਣੀਆਂ ਨਹੀਂ ਸੀਗੀਆਂ, ਉਹਨਾਂ ਲਈ ਉਹਨਾਂ ਦੇ ਕੋਸ ਵੱਡੇ ਸੀਗੇ, ਉਹਨਾਂ ਲਈ ਉਹਨਾਂ ਦੀ ਕੌਮ ਵੱਡੀ ਸੀ, ਪਰਿਵਾਰ ਬਾਅਦ 'ਚੋਂ ਸੀਗੇ। ਦੂਜੀ ਗੱਲ, ਅੱਜ ਵੀ ਜੇ ਅਸੀਂ ਇਹ ਲੜਾਈ ਲੜਦੇ ਹਾਂ, ਜੇ ਅਸੀਂ ਇਹ ਚੀਜ਼ ਸੋਚੀਏ ਵੀ ਮੈਨੂੰ ਕੋਈ ਮੇਰੇ ਨਾਲ ਸਾਥ ਦਊਗਾ ਅਤੇ ਮੈਂ ਤਾਂ ਮੈਂ ਕਰੂੰਗਾ, ਅਤੇ ਉਹ ਤੁਹਾਡਾ ਲੜਾਈ ਦਾ ਫਿਰ ਉਹ ਤੁਹਾਡਾ ਨਿਸ਼ਾਨਾ ਸਹੀ ਨਹੀਂ ਹੈਗਾ। ਜਦੋਂ ਤੁਹਾਡੇ ਨਿਸ਼ਾਨਾ ਇੱਕ ਹੋਣਾ ਚਾਹੀਦਾ, ਮੈਂ ਆਪਣੇ ਬਾਪੂ ਦੀ ਲੜਾਈ ਅੱਗੇ ਲੈ ਕੇ ਜਾਣੀ ਆ, ਉੱਥੇ ਤੁਹਾਨੂੰ ਕੋਈ ਪੁੱਛੇ ਨਾ ਪੁੱਛੇ, ਤੁਹਾਡੇ ਨਾਲ ਖੜੇ ਨਾ ਖੜੇ, ਉੱਥੇ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ, ਬਸ ਮੈਂ ਨਿਸ਼ਾਨੇ 'ਤੇ ਜਾਣਾ। ਸੋ ਜਿਹੜੀ ਅੱਜ ਆਪਾਂ ਗੱਲ ਕਰਦੇ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ, ਜੇ ਮੈਂ ਭਾਈ ਸਰਬਜੀਤ ਸਿੰਘ ਦੀ ਗੱਲ ਕਰਾਂ, ਪਹਿਲੇ 2 ਇਲੈਕਸ਼ਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਲੜਾਏ ਆ, ਜਦੋਂ ਸ਼ਹੀਦ ਪਰਿਵਾਰਾਂ ਨੂੰ ਕੋਈ ਪੁੱਛਦਾ ਨਹੀਂ ਸੀ, ਕੋਈ ਖੜਦਾ ਨਹੀਂ ਸੀ, ਬਹੁਤ ਟਕਸਾਲਾਂ ਵੀ ਨੇ, ਬਹੁਤ ਜਿਹੜੇ ਹੋਰ ਜਥੇਬੰਦੀਆਂ ਨੇ, SGPC ਆ, ਬਾਦਲ ਦਲ ਨੇ, ਬਿਲਕੁਲ, ਪਰ ਇਲੈਕਸ਼ਨ ਕਿਹਨੇ ਲੜਾਏ? ਸਿਮਰਜੀਤ ਸਿੰਘ ਮਾਨ ਨੇ। ਅੱਜ ਮੈਂ 33 ਸਾਲ ਦਾ, ਮੈਂ ਦੂਜਾ ਇਲੈਕਸ਼ਨ ਲੜ ਰਿਹਾ MP ਦਾ, ਕਿਹਨੇ ਲੜਾਇਆ? ਸਿਮਰਜੀਤ ਸਿੰਘ ਮਾਨ ਨੇ। ਜੇ ਵਿਸ਼ਵਾਸ ਕੀਤਾ ਸਿਮਰਜੀਤ ਸਿੰਘ ਮਾਨ ਨੇ, ਹਾਂ ਕੱਲ੍ਹ ਨੂੰ ਮੇਰੇ
ਮੈਨੂੰ ਜੇ ਵੋਟਾਂ ਪੈ ਗਈਆਂ ਲੋਕ ਮੇਰੇ ਤੇ ਵਿਸ਼ਵਾਸ ਕਰਨ ਲੱਗ ਗਏ, ਬੜੀਆਂ ਪਾਰਟੀਆਂ ਆਉਣਗੀਆਂ ਮੇਰੇ ਪਿੱਛੇ ਚੱਲ ਕੇ, ਬਿਲਕੁਲ ਮੇਰੀ ਬੋਲੀ ਵੀ ਲਾਉਣਗੀਆਂ। ਹੁਣ ਉਹ ਮੇਰੀ ਜ਼ਮੀਰ ਮੰਨਦੀ ਹੈ ਵੀ ਮੈਂ ਉਹ ਜ਼ਮੀਰ ਤੇ ਖੜਨਾ, ਆਪਣੇ ਬਾਪੂ ਲਈ ਜ਼ਮੀਰ ਤੇ ਖੜਨਾ ਕਿ ਮੈਂ ਉਹ ਬੋਲੀ ਤੇ ਆਪਣੀ ਬੋਲੀ ਲਵਾ ਕੇ ਅੱਗੇ ਜਾਣਾ। ਇਹ ਜਿਹੜਾ ਕੌਜ਼ ਆ ਇਹ ਉਹ ਲੜਾਈ ਆ। ਜੇ ਅਸੀਂ ਕਹੀਏ ਬਈ ਅੱਜ ਬਈ ਮੈਨੂੰ ਉਹਨਾਂ ਨੇ ਪੁੱਛਿਆ ਨਹੀਂ, ਮਾਨ ਸਾਹਿਬ ਨੂੰ ਜੇ ਹੁਣ ਉਹ ਪਿਛਲੇ 40 ਸਾਲ ਤੋਂ ਲੜਾਈ ਲੜਦੇ ਆ ਰਹੇ ਆ, ਚਾਹੇ ਉਹ ਹਾਰੇ ਆ ਜਿੱਤੇ ਆ, ਐਂ ਤਾਂ ਫਿਰ ਮਾਨ ਸਾਹਿਬ ਕੱਲ੍ਹ ਨੂੰ ਕਹਿਣ ਵੀ ਮੈਨੂੰ ਕਿਹੜਾ ਕਿਸੇ ਨੇ ਪੁੱਛਿਆ ਅਤੇ ਮੈਂ ਲੜਾਈ ਕੀ ਲੜ ਕੇ ਕੀ ਕਰਨਾ, ਉਹਨਾਂ ਕੋਲ ਤਾਂ ਸਾਰਾ ਕੁਛ ਉਹਨਾਂ ਦੀ ਜ਼ਮੀਨ ਜਾਇਦਾਦ ਹੈਗੀ ਆ। ਬਿਲਕੁਲ ਬਿਲਕੁਲ, ਪਰ ਉਹਨਾਂ ਲਈ ਵੀ ਉਹਨਾਂ ਦੀ ਲੜਾਈ ਜ਼ਰੂਰੀ ਹੈ ਨਾ। ਬਿਲਕੁਲ, ਸੋ ਜੇ ਅਸੀਂ ਉਹ ਲੜਾਈ ਨੂੰ ਸਮਝ ਕੇ ਚੱਲਾਂਗੇ ਵੀ ਸਾਡੀ ਲੜਾਈ ਕੀ ਆ, ਕਿਹਨਾਂ ਨਾਲ ਆ, ਫਿਰ ਤਾਂ ਠੀਕ ਹੈ। ਜਿਵੇਂ ਹੁਣ ਪਿੱਛੇ ਜੇ ਇੱਕ ਦਿਨ ਮਾਨ ਸਾਹਿਬ ਹੱਸਦੇ ਸੀਗੇ, ਗੱਲ ਕਰ ਰਹੇ ਸੀ, ਉਹ ਕਹਿੰਦੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਕਾਨਫਰੰਸ ਸੀਗੀ ਅਤੇ ਕਹਿੰਦੇ ਇੱਕ ਪਾਸੇ ਗੁਰੂ ਘਰ ਦੇ ਸਾਹਮਣੇ ਜਿਹੜੀ ਕਾਨਫਰੰਸ ਆਪਣੀ ਚੱਲ ਰਹੀ ਸੀ, ਜਿਹੜੀ ਪਾਰਕਿੰਗ ਹੈਗੀ ਆ ਗਰਾਊਂਡ 'ਚ ਬਣਿਆ ਹੋਇਆ, ਕਹਿੰਦੇ ਲੈਣਾ ਪਾਰ ਸੀਗੀ ਬਾਦਲ ਦਲ ਦੀ ਜੀ, ਅਤੇ ਕਹਿੰਦੇ ਉੱਥੇ ਗੱਲ ਚੱਲਦੀ ਸੀਗੀ ਵੀ ਇੱਕ ਆਹ ਵਾ ਕਾਨਫਰੰਸ ਚੱਲ ਰਹੀ ਜਿੱਥੇ ਜ਼ਮੀਰਾਂ ਵਾਲੇ ਬੈਠੇ ਆ, ਅਤੇ ਉੱਥੇ ਕਹਿੰਦੇ ਚੰਦੂ ਮਾਜਰਾ ਸਾਹਿਬ ਵੀ ਉਦੋਂ ਬੈਠੇ ਸੀਗੇ। ਓਕੇ, ਅਤੇ ਕਹਿੰਦੇ ਇੱਕ ਸੀਗੀ ਲੈਣ ਪਾਰ ਬੈਠੀ, ਕਿਸੇ ਬੰਦੇ ਨੇ ਕਿਹਾ ਵੀ ਇੱਕ ਲੈਣੋਂ ਪਾਰ ਬੈਠੀ ਆ ਜਿਹੜੇ ਜ਼ਮੀਰਾਂ ਵਾਲਿਆਂ ਦੇ ਮੁੱਲ ਲਾਉਂਦੇ ਆ, ਅਤੇ ਉਹ ਸਟੇਜਾਂ ਦੇ ਉੱਥੇ ਬੈਠੇ ਜਿਹੜੇ ਮੁੱਲ ਲਵਾ ਕੇ ਜਾਂਦੇ ਆ, ਅਤੇ ਕਹਿੰਦੇ ਚੰਦੂ ਮਾਜਰਾ ਸਾਹਿਬ ਉੱਥੇ ਬੈਠੇ ਸੀ, ਕਹਿੰਦੇ ਥੋੜ੍ਹੇ ਦਿਨ ਬਾਅਦ ਚੰਦੂ ਮਾਜਰਾ ਸਾਹਿਬ ਆਪਣਾ ਮੁੱਲ ਲਵਾ ਕੇ ਉੱਥੇ ਪਹੁੰਚ ਚੁੱਕੇ ਸੀ ਦੂਜੇ ਪਾਸੇ। ਸੋ ਇਹ ਗੱਲ ਬਹੁਤ ਵੱਡੀ ਆ ਵੀ ਤੁਸੀਂ ਆਪਣਾ ਮੁੱਲ ਜਿਹੜਾ ਵਾ ਤੁਹਾਨੂੰ ਵੀ ਜੇ ਅੱਜ ਤੁਹਾਨੂੰ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਦੇ ਸੀ ਆਪਣਾ ਮੁੱਲ ਲਵਾਉਣਾ ਕਿ ਤੁਸੀਂ ਆਪਣੇ ਫਾਦਰ ਸਾਹਿਬ ਦਾ ਜਿਹੜਾ ਕੌਜ਼ ਆ ਜਿਹੜੀ ਤੁਹਾਡੀ ਲੜਾਈ ਆ ਉਹਨੂੰ ਵੱਡਾ ਕਰਨਾ। ਅੱਛਾ, ਰਾਜਨੀਤੀ ਦੇ ਵਿੱਚ ਆਏ ਹੋ, ਕੀ ਮਕਸਦ ਆ, ਕਿਹੜੇ ਮਕਸਦ ਦੇ ਨਾਲ ਰਾਜਨੀਤੀ ਦੇ ਵਿੱਚ ਆਏ ਹੋ? ਦੇਖੋ, ਜਦੋਂ ਮੈਂ ਵੱਡਾ ਹੋ ਕੇ ਜਦੋਂ ਪੰਥਕ ਸਭਾ ਦੇ ਵਿੱਚ ਵਿਚਰਨਾ ਸ਼ੁਰੂ ਕਰਿਆ ਜੀ, ਅਤੇ ਗੁਰੂ ਸਾਹਿਬ ਨੇ ਸਾਨੂੰ ਮੇਰੀ ਪੀਰੀ ਦਾ ਜਿਹੜਾ ਕੰਸੈਪਟ ਦਿੱਤਾ, ਬਿਲਕੁਲ, ਅਤੇ ਮੈਂ ਉਹਦੇ ਵਿੱਚ ਇੱਕੋ ਹੀ ਚੀਜ਼ ਵੇਖੀ ਵੀ ਇਹੋ ਜਿਹੀ ਕਿਹੜੀ ਜਥੇਬੰਦੀ ਆ ਜਾਂ ਕਿਹੜੀ ਪਾਰਟੀ ਆ ਜਿਹੜੀ ਰਾਜਨੀਤਿਕ ਤੌਰ 'ਤੇ ਉਹ ਚੀਜ਼ ਨੂੰ ਵੱਡਾ ਕਰ ਰਹੀ ਆ, ਜਿਹੜੇ ਜਿੱਥੇ ਸਾਡੇ ਫਾਦਰ ਸਾਹਿਬ ਛੱਡ ਕੇ ਗਏ ਆ ਉਹ ਕੌਜ਼ ਨੂੰ ਅੱਗੇ ਨਾਲ ਲੈ ਕੇ ਚੱਲ ਰਹੀ ਆ। ਮੈਨੂੰ ਇੱਕੋ ਇੱਕ ਸਰਦਾਰ ਸਿਮਰਜੀਤ ਸਿੰਘ ਮਨ ਦਿਖੇ, ਅਤੇ ਮੈਂ ਇਹਨਾਂ ਨਾਲ 2019 'ਚ ਜੁੜਿਆ, ਉਦੋਂ ਪਹਿਲਾਂ ਮੈਂ ਇਹਨਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀਗਾ, ਉਦੋਂ ਮੈਂ ਸਾਰਾ 23-24 ਸਾਲ ਦਾ ਸੀਗਾ, ਅਤੇ ਉਹ ਤੋਂ ਬਾਅਦ ਜਦੋਂ ਦਾ ਉਹਨਾਂ ਨਾਲ ਜੁੜਿਆ ਅਸੀਂ ਲੜਾਈ ਜਿਹੜਾ ਇੱਕ ਲੜਦੇ ਆ ਰਹੇ ਹਾਂ ਉਹ ਨੌਜਵਾਨਾਂ ਦੀ ਵੀ ਲੜਾਈ ਆ। ਅੱਜ ਤੱਕ ਜੇ ਅਸੀਂ ਕਹੀਏ ਸਾਡੇ ਕਈ ਬੜੇ ਪੜ੍ਹੇ ਲਿਖੇ ਨੌਜਵਾਨ ਕਹਿੰਦੇ ਸਾਡੀ ਕੌਮ ਕੋਲ ਜਿਹੜਾ ਲੀਡਰ ਨਹੀਂ ਹੈਗਾ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸਾਨੂੰ ਵੀ ਲੀਡਰ ਚਾਹੀਦਾ ਕਿਹੋ ਜਿਹਾ। ਜਦੋਂ ਦੀਪ ਸਿੱਧੂ ਅਤੇ ਲੱਖੇ ਸਿਧਾਣੇ 'ਤੇ ਇਲਜ਼ਾਮ ਲੱਗੇ ਵੀ 26 ਜਨਵਰੀ ਨੂੰ ਉੱਥੇ ਉਹਨਾਂ ਨੇ ਵੀ ਝੰਡਾ ਚੜ੍ਹਾਇਆ, ਗਦਾਰ ਕਿਹਾ ਗਿਆ, ਉਦੋਂ ਇੱਕੋ ਇੱਕ ਲੀਡਰ ਖੜ੍ਹੇ ਆ ਕੇ ਉਹ ਸੀਗਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਕਿਹਾ ਵੀ ਇਹਨਾਂ ਨੂੰ ਮੈਂ ਕਿਹਾ ਵੀ ਝੰਡਾ ਚੜ੍ਹਾਉਣ ਨੂੰ ਤਾਂ ਮੇਰੇ ਸਾਡੇ ਹੀਰੋ ਨੇ ਕੌਮ ਦੇ, ਅਤੇ ਜੇ ਇਹਨਾਂ ਦੀ ਕੋਈ ਕਾਰਵਾਈ ਹੋਣੀ ਆ ਬਰਾਬਰ ਮੇਰੇ 'ਤੇ ਕਰੋ। ਅੱਜ ਤੱਕ ਜੇ ਭਾਨੇ ਸਿੱਧੂ ਨੂੰ ਚੱਕਿਆ ਉਹਦੇ ਲਈ ਉੱਥੇ ਖੜ੍ਹੇ, ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਧਰਨਾ ਵੀ ਲੱਗਿਆ ਜਾਂ ਕਿਤੇ ਵੀ ਹੋਇਆ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹਿਲੇ ਦਿਨ ਤੋਂ ਖੜ੍ਹੀ, ਪਹਿਲੇ ਦਿਨ ਜਿਹੜੀ ਸਟੇਜ ਮਿਲੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਬਰਸੀ ਸੀ, ਅਤੇ ਪਹਿਲੀ ਸਟੇਜ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆ ਉਹਨਾਂ ਨੂੰ ਬੋਲਣ ਨੂੰ ਮਿਲੀ। ਹੋਰ ਕੌਮ ਨੂੰ ਲੀਡਰ ਕਿਹੋ ਜਿਹਾ ਚਾਹੀਦਾ? ਜਾਂ ਤਾਂ ਲੀਡਰ ਉਹ ਚਾਹੀਦਾ ਵੀ ਜਿਹੜਾ ਦਿੱਲੀ ਦੇ ਜਾ ਕੇ ਲੱਤਾਂ 'ਚ ਬਹਿ ਜੇ, ਜਾਂ ਲੀਡਰ ਉਹ ਚਾਹੀਦਾ ਵੀ ਜਿਹੜਾ ਦਿੱਲੀ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੇ।
ਤੁਸੀਂ ਮੰਨਦੇ ਹੋ ਸਿਮਰਜੀਤ ਸਿੰਘ ਮਾਨ ਉਹ ਨੇ ਜਿਹੜੇ ਦਿੱਲੀ ਦੀਆਂ ਅੱਖਾਂ 'ਚ ਅੱਖਾਂ ਬਾਰੇ ਗੱਲ ਕਰਦੇ ਆ? ਪਿਛਲੇ 40 ਸਾਲ ਤੋਂ ਕਰ ਰਹੇ ਆ ਜੀ। ਜੇ ਦੀਪ ਸਿੱਧੂ ਇੱਕ ਪੜ੍ਹਿਆ ਲਿਖਿਆ ਨੌਜਵਾਨ ਸੀ, ਬਿਲਕੁਲ, ਉਹਨੇ ਸਾਰੇ ਰੰਗ ਢੰਗ ਦੇਖਿਆ ਸੀ, ਬੀਜੇਪੀ ਦੇ ਵੀ ਦੇਖਿਆ ਸੀ, ਬਾਕੀ ਥਾਵਾਂ ਦੇ ਵੀ ਦੇਖਿਆ ਸੀਗਾ, ਜੇ ਉਹ ਆ ਕੇ ਇੱਕ ਸਟੇਜ 'ਤੇ ਆ ਕੇ ਖੜਿਆ ਤੇ ਉਹ ਇੱਕੋ ਇੱਕ ਸਿਮਰਜੀਤ ਸਿੰਘ ਮਾਨ ਦੀ ਸਟੇਜ ਸੀ ਤੇ ਜਿੱਥੇ ਉਹਨੇ ਸ਼ਰੇਆਮ ਇਹ ਗੱਲ ਕਹੀ, ਕਿਰਪਾਨ ਫੜ ਕੇ ਤੇ ਝਾੜੂ ਫੜ ਕੇ ਵੀ ਸਾਨੂੰ ਗੁਰੂ ਸਾਹਿਬ ਨੇ ਕੀ ਦਿੱਤਾ, ਤੇ ਉਹਨੇ ਇਹ ਸਾਰਾ ਕਿਹਦੇ ਲਈ ਕੀਤਾ ਜਾਂ ਕਿਹਦੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ? ਉਹ ਸਿਮਰਜੀਤ ਸਿੰਘ ਮਾਨ ਦੀ ਕੀਤੀ। ਉਹਨੇ ਸਾਰੀਆਂ ਪਾਰਟੀਆਂ ਦੇਖ ਚੁੱਕਿਆ ਸੀ ਨਾ, ਉਹਨੇ ਨੌਜਵਾਨੀ ਨੂੰ ਦੱਸਿਆ ਵੀ ਸਾਡਾ ਜਿਹੜੀ ਲੜਾਈ ਆ ਵੀ ਆਹੀ ਪਾਰਟੀ ਨਾਲ ਲੜ ਸਕਦੇ ਹਾਂ, ਹੋਰ ਕਿਸੇ ਨਾਲ ਨਹੀਂ ਲੜ ਸਕਦੇ। ਸੋ ਹੋਰ ਹਜੇ ਸਾਡੇ ਲਈ ਕੀ ਨੇਰਾ? ਅੱਛਾ, ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ, ਮੈਂ ਸਵਾਲ ਜ਼ਰੂਰ ਲੈਣਾ ਚਾਹੂੰਗਾ ਕਮਲਜੀਤ ਸਿੰਘ ਬਰਾੜ ਹੋਰਾਂ ਦਾ, ਇੱਥੋਂ ਜਿਹੜੇ ਚੋਣ ਲੜ ਰਹੇ ਆ, ਜਿਹਨਾਂ ਦੇ ਪੋਸਟਰ 'ਤੇ ਨਿਗਾਹ ਮਾਰਦਾ, ਮੇਰੀ ਅੱਜ ਹੀ ਆਉਂਦਿਆਂ ਨਿਗਾਹ ਵੱਜੀ ਆ, ਤਾਂ ਉੱਥੇ ਇੱਕ ਤਸਵੀਰ ਉਹਨਾਂ ਦੀ ਆ, ਨਾਲ ਹੀ ਤਸਵੀਰ ਭਾਈ ਅੰਮ੍ਰਿਤਪਾਲ ਸਿੰਘ ਦੀ ਆ। ਤੁਸੀਂ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਸਿੰਘ ਦੇ ਲਈ ਸਿਮਰਜੀਤ ਸਿੰਘ ਮਾਨ ਖੜ੍ਹੇ ਨੇ, ਤੁਹਾਡੀ ਪਾਰਟੀ ਖੜ੍ਹੀ ਆ, ਪਰ ਇਸ ਵਾਰੀ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਚੋਣ ਲੜ ਰਹੇ ਨੇ ਉਹ ਆਪਣਾ ਪ੍ਰਚਾਰ ਇਸ ਤੌਰ 'ਤੇ ਕਰ ਰਹੇ ਨੇ ਕਿ ਭਾਈ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਲੜ ਰਿਹਾ? ਦੇਖੋ ਗੱਲ ਇਹ ਆ ਜੀ, ਗੱਲ ਉੱਥੇ ਆ ਜਾਂਦੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜੋ ਉਹਨਾਂ ਦੇ ਫਰਜ਼ ਸੀ ਜੀ ਉਹਨਾਂ ਨੇ ਪੂਰਨ ਤੌਰ 'ਤੇ ਨਿਭਾਏ ਆ ਜੀ। ਜਦੋਂ 2 ਮਹੀਨੇ ਪਹਿਲਾਂ ਮੇਰਾ ਜਦ ਲਾਂਚ ਹੋਇਆ ਉਦੋਂ ਹੀ ਭਾਈ ਹਰਪਾਲ ਸਿੰਘ ਬਲੇਰ ਦਾ ਹੋਇਆ ਸੀ ਜੀ, ਅਤੇ ਜਦੋਂ ਹਰਪਾਲ ਸਿੰਘ ਬਲੇਰ ਤੋਂ ਪਤਾ ਲੱਗਿਆ ਜਾਂ ਪਾਰਟੀ ਨੂੰ ਪਤਾ ਲੱਗਿਆ ਵੀ ਭਾਈ ਅੰਮ੍ਰਿਤਪਾਲ ਸਿੰਘ ਉੱਥੇ ਲੜਨਾ ਚਾਹੁੰਦੇ ਆ, ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਜਿਹੜਾ ਕੈਂਡੀਡੇਟ ਸੀ ਉਹ ਪਿੱਛੇ ਲਿਆ। ਅੱਜ ਕਮਲਜੀਤ ਬਰਾੜ ਚਾਹੇ ਆਪਣੇ ਆਪ ਨੂੰ ਆਜ਼ਾਦ ਕਹਿ ਰਿਹਾ ਚਾਹੇ ਪੰਥਕ ਕਹਿ ਰਿਹਾ, ਅਤੇ ਉਹ ਅੱਜ ਇੱਕ ਫੋਟੋ ਯੂਜ਼ ਕਰ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਦੀ। ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੀ ਜਿਹੜੀ ਡਿਊਟੀ ਫਰਜ਼ ਨੇ ਉਹ ਪੂਰਨ ਤੌਰ 'ਤੇ ਨਿਭਾਏ ਨੇ, ਜੋ ਕੌਮ ਪ੍ਰਤੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਬਣਦੇ ਆ। ਜਦੋਂ ਉਹਨਾਂ ਦੇ ਮਾਤਾ ਜੀ ਨੂੰ ਚੱਕਿਆ ਉਦੋਂ ਵੀ ਬਲੇਰ ਨੂੰ ਨਾਲ ਚੱਕਿਆ ਗਿਆ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਉੱਥੋਂ ਭਗੌੜੇ ਕਰੇ, ਜਦੋਂ ਲਿਸਟ ਦੇ ਵਿੱਚ ਅੱਧ ਨਾਲੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਾਂ ਦੇ ਨਾਮ ਸੀ, ਜਦੋਂ ਜਿੰਨੇ ਨੌਜਵਾਨ ਚੱਕੇ ਗਏ, ਜਿਹੜਾ ਮਖੂ ਧਰਨਾ ਲੱਗਿਆ, ਗੱਡੀਆਂ ਭੰਨੀਆਂ ਗਈਆਂ, 307 ਦੇ ਪਰਚੇ ਹੋਏ, ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਜਿਹੜੇ ਮੇਨ ਸੀਗੇ, ਜਿਹੜੇ ਹੁਣ ਉੱਥੇ ਭਾਈ ਭੁੱਲਰ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੇ ਅਤੇ ਸਾਡੇ ਯੂਥ ਦੇ ਜਿਹੜੇ ਉੱਥੇ ਨੌਜਵਾਨ ਸੀਗੇ ਥਿੰਨ ਸਾਹਿਬ ਹੋਣੀ, ਉਹਨਾਂ ਦੇ ਸਾਰਿਆਂ ਦੇ ਪਰਚੇ ਦਰਜ ਹੋਏ, ਉਹਨਾਂ ਦੀਆਂ ਗੱਡੀਆਂ ਭੰਨੀਆਂ ਗਈਆਂ, ਅਤੇ ਉਹ ਤੋਂ ਬਾਅਦ ਵੀ ਜੇ ਅਸੀਂ ਅੱਜ ਇਹ ਸਪਸ਼ਟ ਨਾ ਕਰ ਸਕੇ ਵੀ ਅਸਲ ਕੌਮ ਨਾਲ ਕੌਮ ਦੇ ਪ੍ਰਤੀ ਵੀ ਕਿਹੜੇ ਬੰਦੇ ਹੈਗੇ ਆ, ਉਹ ਹੁਣ ਉਹਨਾਂ ਦੇ ਪਰਿਵਾਰ ਨੂੰ ਕਰਨਾ ਪੈਣਾ, ਉਹਨਾਂ ਨੇ ਆਪਣਾ ਫਰਜ਼ ਨਿਭਾਉਣਾ ਬਈ ਹੁਣ ਲੁਧਿਆਣੇ ਤੋਂ ਜਾਂ ਹੋਰ ਕਿਤੋਂ ਬਈ ਉਹਨਾਂ ਦੇ ਨਾਲ ਕੌਣ ਖੜੇ ਆ ਜਾਂ ਉਹ ਕਿੰਨਾ ਨਾਲ ਖੜੇ ਆ। ਗੱਲਬਾਤ ਤੁਹਾਡੇ ਵੱਲੋਂ ਹੋਈ, ਤੁਹਾਡੀ ਪਾਰਟੀ ਦੇ ਵੱਲੋਂ? ਹਾਂਜੀ, ਮੇਰੀ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਹੋਈ ਆ, 2 ਵਾਰ ਹੋਈ ਆ ਜੀ, ਅਤੇ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਵੀ ਮੈਂ ਸੋਚ ਕੇ ਦੱਸਦਾ ਵੀ ਮੈਂ ਗੱਲ ਕਰਦਾ ਬਾਕੀ ਬੰਦੇ ਨਾਲ, ਅਤੇ ਵੀ ਮੈਂ ਜਲਦ ਵੀ ਇਹ ਚੀਜ਼ 'ਤੇ ਵੀ ਆਪਣਾ ਰਿਪਲਾਈ ਕਰਾਂ। ਆਪ ਹਾਲੇ ਸਪਸ਼ਟ ਨਹੀਂ ਕੀਤਾ ਵੀ ਅਸੀਂ ਕਮਲਜੀਤ ਸਿੰਘ ਬਰਾੜ ਨਾਲ ਹਾਂ ਜਾਂ ਨਹੀਂ ਹਾਂ? ਨਹੀਂ, ਉਹਨਾਂ ਨੇ ਮੈਨੂੰ ਇੱਕ ਵਾਰ ਤਾਂ ਇਹ ਕਿਹਾ ਜੀ ਵੀ ਅਸੀਂ ਜਿਹੜਾ ਵੀ ਕਮਲਜੀਤ ਬਰਾੜ ਨੂੰ ਕੋਈ ਅਫੀਸ਼ਲੀ ਨਹੀਂ ਕਿਹਾ ਹੋਇਆ ਵੀ ਤੁਸੀਂ ਫੋਟੋ ਲਾਓ ਜਾਂ, ਹੈ ਨਾ, ਅਸੀਂ ਉਹਨੂੰ ਆਪਣੇ ਵੱਲੋਂ ਅਫੀਸ਼ਲੀ ਕੁਛ ਨਹੀਂ ਕਰਿਆ ਹੋਇਆ ਵੀ ਉਹ ਆਪਣੇ ਆਪ ਲਾ ਰਹੇ ਨੇ, ਅਤੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਆ ਵੀ ਕੌਮ ਜਿਹੜੀ ਆ ਉਹ ਅੱਜ ਦੁਵਿਧਾ ਦੇ ਵਿੱਚ ਆ ਜਾਂ ਨੌਜਵਾਨ ਜਿਹੜੇ ਆ ਉੱਥੇ ਦੁਵਿਧਾ ਦੇ ਵਿੱਚ ਆ ਵੀ ਅਸੀਂ ਕਿੰਨਾ ਨਾਲ ਚੱਲੀਏ। ਤੁਹਾਨੂੰ ਲੱਗਦਾ ਕਿ ਫਰਕ ਪਊਗਾ ਇਸ ਚੀਜ਼ ਦੇ ਨਾਲ? ਫਰਕ ਪੈਂਦਾ ਜਿਵੇਂ ਤੁਸੀਂ ਕਿਹਾ ਦੁਵਿਧਾ ਦੇ ਵਿੱਚ, ਮੈਂ ਵੀ ਤੁਹਾਨੂੰ ਕਿਹਾ ਕਿ ਦੁਚਿੱਤੀ ਦੇ ਵਿੱਚ ਆ, ਕਿਉਂਕਿ ਬਹੁਤੇ ਇੱਦਾਂ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਆਈਡਲ ਮੰਨਦੇ ਨੇ, ਬਹੁਤੇ ਸ਼ਹੀਦ ਪਰਿਵਾਰਾਂ ਨੂੰ ਆਪਣਾ ਆਈਡਲ ਮੰਨਦੇ ਨੇ ਕਿ ਇਹਨਾਂ ਦੇ ਦੇਣ ਆ ਇਹਨਾਂ ਪਰਿਵਾਰਾਂ ਦੀ, ਹੈ ਨਾ, ਤਾਂ ਉਹ ਦੁਵਿਧਾ ਦੇ ਵਿੱਚ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲਾਉਣ ਦੇ ਨਾਲ ਤੁਹਾਡੀ ਵੋਟ 'ਤੇ ਫਰਕ ਪੈ ਸਕਦਾ? ਦੇਖੋ, ਫਰਕ ਨਾ ਪੈਣਾ ਉਹ ਇੱਕ ਗੱਲ ਡਿਫਰੈਂਟ ਆ ਜੀ, ਉਹਦੇ ਨਾਲ ਨਾਲ
ਇਹ ਬਹੁਤ ਵੱਡੀ ਗੱਲ ਆ, ਮੈਂ ਇਹ ਵੇਖਣਾ ਜ਼ਰੂਰ ਚਾਹੂੰਗਾ ਵੀ ਜਿਹੜੇ ਕੋਸ ਲਈ ਮੇਰੇ ਫਾਦਰ ਸਾਹਿਬ ਲੜੇ ਆ, ਲੁਧਿਆਣਾ ਪੂਰਾ ਜਾਮ ਹੋਇਆ ਸੀ ਜਦ ਉਹਨਾਂ ਨੇ ਡੈਡ ਬੋਡੀ ਲੈਣੀ ਸੀ, ਅਤੇ ਮੈਂ ਅੱਜ ਵੀ ਉਹ ਲੁਧਿਆਣੇ ਵਾਲਿਆਂ ਤੋਂ ਆਸ ਕਰਦਾ ਬਈ ਉਹ ਕੋਸ ਵੱਡਾ ਕਿ ਅੱਜ ਕੋਈ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਫੋਟੋ ਲਾ ਕੇ ਅਤੇ ਆਪਣੇ ਆਪ ਨੂੰ ਪੰਥਕ ਕਹਿੰਦਾ ਬਈ ਉਹ ਅੱਜ ਜਿੱਤਦੇ ਆ ਕਿ ਇੱਕ ਜਿਹੜੇ ਕੌਮ ਪ੍ਰਤੀ ਆਪਣੇ ਨੂੰ ਲੜਾਈ ਲੜਨਾ ਚਾਹੁੰਦੇ ਆ ਅਤੇ ਆਪ ਅੱਗੇ ਹੋ ਕੇ ਕਹਿੰਦੇ ਆ ਵੀ ਆ ਸਾਡੇ ਪਰਿਵਾਰ ਦੇ ਇੰਨੇ ਜੀ ਸ਼ਹੀਦ ਹੋਏ ਆ ਅਤੇ ਫਿਰ ਵੀ ਜੇ ਸਾਡੇ ਵੀ ਸਿਰ ਲੱਗ ਗਏ ਤਾਂ ਸਾਨੂੰ ਕੋਈ ਬਈ ਡਰ ਨਹੀਂ ਹੈਗਾ, ਆਉਣ ਵਾਲੀ ਸਾਡੀ ਜਨਰੇਸ਼ਨ ਤਿਆਰ ਪਈ ਆ ਵੀ ਜਿਹੜੀ ਸਾਡੀ ਥਾਂ 'ਤੇ ਲੜੂਗੀ ਅਤੇ ਉਹਨਾਂ ਦਾ ਸਾਥ ਦਿੰਦੇ ਆ। ਉਹ ਹੁਣ ਮੈਂ ਲੋਕਾਂ 'ਤੇ ਛੱਡਦਾ, ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਫਰਕ ਪਊਗਾ ਕਿ ਨਹੀਂ ਪਊਗਾ, ਉਹ ਹੁਣ ਲੋਕਾਂ 'ਤੇ ਛੱਡੂੰਗਾ ਵੀ ਉਹ ਕੀ ਚਾਹੁੰਦੇ ਆ। ਇੱਕ ਚੀਜ਼ ਹੋਰ ਦੱਸਿਓ, ਜਿਵੇਂ ਚੋਣਾਂ ਲੜਨ ਦੇ ਲਈ ਖਾਸਕਰ ਜੇ ਵਿਧਾਨ ਸਭਾ ਲੜਨੀ ਹੋਵੇ ਉਦੋਂ ਹੀ ਬੜਾ ਫੰਡ ਚਾਹੀਦਾ, ਹੁਣ ਤਾਂ ਜਿਹੜਾ ਹੈਗਾ ਐਮ ਪੀ ਲੜਨਾ ਨੌ ਹਲਕੇ ਦੇ ਵਿੱਚ ਨੇ, ਭਾਈ ਸਾਹਿਬ ਪੈਸਾ ਬੜਾ ਚਾਹੀਦਾ, ਫੰਡ ਬੜਾ ਚਾਹੀਦਾ, ਫਿਰ ਇਹ ਚੀਜ਼ਾਂ ਕਿਵੇਂ ਮੈਨੇਜ ਹੋਣਗੀਆਂ? ਕਿਉਂਕਿ ਜਿਹੜੇ ਸਾਹਮਣੇ ਖੜੇ ਨੇ ਕਮਲਜੀਤ ਬਰਾੜ ਦੀ, ਚਲੋ ਠੀਕ ਆਪਾਂ ਗੱਲ ਕਰੀਏ ਪੰਥਕ ਤੌਰ 'ਤੇ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ, ਰਵਨੀਤ ਬਿੱਟੂ ਨੇ ਬੀ ਜੇ ਪੀ ਦੇ ਵੱਲੋਂ ਜਿਹੜੇ ਹੈਗੇ ਨੇ, ਤਾਂ ਉਹ ਦੂਸਰੇ ਪਾਸੇ ਆਪਾਂ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪੱਪੀ ਪਰਾਸ਼ਰ ਨੇ ਮੌਕੇ ਦੇ MLA ਨੇ, ਉਹਨਾਂ ਦੇ ਬਰਾਬਰ ਟਿਕ ਪਾਉਂਗੇ? ਗੱਲ ਇਹ ਆ ਜੀ, ਜਦੋਂ ਮੈਂ ਸਾਹਨੇਵਾਲ ਤੋਂ ਲੜਿਆ ਸੀ 2022 ਦੇ ਇਲੈਕਸ਼ਨ ਜੀ, ਉਦੋਂ ਵੀ ਮੇਰੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਸੀ, ਸ਼ਰਨਜੀਤ ਢਿੱਲੋਂ ਸੀਗੇ, ਵਿਕਰਮ ਬਾਜਵਾ ਸੀਗੇ ਭੱਠਲ ਸਾਹਿਬ ਦੇ ਜਵਾਈ ਸੀ, ਅਤੇ ਹੋਰ ਇੱਕ ਦੋ ਜਿਹੜੇ ਬਹੁਤ ਵੱਡੇ ਚਿਹਰੇ ਸੀਗੇ ਜਿਹੜੇ ਹਰਦੀਪ ਮੁੰਡੀਆਂ ਜਿਹੜੇ ਜਿੱਤੇ ਆ, ਪਰ ਸਾਡੀ ਜਿਹੜੀ ਲੜਾਈ ਆ ਉਹ ਇੱਕ ਕੋਸ ਦੀ ਲੜਾਈ ਆ, ਅਤੇ ਮੈਂ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਮੈਂ ਸ਼ਹੀਦ ਸਿੰਘ ਅੱਗੇ ਅਰਦਾਸ ਕਰਕੇ ਕਰਦਾ ਜੀ, ਅਤੇ ਮੈਂ ਕਮਲਜੀਤ ਬਰਾੜ ਕੋਲ ਵੀ ਗਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਲੜਨਾ ਚਾਹੁੰਦਾ, ਅਤੇ ਜਿਵੇਂ ਉਹਨਾਂ ਦਾ ਸੀਗਾ ਵੀ ਉਹ ਪੰਥਕ ਨੇ, ਮੈਂ ਅੱਜ ਤੱਕ ਮਿਲਿਆ ਨਹੀਂ ਸੀ, ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ, ਮੈਂ ਮਿਲਿਆ ਵੀ ਉਹਨੂੰ, ਅਤੇ ਉਹ ਮੈਨੂੰ ਕਹਿੰਦੇ ਜੀ ਤੁਸੀਂ ਸਾਡੇ ਕੋਸ ਦੇ ਲਈ ਬਹਿ ਜਾਓ ਵੀ, ਤੁਸੀਂ ਮੇਰੇ ਲਈ ਬਹਿ ਜਾਓ। ਕਮਲਜੀਤ ਬਰਾੜ ਨੇ ਤੁਹਾਨੂੰ ਕਿਹਾ? ਮੈਨੂੰ ਕਿਹਾ ਜੀ। ਅੱਛਾ। ਮੈਂ ਉਹਨੂੰ ਇੱਕੋ ਹੀ ਗੱਲ ਕਹੀ ਸੀ, ਮੈਂ ਕਿਹਾ ਵੀਰ ਵੀ ਗੱਲ ਇਹ ਆ ਵੀ ਅਸੀਂ ਜਦੋਂ ਮੈਂ ਕੁਛ ਕੰਮ ਕਰਨਾ ਹੁੰਦਾ ਮੈਂ ਸ਼ਹੀਦ ਸਿੰਘ ਅੱਗੇ ਅਰਦਾਸ ਕਰਕੇ ਤੁਰਦਾ, ਅਤੇ ਜਿਹੜੇ ਇੱਕ ਵਾਰ ਅਰਦਾਸ ਕਰਕੇ ਤੁਰ ਪੈਣ ਉਹਨਾਂ ਨੂੰ ਵਾਪਸ ਮੜਨ ਨੂੰ ਨਹੀਂ ਕਹੀਦਾ ਹੁੰਦਾ, ਉਹ ਅੱਗੇ ਨੂੰ ਤਾਂ ਚੱਲ ਸਕਦੇ ਨੇ, ਪਿੱਛੇ ਨੂੰ ਨਹੀਂ ਆ ਸਕਦੇ। ਅਤੇ ਮੈਂ ਕਿਹਾ ਜੀ ਵੀਰ ਵੀ ਜੇ ਤੁਸੀਂ ਸੋਚਣਾ ਸੋਚ ਲਓ ਬੈਠਣ ਦਾ, ਬਈ ਮੇਰੇ ਵੱਲੋਂ ਤਾਂ ਬਈ ਅਸੀਂ ਤਾਂ ਅੱਗੇ ਨੂੰ ਵਧਾਂਗੇ, ਪਿੱਛੇ ਨਹੀਂ ਹਟਦੇ। ਸੋ ਜਿਹੜੀ ਗੱਲ ਰਹੀ ਬਈ ਅੱਗੇ ਕੌਣ ਨੇ ਕੀ ਹੈ, ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਤਾਂ ਜਿਹੜੇ ਕੰਮ ਲਈ ਤੁਰੇ ਹੋਏ ਹਾਂ ਉਹ ਕੰਮ ਰਹਿੰਦੇ ਸਾਹਾਂ ਤੱਕ ਕਰਨੇ ਆ ਅਤੇ ਉਹ ਕਰਦੇ ਰਹਾਂਗੇ। ਉਹਨਾਂ ਦੇ ਫਿਰ ਕੀ ਬੋਲ ਸੀ? ਮੈਂ ਚੰਗੋ ਆਪਾਂ ਵਾਰਤਾਲਾਪ ਪੂਰੀ ਕਰ ਲਿਆ, ਜੇ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਭਾਈ ਮੈਂ ਤਾਂ ਅਰਦਾਸ ਕਰਕੇ ਤੁਰਿਆ ਮੈਂ ਪਿੱਛੇ ਨੂੰ ਸੁਦਾ, ਤਾਂ ਫਿਰ ਬਰਾੜ ਕਮਲਜੀਤ ਬਰਾੜ ਹੋਰਾਂ ਨੇ ਕੀ ਕਿਹਾ? ਉਹ ਕਹਿੰਦਾ ਜੀ ਮੈਂ ਸੋਚ ਕੇ ਦੱਸਦਾ ਬਈ ਆਪਾਂ ਇਹ 'ਤੇ ਵਿਚਾਰਾਂਗੇ ਅਤੇ ਵਿਚਾਰ ਕੇ ਗੱਲ ਕਰਦੇ ਹਾਂ, ਪਰ ਉਹ ਤੋਂ ਬਾਅਦ ਜਿੰਨਾ ਕੁ ਮੈਂ ਉਹਨਾਂ ਬਾਰੇ ਸਰਚ ਕਰਿਆ, ਕਿਉਂਕਿ ਉਹਨੇ ਮੈਨੂੰ ਦੱਸਿਆ ਵੀ ਮੇਰੇ ਫਾਦਰ 1992 'ਚ ਬਈ MLA ਰਹੇ ਆ, ਅਤੇ ਮੈਂ ਬਈ ਬਹੁਤ ਰਿਸਪੈਕਟ ਕਰਦਾ ਸੀਗਾ ਤੁਹਾਡੇ ਫਾਦਰ ਸਾਹਿਬ ਦੀ, ਵੀ ਮੈਂ ਉਦੋਂ ਪੜ੍ਹਦਾ ਸੀ ਚੰਡੀਗੜ੍ਹ ਐ, ਅਤੇ ਮੈਂ ਉਦੋਂ ਬਹੁਤ ਅਖਬਾਰਾਂ 'ਚ ਤੁਹਾਡਾ ਨਾਮ ਸੁਣਿਆ ਫਾਦਰ ਸਾਹਿਬ ਦਾ, ਅਤੇ ਮੈਨੂੰ ਉਹ ਚੀਜ਼ ਜਿਹੜੀ ਨਹੀਂ ਲੱਗੀ ਜਿੰਨੀ ਕੁ ਮੈਂ ਉਹਨਾਂ ਦੇ ਬਾਰੇ ਪੰਥਕ ਚੀਜ਼ ਸੋਚੀ ਸੀ ਸੁਣੀ ਸੀ, ਅਤੇ ਉਹ ਤੋਂ ਬਾਅਦ ਮੈਂ ਜਿੰਨਾ ਕੁ ਇਹਨਾਂ ਬਾਰੇ ਸਰਚ ਕਰਿਆ ਅਤੇ ਆਹ ਗੱਲਾਂ ਨਿਕਲ ਕੇ ਆਈਆਂ ਵੀ ਦਰਸ਼ਨ ਸਿੰਘ ਖੋਟੇ ਵਾਲੀਆਂ, ਸੋ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਗੱਲ ਕਰਨੀ ਵੀ ਨਹੀਂ ਚਾਹੀ ਵੀ ਮੈਂ ਉਹਨਾਂ ਨਾਲ ਗੱਲ ਕਰਾਂ ਜਾਂ ਉਹਨਾਂ ਨਾਲ ਵੀ ਮੈਂ ਦੁਬਾਰਾ ਬੈਠਾਂ, ਕਿਉਂਕਿ ਸਾਡੇ ਰਾਹ ਜਿਹੜੇ ਨੇ ਉਹ ਕੌਮੀ ਨੇ, ਅਤੇ ਸਾਡੇ ਵਿੱਚ ਬਈ ਜਿਹੜੇ ਉਹ ਜਿਹੜੇ ਜਿਨ੍ਹਾਂ ਨੇ ਉਸ ਵੇਲੇ ਕੌਮ ਨਾਲ ਧਰੋਹ ਕਮਾਇਆ ਹੋਵੇ, ਸਾਡੀਆਂ ਧੀਆਂ ਭੈਣਾਂ ਜਾਂ ਸਾਡੇ ਬੱਚਿਆਂ ਨਾਲ, ਸਾਡੇ ਮਾਂ ਬਾਪਾਂ ਨਾਲ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਹੋਣ, ਅਤੇ ਉਹਨਾਂ ਦੇ ਅੱਗੇ ਵਾਰਸਾਂ ਨਾਲ ਜੇ ਅਸੀਂ ਬਹਿ ਗਏ ਅਤੇ ਸਾਡੇ 'ਤੇ ਉਹਨਾਂ 'ਚ ਫਰਕ ਕੀ ਹੋਊਗਾ ਜੀ? ਜੇ ਮੈਂ ਗੱਲ ਕਰ ਰਹੀ ਸੀ ਭਾਈ ਸਾਹਿਬ ਫੰਡ ਬੜਾ ਚਾਹੀਦਾ ਕਹਿੰਦੇ MP ਲੜਨ ਦੇ ਲਈ, ਕੋਈ ਗੱਲ ਨਹੀਂ ਜੀ, ਇੰਨਾ ਕਿਵੇਂ ਮੈਨੇਜ ਹੁੰਦਾ? ਜਿੰਨਾ ਕੁ ਕਰ ਸਕਦੇ ਉਨਾ ਕੁ ਕਰ ਰਹੇ ਹਾਂ,
ਅੱਗੇ ਸ਼ਹੀਦਾਂ ਅੱਗੇ ਅਰਦਾਸ ਕਰੀ ਹੋਈ ਆ ਤੇ ਚੱਲਦਾ ਚੱਲੀ ਜਾ ਰਿਹਾ, ਕੋਈ ਗੱਲ ਨੀ, ਲੜਾਈ ਹੈ ਲੜਾਂਗੇ, ਦੱਬ ਕੇ ਲੜ ਰਹੇ ਹਾਂ। ਅੱਛਾ, ਜਿਵੇਂ ਮੈਂ ਗੱਲ ਕਰੀ ਅਮਰਿੰਦਰ ਸਿੰਘ ਰਾਜਾ ਬਣੇ ਵੀ ਨੇ ਬੜਾ ਆਪਣਾ ਵਿਜ਼ਨ ਲੈ ਕੇ ਚੱਲਦੇ ਨੇ, ਹੁਣ ਤਾਂ ਪੱਗ ਜਿਹੜੀ ਉਹ ਵੀ ਸਿਰ 'ਤੇ ਸਜਾਉਣ ਲੱਗ ਗਏ ਨੇ, ਰਵਨੀਤ ਬਿੱਟੂ ਹੋਰੇ ਹੋਰੀ ਵੀ ਨੇ, ਉਹਨਾਂ ਦਾ ਫਿਰ ਕਿਵੇਂ ਦੇਖਦੇ ਉਹਨਾਂ ਨੂੰ? ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਜੀ, ਵੀ ਰਾਜਾ ਬੜਿੰਗ ਜੀ ਨੂੰ ਗਿੱਦੜਬਾਹੀ ਦੇ ਲੋਕਾਂ ਨੇ ਜਿਹੜਾ ਬਹੁਤ ਵਿਸ਼ਵਾਸ ਕਰਕੇ ਉਹਨਾਂ ਨੂੰ ਜਿਤਾਇਆ ਸੀ, ਜਿਹੜਾ ਉਹਨਾਂ ਦੇ ਨਹੀਂ ਹੋ ਸਕੇ, ਜਿਹਨਾਂ ਦੇ ਉਹਨਾਂ ਨੂੰ ਜਿਤਾ ਕੇ ਹਨਾ ਭੇਜਿਆ, ਬਿਲਕੁਲ ਉਹਨਾਂ ਦੀ ਆਵਾਜ਼ ਉਠਾਉਣ ਨੂੰ ਭੇਜਿਆ ਜਾਂ ਉਹਨਾਂ ਦੇ ਕੰਮਾਂ ਲਈ ਭੇਜਿਆ, ਅਤੇ ਅੱਜ ਉਹ ਇੱਥੇ ਆ ਕੇ ਬੁਰੀ ਬਿਸਤਰਾ ਚੱਕ ਕੇ ਬਹਿ ਗਏ ਆ, ਕੱਲ੍ਹ ਨੂੰ ਇੱਥੇ ਨਹੀਂ ਤਾਂ ਕਿਤੇ ਹੋਰ ਜਾ ਕੇ ਬਹਿ ਜਾਣਗੇ। ਸੋ ਪਹਿਲਾਂ ਤਾਂ ਜਦੋਂ ਤੁਸੀਂ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ, ਲੋਕਾਂ ਦੇ ਵਿੱਚ ਜਾਂਦੇ ਹੋ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਲੜਾਈ ਦੀ ਗੱਲ ਕਰਦੇ ਹੋ, ਵੀ ਅਸੀਂ ਪੰਜਾਬ ਦੀ ਲੜਾਈ ਲੜਨਾ ਚਾਹੁੰਦੇ ਹਾਂ, ਸਾਡਾ ਤੇ ਸਾਥ ਦਿਓ, ਜਦ ਤੁਹਾਡਾ ਲੋਕ ਸਾਥ ਆਲਰੇਡੀ ਦੇ ਚੁੱਕੇ ਆ, ਫਿਰ ਉਹਨਾਂ ਨੂੰ ਕੀ ਲੋੜ ਸੀ ਉੱਥੇ ਬੋਰੀ ਬਿਸਤਰਾ ਚੱਕ ਕੇ ਇੱਥੇ ਆਉਣ ਦੀ, ਵੀ ਫਿਰ ਭੁੱਖ ਉਹ ਤੋਂ ਉੱਪਰਲੀ ਆ ਗਈ। ਸੋ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਵਾ ਵੀ ਉਹ ਵਿਸ਼ਵਾਸ ਵਾਲਾ ਨਹੀਂ ਕਰਨਾ। ਦੂਜੀ ਗੱਲ ਰਹੀ ਰਮਨੀਤ ਸਿੰਘ ਬਿੱਟੂ ਦੀ, ਪਹਿਲਾਂ ਉਹ ਪਹਿਲਾਂ ਤਾਂ ਜਿਹੜਾ ਉਹਦਾ ਜਿਹੜਾ ਦਾਦਾ ਵਾ ਉਹਦੀ ਤਾਂ ਮੈਂ ਤੁਹਾਨੂੰ ਦੱਸੇ ਦਿੱਤਾ ਵੀ ਜੋ ਉਹਨਾਂ ਨੇ ਬੁੱਛੜਪਣਾ ਕੀਤਾ ਉਹ ਤਾਂ ਲੋਕਾਂ ਨੇ ਕੋਈ ਲੁਕਿਆ ਨਹੀਂ ਹੋਇਆ, ਪਰ ਲੋਕਾਂ ਨੇ ਉਹਨਾਂ ਨੂੰ ਫਿਰ ਵੀ ਚਲੋ ਦੋ ਵਾਰ ਜਿਤਾ ਕੇ ਭੇਜਿਆ, ਅਤੇ ਨਾ ਉਹਨਾਂ ਨੇ ਅੱਜ ਤੱਕ ਉਹ ਲੋਕਾਂ ਦੇ ਖਰੇ ਉਤਰੇ, ਨਾ ਉਹ ਲੋਕਾਂ ਦੇ ਵਿੱਚ ਉਵੇਂ ਪਹੁੰਚੇ ਜਿਵੇਂ ਸਰਦਾਰ ਸਿਮਰਨ ਸਿੰਘ ਮਾਨ ਨੇ ਆਪਣੇ ਇਲਾਕੇ ਦੇ ਵੀ 1.5 ਸਾਲ 'ਚ ਕਰਕੇ ਦਿਖਾਇਆ। ਸੋ ਲੋਕ ਇਸ ਵਾਰ ਸਿਆਣੇ ਨੇ ਜੀ, ਅਤੇ ਉਹ ਉਹਨਾਂ ਨੂੰ ਦੱਸ ਦੇਣਗੇ ਵੀ ਲੋਕਾਂ ਦੀ ਆਵਾਜ਼ ਕੀ ਆ। ਤੁਸੀਂ ਬੇਅੰਤ ਸਿੰਘ ਦੀ ਗੱਲ ਕਰੀ ਆ, ਉਹ ਕੱਲ੍ਹ ਦੀ ਸਪੀਚ ਦੇ ਵਿੱਚ ਹੀ ਕਹਿ ਕੇ ਅੱਡਿਆ, ਕਹਿੰਦੇ ਮੈਨੂੰ ਜੇਕਰ ਬੇਅੰਤ ਸਿੰਘ ਹੋਰ ਕਿਸੇ ਦੇ ਵਿੱਚੋਂ ਦੇਖਿਆ ਤਾਂ ਨਰਿੰਦਰ ਮੋਦੀ ਦੇ ਵਿੱਚੋਂ ਦਿਸਿਆ। ਮੈਂ ਤੁਹਾਨੂੰ ਦੱਸਿਆ ਜੀ, ਪਹਿਲਾਂ ਕਾਂਗਰਸ 'ਚ ਉਹਨਾਂ ਨੂੰ ਆਪਣਾ ਬੇਅੰਤ ਸਿੰਘ ਦਿਖਦੇ ਸੀਗੇ, ਹੁਣ ਉਹ ਬੇਅੰਤ ਸਿੰਘ ਨੂੰ ਵੀ ਚੱਕ ਕੇ, ਇੱਕ ਤਾਂ ਬੰਦਾ ਕਹਿੰਦਾ ਵੀ ਆਪ ਪਾਰਟੀ ਛੱਡ ਕੇ ਆਪਣੀ ਬੋਲੀ ਲਵਾ ਕੇ ਦੂਜੀ ਪਾਰਟੀ 'ਚ ਗਿਆ, ਉਹ ਤਾਂ ਆਪਣੇ ਦਾਦੀ ਦੀ ਵੀ ਬੋਲੀ ਲਵਾ ਕੇ ਨਾਲ ਲੈ ਗਿਆ ਹੈਂਜੀ, ਅਤੇ ਦੂਜੀ ਗੱਲ ਉਹ ਕਹਿੰਦਾ ਵੀ ਜਿਹੜਾ ਦਿਖਿਆ ਉਹਦੇ 'ਚ ਵੀ ਦੋ ਰਾਹ ਨਹੀਂ ਹੈਗੇ ਮੋਦੀ ਦੇ, ਅੱਜ ਜੋ ਕਾਨੂੰਨ ਨੇ ਜੋ ਕਹਿ ਰਹੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਜਾਂ ਜੋ ਬਾਬਰੀ ਮਸਜਿਦ 'ਚ ਉਹਨਾਂ ਨੇ ਕੀਤਾ ਗਿਆ, ਕੋਈ ਦੋ ਰਾਹ ਨਹੀਂ ਹੈਗੇ ਜੀ ਵੀ ਉਹਨੂੰ ਆਪਣਾ ਦਾਦਾ ਦਿਖਦਾ ਹੋਊਗਾ ਉਹਦੇ 'ਚ। ਅੱਛਾ, ਇੱਕ ਚੀਜ਼ ਹੋਰ ਆ, ਜਿਵੇਂ ਤੁਸੀਂ ਗੱਲ ਕਰੀ ਆ, ਕੱਲ੍ਹ ਉਹਨਾਂ ਨੇ ਗੱਲ ਵੀ ਕੀਤੀ ਸੀ ਸਪੀਚ ਦੇ ਵਿੱਚ, ਉਹ ਕਹਿੰਦੇ ਨੇ ਕਿ ਕਾਂਗਰਸ, ਰਵਨੀਤ ਬਿੱਟੂ ਦੇ ਬੋਲ ਮੈਂ ਤੁਹਾਨੂੰ ਸੁਣਾ ਰਿਹਾ, ਰਵਨੀਤ ਬਿੱਟੂ ਕਹਿੰਦੇ ਨੇ ਕਿ ਕਾਂਗਰਸ ਉਹ ਆ ਜਿਹਨੇ ਟੈਂਕਾਂ ਤੋਪਾਂ ਜਿਹੜੀਆਂ ਸਾਡੇ ਦਰਬਾਰ ਸਾਹਿਬ ਵੱਲ ਅੰਮ੍ਰਿਤਸਰ ਸਾਹਿਬ ਵੱਲ ਕੀਤੀਆਂ ਸੀ, ਤੁਸੀਂ ਇਹਨਾਂ ਨੂੰ ਕਹਿੰਦੇ ਕਦੇ ਵੋਟ ਨਾ ਪਾਇਓ, ਮੈਨੂੰ ਵੋਟ ਪਾ ਦਿਓ। ਉਹਨਾਂ ਨੂੰ ਅੱਗੇ ਫਿਰ ਇਹ ਵੀ ਦੱਸਣਾ ਚਾਹੀਦਾ ਵੀ ਅਸੀਂ ਵੀ ਉਹਨਾਂ ਦੇ ਵਾਰਸਾਂ ਵੀ ਜਿਹੜੇ ਟੈਂਕਾਂ ਤੋਪਾਂ ਤੋਂ ਬਾਅਦ ਜਿਹੜੇ ਬੱਚੇ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੇ ਪੰਜਾਬ ਦੀ ਲੜਾਈ ਲੜਨੀ ਚਾਹੀ, ਅਤੇ ਉਹਨਾਂ ਨੂੰ ਜਿਹੜੇ ਸ਼ਹੀਦ ਕਰਨ ਵਾਲੇ ਅਤੇ ਸਾਡੀਆਂ ਧੀਆਂ ਭੈਣਾਂ ਦੇ ਬੇਬਤ ਕਰਨ ਵਾਲੇ ਵੀ ਉਹਨਾਂ ਦੇ ਵਾਰਸ ਆ ਬੈਠੇ ਆ ਜੀ, ਉਹਨਾਂ ਨੇ ਇਹ ਵੀ ਦੱਸਣਾ ਚਾਹੀਦਾ ਸੀ ਨਾ। ਉਹ ਤਾਂ ਉਹਨਾਂ ਨੇ ਦੱਸਤਾ ਵੀ ਟੈਂਕਾਂ ਤੋਪਾਂ ਜਿਹੜੀਆਂ ਚੜੀਆਂ ਉਹ ਕਾਂਗਰਸ ਨੇ ਚੜੀਆਂ, ਅਤੇ ਜਿਹੜਾ ਕਾਂਗਰਸ 'ਚੋਂ ਪਿਛਲੇ ਕਈ ਸਾਲਾਂ ਤੋਂ ਉਹਨਾਂ ਦਾ ਜਿਹੜਾ ਦਾਦਾ ਦੇ ਵਿੱਚ ਉਹਨਾਂ ਦਾ ਪਰਿਵਾਰ ਜਿਹੜਾ ਸੇਵਾ ਨਿਭਾਉਂਦੇ ਆ ਰਹੇ ਆ, ਅਤੇ ਨਾਲ ਨਾਲ ਜਿਹੜੇ ਉਹਨਾਂ ਨੇ ਸਾਡੇ ਪੰਜਾਬ ਦਾ ਜਿਹੜਾ ਘਾਣ ਕੀਤਾ, ਸਾਡੇ ਪੰਜਾਬ ਦੇ ਜਿੰਨੇ ਲੋਕਾਂ ਨੂੰ ਨੌਜਵਾਨਾਂ ਨੂੰ ਉਹਨਾਂ ਨੇ ਮਾਰਿਆ ਕੁਚਲਿਆ, ਅਤੇ ਉਹ ਵੀ ਉਹਨਾਂ ਨੂੰ ਦੱਸਣਾ ਚਾਹੀਦਾ। ਪਿੱਛੇ ਜੀ ਉਹ ਰੋਂਦਾ ਸੀਗਾ ਵੀ ਅੰਮ੍ਰਿਤਪਾਲ ਸਿੰਘ ਛੰਦੜਾਂ ਵੀ ਜਿਹੜਾ ਰਛਪਾਲ ਸਿੰਘ ਛੰਦੜਾਂ ਦਾ ਬੇਟਾ ਉਹ ਮੇਰੇ ਦਾਦੇ ਨੂੰ ਬੁੱਚੜ ਕਹਿੰਦਾ, ਜਾਂ ਉਹ ਹਿੱਕ ਠੋਕ ਕੇ ਹਰਕਤਾਂ ਦੇ ਕਹਿੰਦਾ ਵੀ ਮੇਰਾ ਦਾਦਾ ਨੱਚਣ ਕੌਣ ਦਾ ਕੰਸੈਪਟ 1992 ਦੇ ਵਿੱਚ ਲੈ ਕੇ ਆਇਆ, ਉਹ ਸਾਡੀ ਨੌਜਵਾਨੀ ਨੂੰ ਅਸੀਂ ਦੱਸਦੇ ਹਾਂ ਜਾ ਕੇ ਵੀ ਇਹਨਾਂ ਨੇ ਜਿਹੜਾ ਨੱਚਣ ਗਾਉਣ ਦਾ ਕੰਸੈਪਟ ਜਾਂ ਨਸ਼ੇ ਜਿਹੜੇ ਲੈ ਕੇ ਆਉਂਦੇ ਉਹ ਕਿਵੇਂ ਸਾਡੇ ਲੈ ਕੇ ਆਉਂਦੇ, ਕਿਉਂਕਿ ਜਿਵੇਂ ਬੀਬੀ ਖਾਲੜਾ ਜੀ ਕਹਿੰਦੇ ਨੇ ਵੀ ਮੈਂ ਉਹ ਗੱਲ ਆਵਾਜ਼ ਖਾਲੜਾ ਸਾਹਿਬ ਦੀ ਜਿਹੜੀ ਸੀਗੀ ਮਿਸ਼ਨ ਦੀ ਆਵਾਜ਼ ਉਹ ਮੈਂ ਲੋਕਾਂ ਤੱਕ ਨਹੀਂ ਪਹੁੰਚਾ ਸਕੀ, ਉਹ ਬੀਬੀ ਖਾਲੜਾ ਜੀ ਦੀ ਇਕੱਲੀ ਗਲਤੀ ਨਹੀਂ ਸੀ ਜਾਂ ਕਿਸੇ ਪਰਿਵਾਰ ਸ਼ਹੀਦ ਪਰਿਵਾਰਾਂ ਦੀ ਗਲਤੀ ਨਹੀਂ ਹੈ ਵੀ ਉਹ ਆਵਾਜ਼ ਉੱਥੇ ਤੱਕ ਨਹੀਂ ਉਠਾ ਸਕੇ। ਇਹ ਜਿਹੜੀਆਂ ਪਾਰਟੀਆਂ ਨੇ ਜਾਂ ਜਿਹੜਾ ਸੈਂਟਰ ਆ ਜਾਂ ਦਿੱਲੀ ਆ, ਉਹ ਦਰਬਾਰ ਨੂੰ ਪਤਾ ਵੀ ਇਹ ਜਿਹੜੇ ਲੋਕ ਨੇ ਵੀ ਇਹ ਜਿੰਨੇ ਸਿਰ ਵੱਢਾਂਗੇ ਦੁਬਾਰਾ ਪੈਦਾ ਹੁੰਦੇ ਰਹਿੰਦੇ ਸੀਗੇ, ਕਿਉਂਕਿ ਜਦੋਂ ਸੰਤਾਂ ਨੂੰ ਉਹਨਾਂ ਸੀ ਵੀ ਸੰਤਾਂ ਦੀ ਮੂਵਮੈਂਟ ਖਤਮ ਕਰਤੀ ਤਾਂ ਖਤਮ ਹੋ ਗਈ, ਪਰ ਨੌਜਵਾਨ ਫਿਰ ਪਿੰਡਾਂ 'ਚ ਖੜ੍ਹੇ ਹੋਏ, ਜਦ ਉਹਨਾਂ ਨੇ ਉਹਨਾਂ ਦੀ ਵੀ ਸ਼ਹਾਦਤਾਂ ਕਰਤੀਆਂ, ਫਿਰ ਉਹਨਾਂ ਨੇ ਵੇਖਿਆ ਵੀ ਇਹ ਤਾਂ ਜਿੰਨੇ ਸਿਰ ਵੱਢਦੇ ਹੁੰਦੇ ਦੁਬਾਰਾ ਪੈਦਾ ਹੋਈ ਜਾਂਦੇ ਆ, ਫਿਰ ਉਹਨਾਂ ਨੇ ਕਿਹਾ ਵੀ ਇਹ ਕੀ ਕੀਤਾ ਜਾਵੇ, ਉਹ ਕਹਿੰਦੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਮਾਨਸਿਕ ਤੌਰ 'ਤੇ ਖਤਮ ਕਰ ਦਿਓ, ਇਹਨਾਂ ਨੂੰ ਸੋਚ ਖਤਮ ਕਰ ਦਿਓ ਵੀ ਇਹ ਵਾਰਸ ਕਿਹਨਾਂ ਦੇ ਆ।
ਹੁਣ ਤੁਸੀਂ ਆਮ ਤੁਸੀਂ ਮੇਰੇ ਖਿਆਲ 33-34 ਸਾਲ ਦੇ ਜਾਂ ਹੋਊਗੇ, 32 ਸਾਲ ਦੀ ਉਮਰ ਵੀ ਹੈਨੀ, 32 ਸਾਲ ਦੀ ਉਮਰ, 32 ਸਾਲ ਦੀ ਉਮਰ ਆ। ਅਸੀਂ ਆਮ ਆਪਣੇ ਬਜ਼ੁਰਗਾਂ ਕੋਲ ਬਹਿ ਕੇ ਜਿਹੜੀਆਂ ਸਾਖੀਆਂ ਗੁਰੂ ਸਾਹਿਬ ਦੀਆਂ ਸੁਣਦੇ ਹੁੰਦੇ ਸੀ ਆਪਣੇ ਦਾਦਾ ਜੀ ਕੋਲ ਜਾਂ ਦਾਦੀ ਜੀ ਕੋਲ, ਵੀ ਗੁਰੂ ਸਾਹਿਬ ਨੇ ਸਾਡੇ ਸ਼ਹਾਦਤਾਂ ਕਿਵੇਂ ਦਿੱਤੀਆਂ, ਛੋਟੇ ਸਾਹਿਬਜ਼ਾਦਿਆਂ ਨੇ ਕਿਵੇਂ ਸ਼ਹਾਦਤਾਂ ਦਿੱਤੀਆਂ, ਪਰ ਹੁਣ ਵਾਲੀ ਪੀੜ੍ਹੀ ਨੂੰ ਦੇਖਦੇ ਹਾਂ ਉਹ ਫੋਨਾਂ 'ਤੇ ਜਾਂ ਟੀਵੀਆਂ 'ਤੇ ਰਹਿੰਦੀ ਆ, ਬਿਲਕੁਲ ਉਹਨਾਂ ਨੂੰ ਕੋਈ ਇੰਟਰਸਟ ਹੀ ਨਹੀਂ ਹੈਗਾ। ਅੱਜ ਦੇ ਜਿਹੜੇ ਸਾਡੇ ਆਈਡਲ ਨੇ ਉਹ ਨੱਚਣ ਗਾਉਣ ਵਾਲੇ ਨੇ, ਜਿਹੜਾ ਉਹ ਰਮਨੀਤ ਸਿੰਘ ਬਿੱਟੂ ਕਹਿੰਦਾ ਮੇਰਾ ਦਾਦਾ ਉਹ ਕੰਸੈਪਟ ਲੈ ਕੇ ਆਇਆ, ਜਦੋਂ ਉਹ ਕਹਿੰਦਾ ਤਾਂ ਜਿਹੜੀ ਨਵੀਂ ਪੀੜ੍ਹੀ ਆ ਉਹ ਕਹਿੰਦਾ ਹੋਊਗਾ ਯਾਰ ਇਹਦਾ ਦਾਦਾ ਬਹੁਤ ਸੋਹਣਾ ਸੀਗਾ, ਚੰਗਾ ਹੋਊਗਾ ਵੀ ਇਹਨੇ 1992 ਦੇ ਸਟੇਜਾਂ ਲਵਾਈਆਂ, ਗਾਇਕਾਂ ਨੂੰ ਲੈ ਕੇ ਆਇਆ, ਤਾਂ ਨਸ਼ੇ ਆਮ ਕਰਤੇ, ਜਿਹੜੇ ਨਸ਼ੇ ਕਰਦੇ ਉਹ ਕਹਿੰਦੇ ਇਹਦਾ ਦਾਦਾ ਤਾਂ ਬਹੁਤ ਸੋਹਣਾ। ਪਰ ਉੱਥੋਂ ਸਾਡੀ ਜਿਹੜੀ ਪੰਜਾਬ ਦੀ ਗਿਰਾਵਟ ਸ਼ੁਰੂ ਹੋਈ, ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹ ਆਪਣੇ ਇਤਿਹਾਸ ਨੂੰ ਭੁੱਲ ਕੇ ਬਈ ਅਸੀਂ ਵਾਰਸ ਕਿਹਨਾਂ ਦੇ ਹਾਂ, ਉਹ ਇੰਨਾ ਨੱਚਣ ਗਾਉਣ ਵਾਲੇ ਜਾਂ ਗਾਇਕਾਂ ਦੇ ਪਿੱਛੇ ਲੱਗ ਕੇ ਉਹਨਾਂ ਨੇ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ, ਜੇ ਅੱਜ ਉਹਨਾਂ ਨੂੰ ਪੁੱਛੇ ਤੁਹਾਡਾ ਆਈਡਲ ਕੌਣ ਨੇ, ਤੁਹਾਡੇ ਹੀਰੋ ਕੌਣ ਨੇ, ਉਹ ਕਹਿਣਗੇ ਯਾ ਗਾਇਕ ਦਾ ਗਾਣਾ ਬਹੁਤ ਸੋਹਣਾ ਆ, ਮੈਂ ਤਾਂ ਉਹਦਾ ਹੀਰੋ ਹਾਂ, ਬਿਲਕੁਲ ਵੀ ਉਹ ਮੇਰਾ ਹੀਰੋ ਆ। ਬਿਲਕੁਲ, ਪਰ ਜਿਹਨਾਂ ਨੇ ਸਾਡੇ ਲਈ ਆਪਣੇ ਪਰਿਵਾਰ ਵਾਰਤੇ ਸਰਬੰਸ ਵਾਰਤਾ ਗੁਰੂ ਗੋਬਿੰਦ ਸਿੰਘ, ਅਤੇ ਉਹਨਾਂ ਨੂੰ ਅੱਜ ਸਾਡੇ ਬੱਚੇ ਯਾਦ ਨਹੀਂ ਕਰਦੇ, ਉਹ ਜਿਹੜੀ ਦੇਣ ਆ ਉਹ ਸਰਕਾਰਾਂ ਦੀ ਜਾਣ ਬੁੱਝ ਕੇ ਕੀਤਾ ਗਿਆ ਤਾਂ ਜੋ ਸਾਡੀ ਜਿਹੜੀ ਆਉਣ ਵਾਲੇ ਜਿਹੜੀ ਜਨਰੇਸ਼ਨ ਆ ਉਹ ਆਪਣੇ ਇਤਿਹਾਸ ਨੂੰ ਭੁੱਲ ਕੇ ਉਹ ਨਵੇਂ ਜੋ ਸਾਨੂੰ ਪਲੋਸਿਆ ਜਾਂਦਾ ਉਹ ਵੱਲ ਨੂੰ ਉਹਦੇ ਵੱਲ ਨੂੰ ਜੁੜਨ। ਇਹ ਸਰਕਾਰਾਂ ਦੀ ਨੀਤੀਆਂ ਨੇ ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਨਹੀਂ ਪਤਾ ਲੱਗਦਾ ਵੀ ਸਾਨੂੰ ਕਿਵੇਂ ਖੇਡਿਆ ਜਾਂਦਾ, ਪਰ ਸਾਨੂੰ ਤਾਂ ਇੰਨੇ ਕੁ ਵੀ ਹੈਗਾ ਵੀ ਅੱਜ ਜੇ ਇੱਥੋਂ ਉੱਠਾਂਗੇ ਇਹ ਤੋਂ ਬਾਅਦ ਵੀ ਅਸੀਂ ਕੰਮ ਕੀ ਕਰਨਾ, ਜਾਂ ਆਪਣੇ ਬੱਚਿਆਂ ਦੀ ਫੀਸਾਂ ਭਰਨੀਆਂ ਨੇ ਜਾਂ ਕੋਈ ਹੋਰ ਕੰਮ ਕਰਨਾ, ਸਾਡੇ ਦਿਮਾਗ ਇੱਥੇ ਤੱਕ ਨੇ। ਬਿਲਕੁਲ, ਜਿਹੜੇ ਉੱਥੇ ਜਿਹੜੇ ਸੈਂਟਰ 'ਚ ਥਿੰਕ ਟੈਂਕ ਬੈਠੇ ਆ ਉਹਨਾਂ ਦੀਆਂ ਜਿਹੜੀਆਂ ਇਹੀ ਸਕੀਮਾਂ ਮੰਨਦੇ ਨੇ ਵੀ ਆਉਣ ਵਾਲੇ 10 ਸਾਲ ਦੇ ਵਿੱਚ ਕਿਹੜਾ ਕਾਨੂੰਨ ਪੰਜਾਬ 'ਚ ਲੈ ਕੇ ਆਉਣਾ ਜਿਹਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਜਾਵੇ। ਅੱਛਾ, ਆਮ ਆਦਮੀ ਪਾਰਟੀ ਦੀ ਗੱਲ ਜ਼ਰੂਰ ਕਰ ਲਈਏ, ਪ੍ਰਹਲਾਦ ਦੀ ਗੱਲ ਕੀਤੀ ਸੀ ਤੁਸੀਂ, ਪੱਪੀ ਪ੍ਰਸ਼ਟ ਜਿਹੜੇ ਮੌਕੇ ਦੇ MLA ਨੇ, ਤੁਹਾਨੂੰ ਲੱਗਦਾ ਕਿ ਇਹ ਕਿਉਂਕਿ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਭੰਡਦੇ ਰਹੇ, ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਕਹਿੰਦੇ ਨੇ ਕਿ 70 ਸਾਲਾਂ ਦੇ ਵਿੱਚ ਲੁੱਟਦੇ ਰਹੇ, ਇਹ ਬਦਲਾਅ ਆਇਆ, ਤੁਹਾਨੂੰ ਲੱਗਦਾ ਕਿ ਇਸ ਵਾਰੀ ਲੋਕ ਵੀ ਲੋਕਾਂ ਨੇ ਵਹਾਅ ਦੇ ਵਿੱਚ ਬਦਲਾਅ ਦੇ ਵਿੱਚ ਬੜੀਆਂ ਵੋਟਾਂ ਪਾਈਆਂ, 92 ਜਿਹੜੇ ਹੈਗੇ ਆ ਉਹ ਵਿਧਾਨ ਸਭਾ ਦੇ ਵਿੱਚ ਪਹੁੰਚਾਏ, ਲੱਗਦਾ ਕਿ ਇਸ ਵਾਰੀ ਵੀ ਬਦਲਾਅ ਨੂੰ ਵੋਟ ਲੋਕ ਪਾਉਣਗੇ। ਗੱਲ ਇਹ ਆ ਜੀ, ਪਹਿਲਾਂ ਤਾਂ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ, ਬਦਲਾਅ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੀ ਆਮ ਆਦਮੀ ਦੀ ਗੱਲ ਕੀਤੀ, ਪਰ ਹੁਣ ਤੱਕ ਜਿੰਨੀਆਂ ਵੀ ਕਰਪਸ਼ਨਾਂ ਜਿਹੜੀਆਂ ਪਾਰਟੀਆਂ ਨੇ ਕੀਤੀਆਂ ਜਿਹਨਾਂ ਦੀ ਇਹ ਗੱਲਾਂ ਕਰਦੇ ਨੇ, ਪਹਿਲਾਂ ਪੱਪੀ ਪ੍ਰੈਸ਼ਰ ਦੀ ਗੱਲ ਕਰੀਏ ਵੀ ਕਾਂਗਰਸ ਦੀ ਦੇਣ ਹੈ, ਜੇ ਹਰਦੀਪ ਮੁੰਡੀਆਂ ਜਿਹੜੇ ਸਾਹਨੇਵਾਲ ਤੋਂ ਨੇ ਉਹ ਵੀ ਕਾਂਗਰਸ ਦੀ ਦੇਣ ਨੇ, ਹੋਰ ਜਿੰਨੇ ਵੀ ਪੰਜਾਬ ਦੇ ਵਿੱਚ ਜਿਹੜੇ ਲੀਡਰ ਜਿੱਤੇ ਆ ਉਹ ਵੱਖ ਵੱਖ ਪਾਰਟੀਆਂ ਦੀ ਦੇਣ ਨੇ, ਉਹ ਤਾਂ ਇਹਨਾਂ ਜਿਹੜੇ ਜਿਵੇਂ ਮੈਂ ਤੁਹਾਨੂੰ ਦੱਸਿਆ ਮਖੌਟੇ ਪਾਉਣ ਦਾ ਜਿਹੜਾ ਇਹਨਾਂ ਕੋਲ ਕਨਸੈਪਟ ਵਧੀਆ ਹੈਗਾ, ਇਹਨਾਂ ਨੂੰ ਪਤਾ ਵੀ ਅੱਜ ਪੰਜਾਬ ਜਿਹੜਾ ਵਾ ਪੰਜਾਬ ਦੇ ਲੋਕ ਜਿਹੜੇ ਨੇ ਝੁਕਾਓ ਕਿੱਧਰ ਨੂੰ ਕਰ ਰਹੇ ਨੇ, ਇਹ ਮਖੌਟਾ ਪਾ ਕੇ ਉੱਧਰ ਨੂੰ ਮੂਹਰੇ ਆ ਕੇ ਖੜ ਜਾਂਦੇ ਨੇ ਜਿਹੜੇ ਰਾਜਨੀਤਿਕ ਲੋਕ ਨੇ, ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਆਮ ਆਦਮੀ ਪਾਰਟੀ ਦੀ ਅੱਜ ਵੇਵ ਹੈਗੀ ਆ, ਲੋਕ ਇੱਧਰ ਨੂੰ ਤੁਰ ਰਹੇ ਨੇ, ਇਹਨਾਂ ਨੇ ਟਿਕਟਾਂ ਖਰੀਦੀਆਂ ਨੇ, ਖਰੀਦ ਕੇ ਉੱਧਰ ਛਾਲਾਂ ਮਾਰੀਆਂ ਨੇ, ਕਾਂਗਰਸ 'ਚੋਂ ਛਾਲਾਂ ਮਾਰੀਆਂ ਨੇ, ਅਕਾਲੀਆਂ 'ਚੋਂ ਮਾਰੀਆਂ ਨੇ, ਹੋਰ ਜਿੰਨੇ ਵੀ ਹੈਗੇ ਉਹ ਸਾਰੇ ਉੱਧਰ ਦੂਜੇ ਪਾਸੇ ਗਏ ਆ, ਪਰ ਲੋਕਾਂ ਨੂੰ ਤਾਂ ਵੇਖਣਾ ਚਾਹੀਦਾ ਯਾਰ ਵੀ ਜਿਹੜੇ ਉੱਧਰ ਤੁਹਾਡਾ ਸ਼ੋਸ਼ਣ ਕਰ ਰਹੇ ਸੀ ਉਹੀ ਅੱਜ ਆਮ ਆਦਮੀ ਪਾਰਟੀ ਜਾ ਕੇ ਕਰ ਰਹੇ ਆ, ਫਿਰ ਬਦਲਾਅ ਤੁਸੀਂ ਕਿੱਥੋਂ ਭਾਲਦੇ ਹੋ ਸਾਡਾ ਬਦਲਾਅ ਹੈ, ਇਹਦਾ ਕੰਨ ਐਂ ਫੜ ਲਓ ਜਾਂ ਐਂ ਫੜ ਲਓ, ਫੜੇ ਦਾ ਕੰਨ ਹੈ ਨਾ ਜੀ, ਬਿਲਕੁਲ। ਪਰ ਇਹ ਕਹਿੰਦੇ ਨੇ ਫ੍ਰੀ ਬਿਜਲੀ ਦੇਤੀ, ਬਹੁਤ ਕੁਛ ਦਿੱਤਾ ਸੀ, ਫ੍ਰੀ ਬਿਜਲੀ ਦੇਤੀ, 1000-1000 ਰੁਪਏ ਦੀ ਜੇ ਗੱਲ ਕਰਦੇ ਆ, ਜਾਂ ਹੁਣ ਜਿਵੇਂ ਮੋਦੀ ਜੀ ਕਹਿੰਦੇ ਆ, ਪਰ ਆਉਣ ਵਾਲੀ ਪੀੜ੍ਹੀ ਨੂੰ ਤਾਂ ਤੁਸੀਂ ਜਿਹੜਾ ਵਾ ਜਿਹੜੇ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਨੂੰ, ਉਹਨੂੰ ਤਾਂ ਤੁਸੀਂ ਲੋਕਾਂ ਦੇ ਵਿੱਚ ਮੰਗਤੇ ਬਣਾ ਕੇ ਪੇਸ਼ ਕਰਤਾ, ਅਸਲ ਜਿਹੜਾ ਪੰਜਾਬ ਜਿਹੜਾ ਹੈਗਾ
ਉਹ ਤਾਂ ਆਪ ਮਹਾਰੇ ਜਿਹੜਾ ਵਾ ਆਪਣੇ ਪੈਰਾਂ ਦੇ ਹੱਜ ਤੱਕ ਖੜਿਆ ਤੇ ਖੜਦਾ ਆ ਰਿਹਾ ਹਰਕਤ। ਅੱਜ ਵੀ ਜੇ ਆਪਾਂ ਲੜਾਈ ਦੀ ਗੱਲ ਕਰਦੇ ਹਾਂ ਜੇ ਦਿੱਲੀ ਦੀ ਬਰੂਹਾਂ 'ਤੇ ਜਾ ਕੇ ਲੜਦੇ ਆ ਤੇ ਉਹ ਇਸੇ ਕਰਕੇ ਲੜ ਰਹੇ ਆ ਵੀ ਜੇ ਸਾਡੇ ਪੰਜਾਬ ਲੜਨ ਦੇ ਯੋਗ ਹੈ ਉਹਨਾਂ ਨੂੰ ਵੀ ਦੇਖਦਾ ਵੀ ਜਿਹੜੇ ਸਾਡੇ ਪੰਜਾਬ ਦਾ DNA ਆ ਉਹ ਸ਼ੁਰੂ ਤੋਂ ਬਗਾਵਤ ਵਾਲਾ ਵਾ, ਉਸੇ ਕਰਕੇ ਉਹ ਜਿਹੜਾ ਸਾਡੇ ਤੇ ਜਿਹੜਾ ਆਪਣਾ ਗਲਬਾ ਪਾ ਕੇ ਰੱਖਦੇ ਆ ਤਾਂ ਹੀ ਸਾਡੇ ਤੇ ਮਾਰੂ ਜਿਹੜੇ ਕਾਨੂੰਨ ਆਉਂਦੇ ਆ। ਜੇ ਸਾਡੇ ਸਾਨੂੰ ਜਿਹੜਾ ਅਸਲ ਬਦਲਾਵ ਤਾਂ ਇਹੀ ਆ ਵੀ ਜਿਹੜੇ ਸਾਡੇ ਲੀਡਰ ਚੁਣ ਕੇ ਅਸੀਂ ਭੇਜਦੇ ਹਾਂ ਉਹ ਉੱਥੇ ਜਾ ਕੇ ਪੰਜਾਬ ਦੀ ਗੱਲ ਕਰਨ, ਅਸਲ ਪੰਜਾਬ ਦੀ ਮੰਗ ਕੀ ਆ। ਸਾਡੇ ਪੰਜਾਬ ਦੀ ਮੰਗ ਯੂਨਿਟਾਂ ਮਾਫ਼ ਜਾਂ ਹਜ਼ਾਰ ਹਜ਼ਾਰ ਰੁਪਇਆ ਨਹੀਂ, ਸਾਡੇ ਪੰਜਾਬ ਦੀ ਮੰਗ ਅਸਲ ਜਿਹੜੀ ਹੋਣੀ ਚਾਹੀਦੀ ਆ ਉਹ ਨਸ਼ਾ ਮੁਕਤ ਨੌਜਵਾਨ ਹੋਣੇ ਚਾਹੀਦੇ ਆ, ਜਿਹੜੇ ਅੱਜ ਸਾਡੀਆਂ ਮਾਵਾਂ ਬਿਲਕਦੀਆਂ ਨੇ ਪੰਜਾਬ ਦੀਆਂ ਵੀ ਸਾਡੇ ਬੱਚੇ ਜਿਹੜੇ ਨਸ਼ਿਆਂ ਨਾਲ ਮਰ ਰਹੇ ਆ ਜਾਂ ਹੋਰ ਚੀਜ਼ਾਂ ਨਾਲ ਵੀ ਅੱਜ ਖਤਮ ਹੋ ਰਹੇ ਆ, ਉਹ ਚੀਜ਼ਾਂ ਸਾਡੀਆਂ ਉੱਥੇ ਜਾ ਕੇ ਉਠਾਉਣੀਆਂ ਚਾਹੀਦੀਆਂ ਵੀ ਸਾਡੇ ਜੇ ਨਸ਼ਾ ਖਤਮ ਹੁੰਦਾ ਤੇ ਸਾਡੀ ਨੌਜਵਾਨੀ ਜੇ ਦੁਬਾਰਾ ਉਹਨਾਂ ਨੂੰ ਰੋਜ਼ਗਾਰ ਮਿਲਦਾ। ਆ ਮੇਨ ਇੰਡਸਟਰੀ ਆ ਇੱਥੇ ਲੁਧਿਆਣੇ ਦੇ ਵਿੱਚ, ਜੇ ਤੇ 70% ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਜਾਵੇ ਪਹਿਲਾਂ ਰਕਮਾਂ ਕੁੱਟ, ਉਹ ਸਾਡੇ ਨੌਜਵਾਨ ਜੇ ਕੰਮ ਦੇ ਲੱਗੇ ਹੋਣ ਤਾਂ ਸਾਨੂੰ ਲੋੜੇ ਨਾ ਪਵੇ ਇੱਥੋਂ ਬਾਹਰ ਮਾਈਗ੍ਰੇਟ ਹੋਣ ਦੀ, ਜਾਂ ਇੱਥੇ ਜਿਹੜਾ ਵੀ ਅਸੀਂ ਵਿਹਲੇ ਰਹਿੰਦੇ ਸਾਡੇ ਨੌਜਵਾਨੀ ਪੜ੍ਹ ਲਿਖ ਕੇ ਬਾਅਦ ਨਸ਼ਾ ਮਿਲ ਜਾਂਦੀ ਹੈ। ਬਿਲਕੁਲ। ਅੱਛਾ ਤੁਸੀਂ ਵੀਜ਼ਨ ਕੀ ਲੈ ਕੇ ਚੱਲੇ ਹੋ ਭਾਈ ਸਾਹਿਬ? ਲੁਧਿਆਣੇ ਦੀ ਗੱਲ ਕਰੀਏ, ਜੇ ਪਾਰਲੀਮੈਂਟ ਦੇ ਵਿੱਚ ਲੋਕ ਪਹੁੰਚਾਉਂਦੇ ਨੇ ਕੀ ਵੀਜ਼ਨ ਆ ਖਾਸ ਕਰ ਲੁਧਿਆਣੇ ਨੂੰ ਲੈ ਕੇ? ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਮੇਨ ਲੜਾਈ ਸਾਡੀ ਹੈਗੀ ਆ ਨਸ਼ੇ ਦੀ ਲੜਾਈ ਆ, ਦੂਜੀ ਗੱਲ ਹੈਗੀ ਆ ਵੀ ਇੱਥੇ ਜਿਹੜੇ ਮੇਨ ਇੰਡਸਟਰੀ ਆਉਂਦੀ ਆ ਇੰਡਸਟਰੀ ਦੇ ਵਿੱਚ 70% ਜਿਹੜਾ ਕੋਟਾ ਅਸੀਂ ਨੌਜਵਾਨੀ ਦਾ ਰੱਖਣ ਦੀ ਗੱਲ ਕਰਾਂਗੇ, ਪੰਜਾਬ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਜਿਹੜਾ ਇੱਥੇ ਕੋਟਾ ਰੱਖਣ ਦੀ ਗੱਲ ਕਰਾਂਗੇ। ਉਹ ਤੋਂ ਬਾਅਦ ਇੱਥੇ ਜਿਹੜਾ ਬੁੱਢਾ ਨਾਲਾ ਵਾ ਜਿਹਦੇ ਕਰਕੇ ਇੱਥੇ ਕੈਂਸਰ ਦੀਆਂ ਹੋ ਰਹੀਆਂ ਨੇ, ਜਿੰਨੀਆਂ ਇੱਥੇ ਫੈਕਟਰੀਜ਼ ਨੇ ਉਹ ਜਿਹੜਾ ਵੇਸਟ ਪਾਣੀ ਆ ਨੀਚੇ ਧਰਤੀ 'ਚ ਜਾ ਰਿਹਾ, ਸਾਡਾ ਪਾਣੀ ਗੰਦਲਾ ਹੋ ਰਿਹਾ, ਉਹ ਜਿਹੜੀ ਲੜਾਈ ਆ ਉਹ ਬਹੁਤ ਵੱਡੀ ਲੜਨ ਵਾਲੀ ਆ, ਕਿਉਂਕਿ ਪਾਣੀ ਵੀ ਸਾਡੇ ਗੰਦਲੇ ਵੀ ਹੋ ਰਹੇ ਨੇ, ਨੀਵੇ ਵੀ ਹੋ ਰਹੇ ਨੇ, ਉਹ ਚੀਜ਼ ਵੀ ਜਿਹੜੀ ਆ ਲੜਨ ਦੀ ਹੈਗੀ ਆ। ਉਹ ਤੋਂ ਇਲਾਵਾ ਸਾਡੇ ਜਿਹੜੇ ਵੱਖ ਵੱਖ ਜਿਹੜੇ ਆਉਂਦੇ ਆ ਹੋਰ ਆਪਣੇ ਕਿਸਾਨੀ ਦੇ ਮੁੱਦੇ ਆਉਂਦੇ ਆ ਜਾਂ ਹੋਰ ਜਿਹੜੇ ਸਾਡੇ ਟੀਚਰਸ ਬੈਠੇ ਆ ਜਾਂ ਸਾਡੇ ਮੈਡੀਕਲ ਲਾਈਨ ਦੇ ਜਿੰਨੇ ਵੀ ਕੱਚੇ ਹੈਗੇ ਆ ਉਹ ਸਾਰਿਆਂ ਦੀ ਜਿਹੜੀ ਆਵਾਜ਼ ਆ ਉਹ ਜਾ ਕੇ ਬੁਲੰਦ ਕਰਾਂਗੇ। ਜੇ ਅਸੀਂ ਕੋਈ ਪਹਿਲੀ ਗੱਲ ਤੋਂ ਵੀ ਅਸੀਂ ਕਰਦੇ ਕੋਈ ਵਾਅਦੇ ਵਾਲੀ ਗੱਲ ਨਹੀਂ ਕਰਦੇ, ਅਸੀਂ ਸਿਰਫ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਰਦੇ ਵੀ ਅਸੀਂ ਤੁਹਾਡੀ ਜਿਹੜੀ ਆਵਾਜ਼ ਆ ਅਸਲ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਉੱਥੇ ਜਾ ਕੇ ਬੁਲੰਦ ਕਰਾਂਗੇ ਜਿਹੜੀ ਕਰ ਸਕਦੇ। ਪਰ ਲੀਡਰ ਤਾਂ ਕਹਿੰਦੇ ਵਾਅਦੇ ਕਰਨੇ ਚਾਹੀਦੇ ਆ। ਹਾਂਜੀ, ਲੀਡਰ ਤਾਂ ਕਹਿੰਦੇ ਵਾਅਦੇ ਕਰਨੇ ਚਾਹੀਦੇ ਆ। ਲੀਡਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ ਇਹੀ ਫਰਕ ਆ ਜੀ। ਲੀਡਰਾਂ ਤੁਸੀਂ ਕਿ ਨਹੀਂ? ਨਹੀਂ, ਅਸੀਂ ਕੌਮ ਦੇ ਜਿਹੜੇ ਸੇਵਾਦਾਰ ਹਾਂ, ਪੰਜਾਬ ਦੇ ਸੇਵਾਦਾਰ ਹਾਂ, ਕਿਉਂਕਿ ਸਾਡੇ ਜਿਹੜੇ ਅਸਲ ਗੁਰੂ ਸਾਹਿਬ ਨੇ ਸਾਨੂੰ ਜੋ ਦਿੱਤਾ ਮੀਰੀ ਪੀਰੀ ਦਾ ਕਨਸੈਪਟ ਦਿੱਤਾ ਅਸੀਂ ਉਹਦੇ 'ਤੇ ਪਹਿਰਾ ਦੇਣ ਵਾਲੇ ਬੰਦੇ ਹਾਂ, ਨਾ ਕਿ ਅਸੀਂ ਉਹ ਲੀਡਰਾਂ ਵੀ ਜਿਹੜੇ ਲੋਕਾਂ ਨੂੰ ਮਖੋਟੇ ਪਾ ਕੇ ਝੂਠ ਬੋਲ ਕੇ ਜਾਂ ਲੋਕਾਂ ਦੀਆਂ ਵੋਟਾਂ ਬਰੋ। ਠੀਕ ਹੈ, ਤੁਸੀਂ ਸ਼ਹੀਦ ਪਰਿਵਾਰ ਤੋਂ ਜੇ ਮੈਂ ਉਸ ਚੀਜ਼ ਨੂੰ ਉਹ ਚੀਜ਼ ਇੱਕ ਪਾਸੇ ਹੈ, ਉਸ ਤੋਂ ਬਿਨਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ? ਲੁਧਿਆਣਾ ਵਾਸੀ ਆ ਜਿਹੜੇ ਉਹ ਕਿਉਂ ਵੋਟ ਪਾਉਣ? ਮੈਂ ਤਾਂ ਇੱਕੋ ਹੀ ਜਿਹੜਾ ਗੱਲ ਪਹਿਲਾਂ ਕਹੀ ਆ ਜੀ, ਜਿਹੜੀ ਪੰਜਾਬ ਦੀ ਅਸਲ ਆਵਾਜ਼ ਆ ਉਹ ਅਸੀਂ ਬੁਲੰਦ ਕਰਨ ਦੇ ਵਿੱਚ ਮੈਂ ਲੋਕਾਂ ਨੂੰ ਇੱਕੋ ਹੀ ਗੱਲ ਕਰਦਾ, ਅੱਜ ਜੇ ਸਾਡੇ ਲੋਕ ਕਿਸਾਨ ਉਹ ਉੱਥੇ ਦਿੱਲੀ ਦੀ ਬਰੂਹਾਂ 'ਤੇ ਜਾ ਕੇ ਬਹਿੰਦੇ ਆ ਜਾਂ ਸਾਡੇ ਜਿੰਨੇ ਵੀ ਅਧਿਆਪਕ ਨੇ ਜਾਂ ਹੋਰ ਜਿੰਨੇ ਹੈਗੇ ਆ ਉਹ ਜਾ ਕੇ ਧਰਨਿਆਂ 'ਤੇ ਬਹਿੰਦੇ ਆ ਇੱਥੇ ਭਗਵੰਤ ਮਾਨ ਦੇ ਜਾਂ ਬਾਹਰ ਜਾ ਕੇ ਬਹਿੰਦੇ ਆ, ਉਹ ਇਸੇ ਕਰਕੇ ਬਹਿੰਦੇ ਆ ਨਾ ਵੀ ਜਦੋਂ ਤੁਹਾਡਾ ਆਹ ਟਾਈਮ ਆਉਂਦਾ ਵੋਟ ਪਾਉਣ ਦਾ, ਬਿਲਕੁਲ, ਤੁਸੀਂ ਉਦੋਂ ਕਿਸੇ ਪੰਚ ਸਰਪੰਚ ਜਾਂ ਕਿਸੇ ਦੇ ਪਿੱਛੇ ਲਾ ਕੇ ਵੋਟ ਪਾ ਜਾਂਦੇ ਹੋ, ਕਿਸੇ ਦੀਆਂ ਗੱਲਾਂ ਜਾ ਕੇ ਪਾ ਜਾਂਦੇ ਹੋ। ਜੇ ਅੱਜ ਸਾਡੇ ਜੇ ਲੀਡਰ ਜਿਹੜੇ ਆ ਤੁਸੀਂ ਵਧੀਆ ਚੁਣ ਲਓ, ਅੱਜ ਤੁਸੀਂ ਪਾਰਟੀ ਉਹ ਸੁਣ ਲਓ ਜਿਹੜੀ ਪੰਜਾਬ ਦੀ ਗੱਲ ਕਰਨੀ ਜਾਂ ਪੰਜਾਬ ਤੋਂ ਤੁਰਦੀ ਆ, ਜਿਹੜੀਆਂ ਦਿੱਲੀ ਤੋਂ ਤੁਰਦੀਆਂ ਨੇ ਉਹਨਾਂ ਨੇ ਕਦੇ ਵੀ ਦਿੱਲੀ ਦੀ ਹੱਕ ਨਹੀਂ ਗੱਲ ਨਹੀਂ ਕਰਨੀ, ਅਸੀਂ ਤਾਂ ਇੱਕੋ ਗੱਲ ਕਰਦੇ ਹਾਂ ਵੀ ਅਸੀਂ ਪੰਜਾਬ ਦੇ ਬੱਚੇ ਹਾਂ, ਮੇਰੀ ਪੀਰੀ ਦੇ ਸਿਧਾਂਤ 'ਤੇ ਚੱਲਣ ਵਾਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਸੇਵਾਦਾਰ ਆ, ਜੇ ਤੁਸੀਂ ਇੱਕ ਵਾਰ ਸਾਡਾ ਸਾਥ ਦਿੰਦੇ ਹੋ ਅਸੀਂ ਜਿਹੜੇ ਅਸਲ ਮੁੱਦੇ ਪੰਜਾਬ ਦੇ ਆ ਉਹ ਉੱਥੇ ਜਾ ਕੇ ਤੁਹਾਡੇ ਤੋਂ ਪਹਿਲਾਂ ਇੱਕ ਡਾ ਕੇ ਖੜਾਂਗੇ,
ਕਿਸਾਨਾਂ ਨੂੰ ਸਾਡਿਆਂ ਨੂੰ ਉੱਥੇ ਜਾ ਕੇ ਤਾਂ ਲੋੜ ਪੈਂਦੀ ਨਾ, ਜੇ ਸਾਡੇ ਜਿਹੜੀ ਉੱਥੇ ਜਦ ਮਾਰੂ ਕਾਨੂੰਨ ਬਣਦੇ ਆ ਤੇ ਉੱਥੇ ਜਿਹੜੇ ਸਾਡੇ ਲੀਡਰ ਬੈਠੇ ਹੁੰਦੇ ਤੇ ਆਵਾਜ਼ ਨਹੀਂ ਉਠਾਉਂਦੇ, ਜੇ ਉੱਥੇ ਪਹਿਲਾਂ ਹੀ ਆਵਾਜ਼ ਉਹ ਉਠਾਈ ਹੋਊਗੀ ਤੇ ਉਹਨਾਂ ਨੂੰ ਦੁਬਾਰਾ ਧਰਨੇ ਤੇ ਕਿਉਂ ਬਹਿਣ ਦੀ ਲੋੜ ਪਊਗੀ। ਸੋ ਅਸੀਂ ਤਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਜੇ ਸਾਡਾ ਸਾਥ ਦੇ ਦੋਗੇ ਇੱਕ ਵਾਰ, ਸਾਰੀਆਂ ਚੀਜ਼ਾਂ ਨੂੰ ਵੱਖਰੀਆਂ ਛੱਡ ਕੇ, ਕਾਂਗਰਸੀ ਅਕਾਲੀ ਜਾਂ ਆਪ ਵਾਲਿਆਂ ਨੂੰ ਛੱਡ ਕੇ ਇੱਕ ਵਾਰ ਪੰਜਾਬ ਦੇ ਹੱਕ ਦੀ ਪਾਰਟੀ ਨਾਲ ਖੜ ਕੇ ਵੇਖੋ ਤੇ ਜਿਹੜਾ ਖਾਲਸਾ ਰਾਜ ਦੀ ਆਪਾਂ ਗੱਲ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚ ਤੇ ਉਹ ਤੁਹਾਨੂੰ ਇੱਥੇ ਪੰਜਾਬ ਦੀ ਧਰਤੀ ਤੇ ਦੁਬਾਰਾ ਕਰਕੇ ਦਿਖਾਵਾਂਗੇ ਵੀ ਖਾਲਸਾ ਰਾਜ ਹੈ ਕਿ ਜਸ। ਤੁਸੀਂ ਕਹਿੰਦੇ ਪੰਜਾਬ ਦੀ ਪਾਰਟੀ ਨਾਲ ਖੜ ਕੇ ਦੇਖੋ, ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਪੰਜਾਬ ਦੀ ਪਾਰਟੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਖਿੱਤੇ ਦੀ ਖੇਤਰ ਦੀ ਗੱਲ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਉਹ ਕਹਿੰਦੇ ਨੇ ਇਸ ਪਾਰਟੀ ਦੇ ਨਾਲ ਖੜੋ ਕਿਹਦੀ ਆ, ਖੇਤਰ ਦੀ ਆ, ਪੰਥਕ ਵੀ ਆ? ਪੰਥਕ ਵੀ ਉਹਨਾਂ ਨੇ ਦਿਖਾਤਾ ਜੀ, ਪਿਛਲੇ ਕਿੰਨੇ ਸਾਲਾਂ ਤੋਂ ਜਿੱਤਦੇ ਆ ਰਹੇ ਆ। ਉਹਨਾਂ ਨੇ 10 ਸਾਲ ਰਾਜ ਵੀ ਲਗਾਤਾਰ ਕੀਤਾ। ਜੇ ਉਹ ਪਹਿਲਾਂ ਪੰਥ ਦੀ ਗੱਲ ਕਰਦੀ, ਹੁਣ ਜੇ ਤੁਸੀਂ ਪੰਥ ਦੀ ਗੱਲ ਕਰਦੀ ਆ, SGPC ਜਿਹੜੀ ਆ ਸਾਡੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਆ, ਜਿਨ੍ਹਾਂ ਦੇ ਬਜਟ ਵੀ ਸਰਕਾਰਾਂ ਦੇ ਬਰਾਬਰ ਚੱਲਦੇ ਆ। ਅੱਜ ਤੱਕ ਜਿੰਨੇ ਉਹਨਾਂ ਦੇ ਕਾਲਜ ਸਕੂਲ ਬਣੇ ਆ, ਕੋਈ ਇੱਕ ਥਾਂ ਦੇ ਦਿਖਾ ਦੇ ਵੀ ਕਿਸੇ ਗਰੀਬ ਸਿੱਖ ਨੂੰ ਕੋਈ ਸਕਾਲਰਸ਼ਿਪ ਮਿਲੀ ਹੋਵੇ। ਮੈਡੀਕਲ ਜਿੰਨੇ ਹੋਸਪਿਟਲ ਨੇ SGPC ਦੇ, ਕੋਈ ਇੱਕ ਦਿਖਾ ਦੇ ਵੀ ਕਿਸੇ ਗਰੀਬ ਸਿੱਖ ਨੂੰ ਉੱਥੇ ਫ੍ਰੀ ਸੇਵਾ ਵੀ ਕੋਈ ਉੱਥੇ ਇਲਾਜ ਹੋਇਆ ਹੋਵੇ। ਅੱਜ ਸਾਡੇ SGPC ਦੇ ਵਿੱਚ ਜਿਹੜੇ ਲੀਡਰਾਂ ਦੇ ਅਕਾਲੀ ਦਲ ਬਾਦਲ ਦੇ ਜਿਹੜੇ ਹੁਣ ਪੰਥ ਜਿਹੜੇ ਕਹਿੰਦੇ, ਉਹ ਬਾਦਲ ਕਦੋਂ ਬਣਿਆ ਪਹਿਲੀ ਗੱਲ ਤਾਂ ਇਹ ਨਹੀਂ ਸਾਡੇ ਬਜ਼ੁਰਗਾਂ ਨੂੰ ਪਤਾ ਲੱਗਿਆ, ਅਸੀਂ ਤਾਂ ਅਕਾਲੀ ਅਕਾਲੀ ਕਰੀ ਗਏ। ਤੇ ਉਹ ਤੋਂ ਬਾਅਦ ਜਿਹੜੇ ਉਹਨਾਂ ਦੇ ਲੀਡਰਾਂ ਦੇ ਬੱਚੇ ਆ, ਉਹ ਤਾਂ ਉਹਨਾਂ ਕਾਲਜਾਂ ਦੇ ਵਿੱਚ ਜਿਹੜੇ ਆ ਜਿਹੜੇ ਲੱਖਾਂ ਦੇ ਜਿਹੜੇ ਕੋਰਸ ਨੇ ਉਹ ਫ੍ਰੀ ਕਰ ਜਾਂਦੇ ਆ, ਪਰ ਆਮ ਸਿੱਖ ਦੀ, ਗਰੀਬ ਦੀ, ਸਿੱਖ ਦੀ ਬਾਂਹ ਉਸ SGPC ਤੋਂ ਨਹੀਂ ਫੜ ਸਕੀ। ਕਿਉਂ? ਕਿਉਂਕਿ ਉਹ ਇੱਕ ਪਰਿਵਾਰ ਦਾ ਦਾਰਾ ਬਣ ਕੇ ਰਹਿ ਗਿਆ। ਫਿਰ ਜੇ ਆਪਾਂ ਸਰਸੇ ਵਾਲੇ ਦੀ ਗੱਲ ਕਰਦੇ ਹਾਂ ਜਾਂ ਬਰਗਾੜੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜਾ ਗੋਲੀਕਾਂਡ ਹੋਇਆ, ਉਹਦੇ ਵਿੱਚ ਵੀ ਬਾਦਲਾਂ ਦਾ ਸਿੱਧਾ ਨਾਮ ਆਉਂਦਾ। ਫਿਰ ਉਹਨਾਂ ਨੂੰ ਜਿਹੜਾ ਮਾਫੀਆਂ ਦਿਵਾਉਣ ਦਾ ਜਿਹੜਾ 90 ਲੱਖ ਦਾ SGPC ਨੂੰ ਇਸ਼ਤਿਹਾਰ ਛਾਪਿਆ ਗਿਆ, ਉਹ ਵੀ ਇਸ ਪੰਥਕ ਪਾਰਟੀ ਦੇ ਹੱਥ ਆਉਂਦਾ। ਫਿਰ ਅੱਜ ਸਾਡੇ ਜਥੇਦਾਰ ਜਿਹੜੇ ਨੇ ਭਾਈ ਰਘਵੀਰ ਸਿੰਘ, ਅੱਜ ਇਹਨਾਂ ਪੰਥਕ ਇਸ ਪੰਥਕ ਪਾਰਟੀ ਨੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਕਿੰਨਾ ਕੁ ਥੱਲੇ ਡਾਊਨ ਕਰਤਾ ਲੈਵਲ, ਜਿੱਥੇ ਭਾਈ ਰਘਵੀਰ ਸਿੰਘ ਨੂੰ ਜਦ ਜਥੇਦਾਰ ਲਾਉਣ ਲੱਗੇ ਤੇ ਨਾਲ ਭਾਈ ਹਰਪ੍ਰੀਤ ਸਿੰਘ ਬੈਠੇ ਆ ਜਿਹੜੇ ਸਾਬਕਾ ਸੀਗੇ, ਤੇ ਉੱਥੇ ਹਰਪ੍ਰੀਤ ਸਿੰਘ ਕਹਿੰਦੇ ਨੇ ਸਾਡੀ ਯਾਰੀ ਜਿਹੜੀ ਆ ਦਿੱਲੀ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਖੁੱਲ੍ਹ ਕੇ ਕਹਿ ਰਹੇ ਨੇ, ਤੇ ਨਾਲ ਦੀ ਨਾਲ ਰਘਵੀਰ ਸਿੰਘ ਨੂੰ ਕਹਿੰਦੇ ਜੇ ਨਹੀਂ ਹੈਗੀ ਤੇ ਬੋਲੋ। ਤੇ ਇੱਕ ਜਥੇਦਾਰ ਦੀ ਇਹ ਹਿੰਮਤ ਨਹੀਂ ਹੈਗੀ ਵੀ ਹਿੱਕ ਠੋਕ ਕੇ ਕਹਿ ਸਕੇ ਵੀ ਸਾਡੀ ਜਿਹੜੀ ਯਾਰੀ ਆ ਦਿੱਲੀ ਨਾਲ ਨਹੀਂ ਹੈਗੀ, ਅਸੀਂ ਅੱਜ ਪੰਥ ਦੇ ਕੌਮ ਦੇ ਵਾਰ ਬਈ ਜਿਹੜੇ ਸੇਵਾਦਾਰ ਆ ਅਸੀਂ ਪੰਥ ਕੌਮ ਨਾਲ ਚੱਲਾਂਗੇ, ਉਹ ਇੰਨਾ ਨਹੀਂ ਕਹਿ ਸਕੇ। ਇਹ ਹਾਲਾਤ ਇਸ ਪੰਥਕ ਪਾਰਟੀ ਨੇ ਕਰੇ ਆ। BJP ਦੇ ਜੇ ਅੱਜ ਗੱਲ ਕਰਦੇ ਹਾਂ, BJP ਦੇ ਪੈਰ ਜੇ ਲਵਾਏ ਆ ਉਹ ਇਸ ਪੰਥਕ ਪਾਰਟੀ ਨੇ ਲਵਾਏ ਆ, ਨੌ ਮਾਰਚ ਦਾ ਰਿਸ਼ਤਾ ਬਣਾ ਕੇ। ਫਿਰ ਉਹ ਤੋਂ ਬਾਅਦ ਜੇ ਹੁਣ ਗੱਲ ਕਰਦੇ ਹਾਂ ਇਸ ਪੰਥਕ ਪਾਰਟੀ ਦੀ, ਇੱਕ ਪਾਸੇ ਤਾਂ ਇਹ ਗੱਲ ਕਰਦੇ ਆ ਬੰਦੀ ਸਿੰਘਾਂ ਦੀ, ਇਹਨਾਂ ਨੂੰ ਉਹ ਮੁੱਦਾ ਵੀ ਕਦੇ ਸਪਸ਼ਟ ਕਰਨਾ ਚਾਹੀਦਾ ਵੀ ਇਹ ਅਸਲ ਇਹਨਾਂ ਲਈ ਪੰਥਕ ਹੈ ਕੌਣ ਨੇ, ਜਿਹੜੇ ਬੰਦੀ ਸਿੰਘ ਨੇ ਇਹਨਾਂ ਲਈ ਅਸਲ ਹੈ ਕੌਣ ਨੇ। ਇੱਕ ਪਾਸੇ ਦਾ ਬੰਦੀ ਸਿੰਘ ਭਾਈ ਗਿਆਨ ਸਿੰਘ ਲੀਲ ਵਰਗੇ ਨੇ ਜਿਨ੍ਹਾਂ ਨੇ ਲੌਂਗੋਵਾਲ ਮਰਿਆ, ਜਿਹੜਾ ਸੰਤ ਲੌਂਗੋਵਾਲ ਸੀ ਉਹ ਵੀ ਬੰਦੀ ਸਿੰਘਾਂ 'ਚ ਨੇ। ਦੂਜੇ ਪਾਸੇ ਇਹ ਉੱਥੇ ਲੌਂਗੋਵਾਲ ਦੇ ਭੋਗ ਤੇ ਜਾਂਦੇ ਨੇ ਤੇ ਉਹਨੂੰ ਸ਼ਹੀਦ ਕਹਿੰਦੇ ਨੇ। ਪਹਿਲਾਂ ਤਾਂ ਇਹਨਾਂ ਨੂੰ ਸ਼ਹੀਦ ਦੀ ਪਰਿਭਾਸ਼ਾ ਤੇ ਇਹਨਾਂ ਲਈ ਬੰਦੀ ਸਿੰਘ ਦੀ ਪਰਿਭਾਸ਼ਾ ਜਿਹੜੀ ਆ ਉਹ ਕੌਮ ਨੂੰ ਜ਼ਰੂਰ ਦੱਸਣੀ ਚਾਹੀਦੀ ਆ ਵੀ ਇਹਨਾਂ ਲਈ ਉਹ ਪਰਿਭਾਸ਼ਾ ਕੀ ਆ। ਉਹ ਤੋਂ ਬਾਅਦ ਜਿਹੜੀ ਆ ਬਈ ਅਸੀਂ ਇਹਨਾਂ ਨੂੰ
ਦੱਸ ਸਕਦੇ ਹਾਂ ਵੀ ਇਹ ਪੰਥਕ ਨੇ ਕਿ ਇਹ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ। ਜਿੰਨੇ ਗੈਂਗਸਟਰ ਪੈਦਾ ਹੋਏ ਆ ਸਾਡੇ ਨੌਜਵਾਨ ਜਿਹੜੇ, ਜਦੋਂ ਇਹਨਾਂ ਨੇ ਉਹਨਾਂ ਨੂੰ ਪਹਿਲਾਂ ਕਿਸੇ ਚਾਟ ਤੇ ਲਾ ਕੇ ਤੇ ਅੱਜ ਉਹਨਾਂ ਨੂੰ ਜਿਹੜਾ ਵਿੱਚ ਵਿਚਾਲੇ ਛੱਡ ਕੇ ਅੱਜ ਉਹਨਾਂ ਦੇ ਜਿਹੜੇ ਐਨਕਾਊਂਟਰ ਹੋਏ ਆ ਇੰਨੇ ਨੌਜਵਾਨਾਂ ਦੇ, ਉਹ ਸਾਰੀ ਦੇਣ ਆ ਬਾਦਲ ਦਲ ਦੀ ਆ। ਬਾਦਲ ਦਲ ਦੀ ਇਹਨਾਂ ਪਰਿਵਾਰ ਨੇ ਜਿੰਨਾ ਇਹਨਾਂ ਨੇ ਪੰਜਾਬ ਦਾ ਘਣ ਕੀਤਾ ਦਿੱਲੀ ਦੀ ਲੱਤਾਂ ਦੇ ਵਿੱਚ ਬਹਿ ਕੇ, ਮੈਂ ਕਹਿੰਦਾ ਉਹਨਾਂ ਕਿਸੇ ਪਾਰਟੀ ਨੇ ਨਹੀਂ ਕੀਤਾ। ਪਰ ਹੁਣ ਤਾਂ ਕਹਿੰਦੇ ਨੇ ਕਿ ਅਸੀਂ ਭਾਜਪਾ ਨੇ ਆਹ ਕੀਤਾ, ਭਾਜਪਾ ਨੂੰ ਨਿੰਦੇ ਬਹੁਤ ਨੇ ਭਾਜਪਾ ਨੂੰ ਤਾਂ ਬਣਦੇ ਹੁਣ ਨਿੰਦਦੇ ਹਨ, ਪਰ ਜਦੋਂ ਪੈਰ ਉਹਨਾਂ ਦੇ ਇੱਥੇ ਲਵਾਏ ਆ ਪੰਜਾਬ ਦੇ ਵਿੱਚ, ਉਹ ਕਿਹਨਾਂ ਨੇ ਲਵਾਏ ਆ? ਉਹ ਇਹਨਾਂ ਨੇ ਲਵਾਏ ਆ। ਤੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡੇ ਆਉਣ ਵਾਲੇ ਸਮੇਂ ਦੇ ਲਈ ਸ਼ੁਭਕਾਮਨਾ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤੁਸੀਂ ਜੁੜੇ ਹੋਏ ਸੀ RMB ਟੈਲੀਵਿਜ਼ਨ ਦੇ ਨਾਲ, ਮੇਰੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਛੰਦਣਾ ਹੋਈ ਸੀ, ਜਿਹੜੇ ਲੁਧਿਆਣਾ ਤੋਂ ਚੋਣ ਜਿਹੜੇ ਉਹ ਲੜ ਰਹੇ ਆ। ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ, ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਚਸਕਰੇ ਬੰਦੇ ਹੋ ਜਾ, ਧੰਨਵਾਦ ਜੀ।